ਤੇ ਲੋ ਗੱਲ ਸੁਣਾਉਨੇ ਹੁਣ ਆਪਾਂ ਚੱਲਦੇ ਆਂ ਈਰਾਨ ਤੋਂ ਇਰਾਨੀਆਂ ਵਾਲਦੋਂ ਸਫ਼ਰ ਕਰਦੇ ਆਂ ਜਿੱਤੇ ਵਿੱਚ ਆਪਾਂ ਗੱਲ ਕਰਾਂਗੇ ਕਾਫਰ ਕੌਣ ਹੈ 우ਸਤਾਦ ਆਮਾ ਲਿਖਦੇ ਨੇ ਕਿ ਅਸੀਂ ਉਸ ਮਕਾਮ ਦੇ ਰਹਿਣ ਵਾਲੇ ਜਿੱਥੇ ਜ਼ੋਰ ਦਿਨ ਰਾਤ ਹੈ ਜਾਲਿਆਂ ਦਾ ਹੱਕਦਾਰ ਨੂੰ ਹੱਕ ਨਾ ਮਿਲਨ ਤੱਕੇ ਕੰਮ ਕਾਜ ਹੁੰਦਾ ਸਾਕਾਂ ਸਾਲਿਆਂ ਦਾ ਖਤਰਾ ਲੁੱਟਦਾ ਦੇਸ਼ 'ਚ ਹਰ ਵੇਲੇ ਖਤਰਾ ਲੁੱਟਦਾ ਦੇਸ਼ 'ਚ ਹਰ ਵੇਲੇ ਸੰਨਤਕਾਰ ਵੱਡਾ ਇੱਥੇ ਤਾਲਿਆਂ ਦਾ ਝੁੱਗੇ ਢਾਂਬਦੇ ਮਾੜੀਆਂ ਬਸਤੀਆਂ ਦੇ ਰੁੱਖ ਬਦਲ ਦਰਿਆ ਤੇ ਨਾਲਿਆਂ ਦਾ ਦੁੱਧ ਪੀਣੇ ਵੀ ਇੱਥੇ ਡੰਗ ਮਾਰਨ ਦੁੱਧ ਪੀਣੇ ਵੀ ਇੱਥੇ ਡੰਗ ਮਾਰਨ ਕਿ ਲਾਭ ਹੈ ਸੱਪਾਂ ਨੂੰ ਪਾਲਿਆਂ ਦਾ ਵਾੜ ਖੇਤ ਦੀ ਖੇਤ ਨੂੰ ਖਾਣ ਲੱਗੀ ਕਾਲਾ ਮੂੰਹ ਹੈ ਇਹਨਾਂ ਰਖਵਾਲਿਆਂ ਦਾ ਕਾਲਾ ਮੂੰਹ ਹੈ ਇਹਨਾਂ ਰਖਵਾਲਿਆਂ ਦਾ ਜੀ ਦੋਸਤੋ ਗੱਲ ਕਰਨ ਜਾ ਰਹੇ ਆ ਆਪਾਂ ਹਰਪਾਲ ਸਿੰਘ ਪੰਨੋ ਜੀ ਦੀ ਕਲਮ ਦੇ ਵਿੱਚੋਂ ਗੱਲਬਾਤ ਈਰਾਨ ਤੇ ইরਾਨੀ ਲੜੀਵਾਰ ਭਾਗ ਉਹਦਾ ਅਗਲਾ ਤੁਹਾਡੇ ਲਈ ਸਾਂਝਾ ਕਰਨ ਜਾ ਰਹੇ ਆ ਜਿਸ ਦੇ ਵਿੱਚੋਂ ਅੱਜ ਦਾ ਚੈਪਟਰ ਹੈ ਫਲਸਤੀਨੀ ਬਨਾਮ ਇਜ਼ਰਾਈਲ ਕਾਫਰ ਕੌਣ ਹੈ ਫਲਸਤੀਨ ਬਨਾਮ ਇਜ਼ਰਾਈਲ ਕਹਿੰਦੇ ਨੇ ਕਿ ਭਰਮ ਭਰਾਮਾਂ ਨੇ ਜੋ ਸਿਖਾਇਆ ਉਹ ਭੁੱਲ ਕੇ ਸਹੀ ਕੰਮ ਕਰਨ ਨੂੰ ਸਦਾਚਾਰ ਆਖਦੇ ਨੇ ਸਹੀ ਕੀ ਹੈ ਇਹ ਭੁੱਲ ਕੇ ਪਰੰਪਰਾਵਾਂ ਨੇ ਜੋ ਸਿਖਾਇਆ ਉਹ ਕਰਨ ਨੂੰ ਧਰਮ ਕਹਿੰਦੇ ਨੇ ਇਲਕਾ ਰੂਤ ਇਨੋਲਾਈ ਲਿਖਦਾਇ ਲਾਇਨਾ ਰੂਤ ਦੇ ਉਕਤ ਲਫਜ਼ਾਂ ਦੇ ਸਿੱਧੇ ਮਤਲਬ ਨਾ ਕੱਢਿਓ ਪੈਗੰਬਰਾਂ ਨੇ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣਾ ਤੇ ਕਰਨਾ ਸਿਖਾਇਆ ਸੀ ਥੋੜੀ ਦੇਰ ਬਾਅਦ murid ਆਪਣੇ ਸ਼ਬਦ ਕੱਢਦੇ ਨੇ ਮर्यादा ਪਰੰਪਰਾ ਸ਼ਰੀਅਤ ਕਰਮकांड ਢੋਂਗਮਾ ਇਹਨਾਂ ਲਫ਼ਜ਼ਾਂ ਦਾ سہਾਰਾ ਲੈ ਕੇ ਉਹ ਕੁਝ ਅਨੈਤਿਕ ਕੰਮ ਕਰਦੇ ਹੈ ਕੁਝ ਭਲਾ ਮਾਨਸ ਤੇ ਉਹਨਾਂ ਦਾ ਜਿਹੜਾ ਵਿਰੋਧ ਕਰੇ ਤਾਂ ਵਿਰੋਧ ਕਰੋਗੇ ਤਾਂ ਧਰਮ ਗ੍ਰੰਥਾਂ ਦੇ ਵਿੱਚੋਂ ਵੀ ਉਹਦੇ ਜਿਹੜੇ ਨੇ ਹਵਾਲੇ ਮਿਲ ਜਾਂਦੇ ਨੇ ਧਰਮ ਗ੍ਰੰਥ ਦੇ ਵਿੱਚ ਮਰਜ਼ੀ ਦਾ ਹਵਾਲਾ ਨਾ ਮਿਲੇ ਪਾ ਪੈਗੰਬਰ ਦੀ ਆਇਤ ਦੇ ਜਿਹੜੇ ਨੇ ਮਨ ਘੜਾ ਤਾਰਤ ਕਰਕੇ ਇਮਾਨਦਾਰ ਬੰਦੇ ਨੂੰ ਕਾਫਰ ਸਿੱਧ ਕਰ ਦਿੰਦੇ ਨੇ ਅਰਬ ਇਜ਼ਰਾਈਲ ਝਗੜੇ ਦੀ ਬੁਨਿਆਦ ਇਹੋ ਹੀ ਮਾਨਵੀ ਬੇਈਮਾਨੀ ਹੈ ਇਸ ਸੰਕਟ ਦੇ ਬਾਰੇ ਸੈਂਕੜੇ ਕਿਤਾਬਾਂ ਬਾਜ਼ਾਰ ਦੇ ਵਿੱਚ ਮਿਲ ਜਾਂਦੀਆਂ ਪਰ ਜਿੰਨੀ ਸਾਫ਼ ਅਤੇ ਤਿੱਖੀ ਨਜ਼ਰ ਤਾਰੀਖ ਫਤਿਹ ਜਨਮ 1949 ਦੀ ਹੈ ਹੋਰ ਨਹੀਂ ਦਿਸੀ ਹੈ ਮਕਲੈਂਡ ਐਂਡ ਸਟੀਵਰਲੀ ਨੇ ਟੋਰਾਂਟੋ ਤੋਂ ਉਸਦੀ ਕਿਤਾਬ ਜਹੂਦੀ ਮੇਰਾ ਵੈਰੀ ਨਹੀਂ ਦੀ ਜੂਜ਼ ਇਜ਼ ਨਾਟ ਮਾਈ ਐਨਮੀ 2010 ਦੇ ਵਿੱਚ ਛਪੀ ਸੀ 250 ਪੰਨਿਆਂ ਦੀ ਇਸ ਕਿਤਾਬ ਦੇ ਵਿੱਚ ਦਰਜ ਬਿਰਤਾਂਤ ਸੰਤੁਲਿਤਤਾ ਹੈ ਹੀ ਦੋਸਤਾਨਾ ਵੀ ਹੈ ਸਾਰੀ ਕਿਤਾਬ ਦਾ ਤੱਤਸਾਰ ਹੈ ਮੁਸਲਮਾਨ ਮਾਪੇ ਅਧਿਆਪਕ ਮੌਲਵੀ ਬੱਚਿਆਂ ਨੂੰ ਜਹੂਦੀਆਂ ਵਿਰੁੱਧ ਨਫ਼ਰਤ ਕਰਨੀ ਸਿਖਾਉਂਦੇ ਨੇ ਨਫ਼ਰਤ ਇਹੋ ਜਿਹੀ ਚੀਜ਼ ਐ ਜੇ ਸਿੱਖ ਲਈ ਜਾਵੇ ਨਾ ਸਿੱਖ ਲਈ ਫਿਰ ਇਹ ਕੇਵਲ ਜਹੂਦੀਆਂ ਵਿਰੁੱਧ ਨਹੀਂ ਟਿਕੇਗੀ ਦੋਸਤਾਂ ਦੁਸ਼ਮਣਾਂ ਹਰੇਕ ਦੇ ਵਿਰੁੱਧ ਆਪਣਾ ਢੰਗ ਚਲਾਏਗੀ ਤੇ ਨਫ਼ਰਤ ਆਪਣੇ ਜਿਹੜਾ ਐ ਅ ਦੋਸਤਾਂ ਦੁਸ਼ਮਣਾਂ ਹਰੇਕ ਵਿਰੁੱਧ ਆਪਣਾ ਡੰਗ ਜਿਹੜਾ ਚਲਾਏਗੀ ਉਹਦੇ ਉੱਤੇ ਡੰਗ ਵੀ ਮਾਰੂਗੀ ਨਫ਼ਰਤ ਆਪਣੇ ਪਰਾਏ ਪਰਾਏ ਦੇ ਵਿੱਚ ਫਰਕ ਨਹੀਂ ਕਰਦੀ ਐ ਸਾਡਾ ਕੌਣ ਐ ਤੇ ਬੇਗਾਨਾ ਕੌਣ ਐ ਗਲੋਬ ਉੱਪਰਲੇ ਹਰੇਕ ਦੇਸ਼ ਦੇ ਹਜ਼ਾਰਾਂ ਸਾਲ ਤੋਂ ਜਿੰਨੀ ਨਫ਼ਰਤ ਯਹੂਦੀਆਂ ਨੂੰ ਕੀਤੀ ਉਨੀ ਹੋਰ ਕਿਸੇ ਦੇ ਹਿੱਸੇ ਨਹੀਂ ਆਈ ਹੈ ਤੋ ਰੇਤ ਇਨਜ਼ੇਲ ਜੜੀ ਹੈ ਤੇ ਕੁਰਾਨ ਯਹੂਦੀਆਂ ਈਸਾਈਆਂ ਮੁਸਲਮਾਨਾਂ ਦੇ ਧਰਮ ਗ੍ਰੰਥ ਦੇ ਵਿੱਚ ਕਾਫਰਾਂ ਨੂੰ ਕਤਲ ਕਰਨ ਦੇ ਹਵਾਲੇ ਮਿਲ ਜਾਂਦੇ ਐ ਕਾਫਰ ਕੌਣ ਹੈ ਇਸ ਦਾ ਫੈਸਲਾ ਪੁਜਾਰੀ ਕਰਨਗੇ ਜੇ ਨਿਆਂ ਅਤੇ ਧਰਮ ਪੁਜਾਰੀਆਂ ਦੇ ਹੱਥਾਂ 'ਚ ਆ ਗਿਆ ਨਾ ਨਾ ਨ્યાਅ ਮਿਲੇਗਾ ਤੇ ਨਾ ਹੀ ਧਰਮ ਬਚੇਗਾ ਤਾਰੀਖ ਦੇ ਅਨੁਸਾਰ ਅਰਬ ਇਜ਼ਰਾਈਲ ਟਕਰਾ ਬੰਦ ਨਾ ਹੋਇਆ ਤਾਂ ਇਸਲਾਮ ਅਤੇ ਜਹੂਦੀ ਮੱਤ ਨਿਰੰਤਰ ਜ਼ਖਮੀ ਹੁੰਦੇ ਰਹਿਣਗੇ ਖੁਰਦੇ ਰਹਿਣਗੇ ਢਿੰਦੇ ਰਹਿਣਗੇ ਜਹੂਦੀਆਂ ਨੇ ਹਜ਼ਾਰਾਂ ਸਾਲ ਦਰ ਦਰ ਭਟਕਦਿਆਂ ਗੁਲਾਮੀ ਭੋਗੀ ਪਰ ਕਦੀ ਕਦੀ ਇਸਲਾਮੀ ਹਕੂਮਤਾਂ ਨੇ ਉਹਨਾਂ ਨੂੰ ਆਪਣੇ ਅਧੀਨ ਸੀਮਤ ਖੁਦ ਮੁਖਤਿਆਰੀ ਜਿਹੜੀ ਹੈ ਦਿੱਤੀ ਹੈ ਇਹੋ ਜਿਹੀ ਬਕਤੀ ਤੇ ਅਧੂਰੀ ਖੁਦਮੁਖਤਿਆਰੀ ਦੌਰਾਨ ਜਹੂਦੀਆਂ ਨੇ ਸ਼ਾਨਦਾਰ ਸੇਵਾਵਾਂ ਵਫਾਦਾਰੀ ਦੇ ਨਾਲ ਨਿਭਾਈਆਂ ਮਾਰਚ 210 ਵਿੱਚ ਸਲਮਾਨ ਹੁਸੈਨੀ ਦਾ ਲੇਖ ਛਪਿਆ ਸੀ ਜਿਸ ਦੇ ਵਿੱਚ ਉਸਨੇ ਲਿਖਿਆ ਸੀ ਕਿ ਜਹੂਦੀ ਧਰਤੀ ਨੂੰ ਚੰਬੜੀ ਹੋਈ ਮਿੱਟੀ ਦੀ ਬਿਮਾਰ ਪਰਤ ਹੈ ਇਨ੍ਹਾਂ ਪਾਗਲਾਂ ਤੇ ਕਾਤਲਾਂ ਦਾ ਬੀਜ ਨਾਸ਼ ਹੋਣਾ ਚਾਹੀਦਾ ਹੁਸੈਨੀ ਦਾ ਘਰ ਪਰਿਵਾਰ ਜਹੂਦੀਆਂ ਨੇ ਉਜਾੜ ਦਿੱਤਾ ਹੋਵੇ ਅਜਿਹੀ ਗੱਲ ਨਹੀਂ ਉਹ ਅਫਗਾਨਿਸਤਾਨ ਦੀਆਂ ਖਦਰਾ ਦੇ ਵਿੱਚ ਛੁਪਿਆ ਗੁਰੀਲਾ ਵੀ ਨਹੀਂ ਟ੍ਰਾਂਟੋ ਦੀ ਯਾਰਕ ਯੂਨੀਵਰਸਿਟੀ ਦੇ ਵਿੱਚ ਪੜਿਆ ਹੈ ਕੈਨੇਡਾ ਦੇ ਵਿੱਚ ਵਸਿਆ ਹੈ ਤੇ ਜਵਾਨ ਬੰਗਲਾਦੇਸ਼ ਦਾ ਮੂਲ ਵਾਸੀ ਹੈ ਬੰਗਾਲੀਆਂ ਦੀ ਨਸਲ ਕੁਸ਼ੀ ਪਾਕਿਸਤਾਨ ਸੈਨਿਕਾਂ ਨੇ ਕੀਤੀ ਸੀ ਤੇ ਭਾਰਤ ਨੇ ਪਾਕਿਸਤਾਨੀਆਂ ਨੂੰ 1971 ਦੇ ਵਿੱਚ ਖਦੇੜਿਆ ਸੀ ਤਾਂ ਵੀ ਪਾਕਿਸਤਾਨ ਉਸਦਾ ਦੁਸ਼ਮਣ ਨਹੀਂ ਉਸਦਾ ਦੁਸ਼ਮਣ ਇਜ਼ਰਾਈਲ ਹੈ ਯਹੂਦੀ ਨੇ ਯਹੂਦੀਆਂ ਨੂੰ ਨਫ਼ਰਤ ਕਰਨੀ ਪੁੰਨ ਕਰਨਾ ਹੈ ਕਿਉਂਕਿ ਉਹ ਸੂਰ ਕਹਿੰਦਾ ਕਿ ਸੂਰ ਦੀ ਔਲਾਦ ਨੇ ਦੂਤਕਾਰੇ ਹੋਏ ਗੰਦੇ ਮਨੋਖਣੇ ਜਿਹੜੇ ਮੁਸਲਮਾਨ ਸ਼ਰਾਬ ਪੀਣ ਉਹ ਯਹੂਦੀ ਹੁੰਦੇ ਨੇ ਸੁੰਨੀਆਂ ਵਾਸਤੇ ਸ਼ੀਆ ਮੁਸਲਮਾਨ ਯਹੂਦੀ ਨੇ ਤੇ ਯਹੂਦੀਆਂ ਯਹੂਦੀ ਸ਼ੈਤਾਨ ਦੀ ਐਡੀ ਤਾਕਤਵਰ ਔਲਾਦ ਨੇ ਕਿ ਸੰਸਾਰ ਦਾ ਕੰਟਰੋਲ ਉਹਨਾਂ ਨੇ ਆਪਣੇ ਹੱਥਾਂ ਦੇ ਵਿੱਚ ਲਿਆ ਹੋਇਆ ਡੇਵਿਡ ਕਾਮਰਨ ਤੋਂ ਲੈ ਕੇ ਬਰਾਕ ਓਬਾਮਾ ਤੱਕ ਸਟੀਫਨ ਹਾਰਪਰ ਤੋਂ ਲੈ ਕੇ ਨਿਕੋਲਸ ਸਰਕੋਜੀ ਤੱਕ ਸਭ ਹੁਕਮਰਾਨ ਜ਼ਹੂਦੀਆਂ ਦੀਆਂ ਕਟਪੁਤਲੀਆਂ ਨੇ ਮਾਲਿਆ ਦਾ 22 ਸਾਲ ਨਿਰੰਤਰ ਜਿਹੜਾ ਸੀ ਰਿਆ ਹਾਕਮ ਮਹਾਦਰ ਬੇਨ ਕਾਜ਼ਿਮ ਭਾਰਤੀ ਪਿਤਾ ਅਤੇ ਮਲਾਇਆ ਵਾਸੀ ਦਾ ਵਾਸੀ ਮਾਂ ਦਾ ਬੇਟਾ ਹੈ ਉਸਨੇ ਦੇਸ਼ ਦਾ ਵਿਕਾਸ ਕਰਨ ਦੇ ਵਿੱਚ ਕਸਰ ਨਹੀਂ ਛੱਡੀ ਫਰਾਕ ਦਿਲ ਉਦਾਰ ਅਤੇ ਅਗਾਹ ਵਦੂ ਮੁਸਲਮਾਨ ਉਸਦੀ ਕਦਰ ਕਰਦੇ ਨੇ ਇੰਡੋਨੇਸ਼ੀਆ ਦੇ ਵਿੱਚ 2110 ਦੇ ਦੌਰਾਨ ਉਹੀ ਕਾਨਫਰੰਸ ਦੇ ਵਿੱਚ ਉਸ ਭਲੇ ਮਾਨਸ ਨੇ ਇਹ ਲਫ਼ਜ਼ ਕਹੇ ਅਮਰੀਕਾ ਵਿੱਚਲੇ ਜਹੂਦੀ ਆਪਣੇ ਪ੍ਰੈਜ਼ੀਡੈਂਟ ਨੂੰ ਅਫਗਾਨਿਸਤਾਨ ਦੇ ਵਿੱਚ ਗੋਲੀਬਾਰੀ ਤੋਂ ਨਹੀਂ ਰੋਕਦੇ ਯੂਰਪੀ ਦੇਸ਼ਾਂ ਦੇ ਵਿੱਚ ਵੀ ਜਹੂਦੀ ਮੁਸ਼ਕਲਾਂ ਖੜੀਆਂ ਕਰਦੇ ਨੇ ਉਹਨਾਂ ਨੂੰ ਵੱਖਰੀਆਂ ਬਸਤੀਆਂ ਦੇ ਵਿੱਚ ਤੱਕ ਦੇਣਾ ਚਾਹੀਦਾ ਹੈ ਤੇ ਸਮੇਂ-ਸਮੇਂ ਉਹਨਾਂ ਦਾ ਕਤਲੇਆਮ ਨਿਹਾਈਤ ਜ਼ਰੂਰੀ ਹੈ ਉਹਨਾਂ ਨੇ ਸਭ ਸਰਕਾਰਾਂ ਤੇ ਮੁਠੀ ਦੇ ਵਿੱਚ ਬੰਦ ਕਰ ਰੱਖੀਆਂ ਨੇ ਹਿਟਲਰ ਨੇ ਉਹਨਾਂ ਦਾ ਲੱਖਾਂ ਦੀ ਗਿਣਤੀ ਦੇ ਵਿੱਚ ਜੀਆਕਾਤ ਕੀਤਾ ਪਰ ਦੁਨੀਆ ਦੇ ਵਿੱਚ ਮੁਸ਼ਕਲਾਂ ਖੜੀਆਂ ਕਰਨ ਵਾਸਤੇ ਫੇਰ ਬਚ ਰਹੇ ਨੇ ਅੰਤਰਰਾਸ਼ਟਰੀ ਸਾਜ਼ਿਸ਼ਾਂ ਦੀ ਜੜ ਜਿਹੜੀ ਹੈ ਜਹੂਦੀ ਨੇ ਗੱਲ ਆਈ ਸੀ ਨਾ ਮੈਡੀਸਿਨ ਦੀ ਮੈਡੀਸਿਨ ਟੈਕਨੋਲੋਜੀ ਤੇ ਫਾਈਨ ਆਰਟਸ ਦੇ ਵਿੱਚ ਜਿੱਥੇ ਜਹਾਨ ਲਗਾਤਾਰ ਸਿੱਖਣਾ ਛੋੜਿਆ ਹੈ ਨਾ ਉੱਥੇ ਮੁਸਲਮਾਨ ਅਤੇ ਭੂਤਕਾਲ ਦੇ ਵਿੱਚ ਜਿਹੜਾ ਸਮਾਂ ਬੀਤ ਗਿਆ ਬੈਠੇ ਬੈਠੇ ਖੜੋਤ ਦਾ ਸ਼ਿਕਾਰ ਹੋ ਗਏ ਨੇ ਬਰਾਜ਼ਿਲ, ਭਾਰਤ, ਅਫਰੀਕਾ ਤੇ ਚੀਨ ਵਰਗੇ ਪਛੜੇ ਦੇਸ਼ ਦੁੜਕੀ ਚਾਲ ਚੱਲ ਪਏ ਨੇ ਤੇ ਇਸਲਾਮੀ ਦੇਸ਼ ਅਦਰੰਗ ਦਾ ਸ਼ਿਕਾਰ ਨੇ। ਖੁਦ ਉੱਪਰ ਝਾਤ ਮਾਰਨ ਦੀ ਥਾਂ ਉਹ ਆਪਣੀ ਨਲਾਇਕੀ ਦਾ ਦੋਸ਼ ਹੋਰਾਂ ਸਿਰ ਮੜ ਕੇ ਮਜ਼ੇ ਦੀ ਨੀਂਦ ਸੌਂਦੇ ਨੇ। 35 ਸਾਲ ਤੋਂ ਫਲਸਤੀਨ ਦੀ ਜ਼ਮੀਨ ਦੇ ਉੱਪਰ ਇਜ਼ਰਾਈਲ ਦੇ ਨਜਾਇਜ਼ ਕਬਜ਼ੇ ਵਿਰੁੱਧ ਅਰਬ ਸਰਾਪ ਦੇਣੋਂ ਨਹੀਂ ਹਟਦੇ। ਕਦੀ ਸੋਚਿਆ ਨਹੀਂ ਇਸ ਵਾਸਤੇ ਉਹ ਖੁਦ ਕਿੰਨੇ ਜ਼ਿੰਮੇਵਾਰ ਨੇ। ਗੋਲਡਾ ਵਾਲੇ ਲੇਖ ਗੋਲਡਾ ਵਾਲੇ ਲੇਖ ਦੇ ਵਿੱਚ ਪਾਠਕ ਵਿਸਤਾਰ ਦੇ ਨਾਲ ਜਾਣਣਗੇ ਕਿ ਯੂਨ ਜਿਹੜਾ ਹੈ ਵੱਲੋਂ ਯੂਨਾਈਟਿਡ ਨੇਸ਼ਨ ਯੂਨ ਵੱਲੋਂ ਸਮੇਂ-ਸਮੇਂ ਥਾਪੇ ਕਮਿਸ਼ਨਾਂ ਕਮੇਟੀਆਂ ਦਾ ਅਰਬਾਂ ਨੇ ਬਾਈਕਾਟ ਕੀਤਾ ਤੇ ਜਹੂਦੀ ਹਲੀਮੇ ਦੇ ਨਾਲ ਦੂਰ ਆਦੇਸ਼ੀ ਦੇ ਨਾਲ ਆਪਣਾ ਪੱਖ ਰੱਖਦੇ ਰਹੇ ਹਮਦਰਦੀ ਜਿੱਤਦੇ ਰਹੇ ਜਦੋਂ ਪੇਸ਼ਕਸ਼ ਹੋਈ ਕਿ ਫਲਸਤੀਨ ਦਾ 70% ਹਿੱਸਾ ਰਕਬਾ ਜਿਹੜਾ ਸੀ ਮੁਸਲਮਾਨਾਂ ਦੇ ਕੋਲ ਤੇ 30% ਜਹੂਦੀਆਂ ਜਹੂਦੀਆਂ ਕੋਲ ਰਹੇਗਾ ਜਹੂਦੀ ਮੰਨ ਗਏ ਅਰਬ ਨਹੀਂ ਮੰਨੇ ਅਰਬ ਜਿਹੜੇ ਮੁਲਕ ਸੀ ਜਾਂ ਦੇਸ਼ ਸੀ ਉਹ ਨਹੀਂ ਮੰਨੇ ਇਜ਼ਰਾਈਲ ਨੂੰ ਮਾਨਤਾ ਦੇਣੀ ਤਾਂ ਦਰ ਕਿਨਾਰ ਅਰਬਾਂ ਦੇ ਅਨੁਸਾਰ ਇਜ਼ਰਾਈਲ ਦੇ ਨਾਮ ਦਾ ਜਹੂਦੀਆਂ ਦੇ ਕੋਲ ਕੋਈ ਦੇਸ਼ ਹੋਵੇ ਹੀ ਕਿਉਂ ਸਵਾਲ ਖੜਾ ਕਰਦੇ ਆ ਉਹ ਇਸ ਦੇ ਹੱਕਦਾਰ ਨਹੀਂ ਨੇ ਮੁਸਲਮਾਨਾ ਦੇ ਬਹੁਤ ਸਾਰੇ ਦੇਸ਼ ਨੇ ਪਰ ਉਹ ਸੰਤੁਸ਼ਟ ਨਹੀਂ ਸਾਰੇ ਗਲੋਬ ਉੱਪਰ ਇਸਲਾਮੀ ਝੰਡਾ ਲਹਿਰਾਉਣਾ ਜ਼ਰੂਰੀ ਹੈ ਪਰ ਜਹੂਦੀ ਚਿੜੀ ਦੇ ਪਹੁੰਚੇ ਜਿੱਡੇ ਦੇਸ਼ ਦੇ ਹੱਕਦਾਰ ਨਹੀਂ ਨੇ ਜਹੂਦੀਆਂ ਦੇ ਨਾਲ ਈਰਖਾ ਕਰਨ ਵਾਲੇ ਬੰਦੇ ਅਕਸਰ ਸਿੱਧਰੇ ਸਵਾਲ ਕਰਦੇ ਹੈ ਅਮਰੀਕਾ ਦੇ ਵਿੱਚ ਹਿੰਦੂस्तानी ਤੇ ਪਾਕਿਸਤਾਨ ਪਾਕਿਸਤਾਨੀ ਟੈਕਸੀ ਡਰਾਈਵਰ ਕਿਉਂ ਨੇ ਜਹੂਦੀ ਕਿਉਂ ਨਹੀਂ ਹੈ 19ਵੀਂ ਸਦੀ ਦੇ ਵਿੱਚ ਯੂਰੋਪੀਅਨ ਦੇਸ਼ਾਂ ਦੇ ਅਤਿਆਚਾਰਾਂ ਤੋਂ ਬਚਦੇ ਪਹਚਾੰਦੇ ਕੰਗਾਲ ਜਹੂਦੀਆਂ ਨੇ ਅਮਰੀਕਾ ਦੇ ਵਿੱਚ ਸ਼ਰਨ ਲਈ ਇੱਥੇ ਆ ਕੇ ਮਹਫੂਜ਼ ਮਾਹੌਲ ਮਿਲਿਆ ਤਾਂ ਪੜਾਈ ਕੀਤੀ ਵਪਾਰ ਨੂੰ ਹੱਥ ਪਾਇਆ ਤੇ ਮਿਹਨਤ ਲਿਆਕਤ ਸਦਕਾ ਅਮਰੀਕਾ ਨੂੰ ਵੀ ਪਛਾੜ ਕੇ ਰੱਖਤਾ ਟੈਕਸੀਆਂ ਉਸ ਸੂਰਤ ਦੇ ਵਿੱਚ ਚਲਾਉਂਦੇ ਜੇ ਉਹਨਾਂ ਨੂੰ ਉੱਤਮ ਕੰਮ ਨਾ ਆਉਂਦੇ ਹੁੰਦੇ ਕੀ ਭਾਰਤੀਆਂ ਪਾਕਿਸਤਾਨੀਆਂ ਨੂੰ ਉੱਥੇ ਟੈਕਸੀਆਂ ਚਲਾਉਣ ਦੇ ਲਈ ਮਜਬੂਰ ਕੀਤਾ ਜਾਂਦਾ ਹੈ ਉਹ ਵੀ ਤਾਂ ਕੁਝ ਨਾ ਕੁਝ ਕਰ ਸਕਦੇ ਐ ਅਮਰੀਕਾ ਦੇ ਵਿੱਚ ਜਹੂਦੀਆਂ ਦੇ ਵਸੋਂ 2% ਪਰ ਵਪਾਰੀ ਤਨਾਡਾਂ ਦੇ ਤਨਾਡਾਂ ਤੇ ਦਾਨੀਆਂ ਦੇ ਵਿੱਚੋਂ 37% ਹਿੱਸਾ ਪਾਉਂਦੇ ਐ। ਉਹਨਾਂ ਨੇ 81% ਪੋਲੀਟਜ਼ਰ ਪੋਲੀਟੀਜ਼ਰ ਇਨਾਮ ਜਿੱਤੇ ਨੇ। 37% ਅਕਾਦਮੀ ਇਨਾਮ ਨੇ ਜਿੱਤੇ ਤੇ ਅੰਕੜੇ ਪੜ੍ਹ ਕੇ ਇਲਜ਼ਾਮ ਲੱਗਦਾ ਹੈ ਕਿ ਇਹ ਉਹ ਤਾਂ ਸਬੂਤ ਹੈ ਕਿ ਅਮਰੀਕਾ ਉਹਨਾਂ ਦੇ ਕਬਜ਼ੇ ਦੇ ਵਿੱਚ ਇਸ ਲਿਖਤ ਦੇ ਵਿੱਚ ਜਾਣਨ ਅਤੇ ਦੱਸਣ ਦਾ ਯਤਨ ਹੈ ਕਿ ਮੁਸਲਮਾਨ ਕਿਉਂ ਜਹੂਦੀ ਨੂੰ ਨਫ਼ਰਤ ਕਰਦਾ ਹੈ ਨਵੰਬਰ 2008 ਦੇ ਵਿੱਚ ਪਾਕਿਸਤਾਨੀ ਪੰਜਾਬ ਦੇ ਆਤਮਕਾਤੀ ਦਸਤਿਆਂ ਨੇ ਮੁੰਬਈ ਦੇ ਵਿੱਚ ਜਹੂਦੀ ਪੁਜਾਰੀਆਂ ਦੇ ਘਰ ਦੇ ਵਿੱਚ ਵੜ ਕੇ ਸਾਰੇ ਗੋਲੀਆਂ ਦੇ ਨਾਲ ਭੁੰਨ ਦਿੱਤੇ ਜਹੂਦਿਆਂ ਨੇ ਇਨ੍ਹਾਂ ਮੁਸਲਮਾਨਾਂ ਦਾ ਕੋਈ ਨੁਕਸਾਨ ਕਰਨਾ ਦਰਕਿਨਾਰ دہشتਗਰਦ ਕਦੀ ਇਨ੍ਹਾਂ ਦੇ ਵਿੱਚੋਂ ਕਿਸੇ ਜਹੂਦੀ ਨੂੰ ਮਿਲੇ ਤੱਕ ਨਹੀਂ ਸਨ ਕਾਰਨ ਕੀ ਸੀ ਸਵਾਲ ਖੜਾ ਹੁੰਦਾ ਹੈ ਟ੍ਰੇਨਿੰਗ ਦਿੱਤੀ ਗਈ ਸੀ ਕਿ ਇਸਲਾਮਝਹੂਦਿਆਂ ਦੇ ਕਤਲਾਂ ਨੂੰ ਵਾਜਬ ਮੰਨਦਾ ਹੈ ਜਿਹੜੇ ਲੋਕਾਂ ਦਾ ਖਿਆਲ ਹੈ ਕਿ ਮੁਸਲਮਾਨ ਇਸ ਕਰਕੇ ਜਹੂਦਿਆਂ ਨੂੰ ਨਫਰਤ ਕਰਦੇ ਨੇ ਕਿਉਂਕਿ ਉਹਨਾਂ ਨੇ ਫਲਸਤੀਨ ਦੀ ਧਰਤੀ ਉੱਪਰ ਕਬਜ਼ਾ ਕਰਕੇ ਇਜ਼ਰਾਈਲ ਕਾਇਮ ਕਰ ਲਿਆ ਉਹ ਭਰਮ ਦਾ ਸ਼ਿਕਾਰ ਹੈ ਮਿਸਰ ਮਿਸਰ ਦੇ ਮੌਲਵੀ ਮੁਹੰਮਦ ਹੁਸੈਨ ਯਾਕੂਬ ਦੀ ਤਕਰੀਰ ਹੈ 17 ਜਨਵਰੀ 2009 ਦੀ ਅਲ ਰਹਿਮਾਨ ਟੀਵੀ ਉੱਪਰ ਨਸ਼ਰ ਹੋਈ ਸੀ ਉਸਦੇ ਬੋਲਾਂ ਤੋਂ ਗੱਲ ਸਮਝ ਆਉਂਦੀ ਹੈ ਜੇ ਜਹੂਦੀ ਫਲਸਤੀਨ ਛੱਡ ਕੇ ਚਲੇ ਜਾਣ ਤਾਂ ਕੀ ਅਸੀਂ ਉਹਨਾਂ ਨੂੰ ਪਿਆਰ ਕਰਨ ਲੱਗ ਜਾਵਾਂਗੇ ਉਹ ਸਵਾਲ ਰੱਖਦਾ ਹੈ ਦੁਨੀਆ ਅੱਗੇ ਹਰਗਿਜ਼ ਨਹੀਂ ਸਾਡੇ ਰੇਤੇ ਦਾ ਇੱਕ ਕਿਣਕਾ ਵੀ ਕਹਿੰਦਾ ਹੈ ਜੇ ਉਹਨਾਂ ਦੇ ਕਬਜ਼ੇ ਦੇ ਵਿੱਚ ਨਹੀਂ ਤਾਂ ਵੀ ਅਸੀਂ ਉਹਨਾਂ ਵਿਰੁੱਧ ਲੜਾਂਗੇ ਹਰਾਵਾਂਗੇ ਤੇ ਮਲਿਆ ਮੇਟ ਕਰਾਂਗੇ ਜਦੋਂ ਤੱਕ ਆਖਰੀ ਜਹੂਦੀ ਧਰਤੀ ਉੱਪਰੋਂ ਮਿਟ ਨਹੀਂ ਜਾਂਦਾ ਨਾ ਮੈਂ ਨਹੀਂ ਪੈਗੰਬਰ ਨੇ ਫਰਮਾਇਆ ਕਹਿੰਦਾ ਕਿਆਮਤ ਦਾ ਦਿਨ ਉਦੋਂ ਤੱਕ ਨਹੀਂ ਆਏਗਾ ਜਦੋਂ ਤੱਕ ਤੁਸੀਂ ਸਾਰੇ ਯਹੂਦੀਆਂ ਨੂੰ ਮਾਰਦੇ ਨਹੀਂ ਐਸਾ ਕਿਹੜਾ ਜਿਹੜਾ ਜੀ ਰੱਬ ਹੈ ਕਿਹੜਾ ਗੋੜ ਹੈ ਕਿਹੜਾ ਧਰਮ ਦਾ ਉਹ ਪੈਗੰਬਰ ਹੈ ਜਿਹੜਾ ਇਹ ਕਹਿੰਦਾ ਹੈ ਉਹ ਵੀ ਤਾਂ ਉਹੀ ਹਿਊਮਨ ਹੀ ਹੈ ਉਹ ਵੀ ਉਸੇ ਕੁੱਖੋਂ ਜੰਮੇ ਨੇ ਚਾਹੇ ਧਰਮ ਬਾਅਦ ਦੇ ਵਿੱਚ ਲੋਕਾਂ ਨੇ ਬੰਨ੍ਹ ਲਏ ਨੇ ਆਪ ਬਣਾ ਲਏ ਨੇ ਪਰ ਉਹ ਕਿਹੜਾ ਰੱਬ ਹੈ ਜਿਹੜਾ ਇੱਕੋ ਹੀ ਜਾਤੀ ਨੂੰ ਪੈਦਾ ਕਰਕੇ ਤਾਂ ਉਹ ਉਹਨੂੰ ਇੱਕ ਦੂਸਰੇ ਦੇ ਖਿਲਾਫ ਲੜਾਉਣ ਦੀ ਗੱਲ ਕਰਦਾ ਹੈ ਤੁਹਾਡੇ ਸਾਹਮਣੇ ਵੀ ਸਵਾਲ ਹੈ ਦਸਨਾ ਖਰਚ ਕੋਈ ਹੈ ਸਰਬ ਉਹ ਰੱਬ ਹੀ ਕਾਦਾ ਹੋਇਆ ਫਿਰ ਜਿਹੜਾ ਇੱਕ ਦੂਸਰੇ ਨੂੰ ਪੜਾ ਰਿਹਾ ਕਹਿੰਦੇ ਨੇ ਕਿ ਨਹੀਂ ਆਏਗਾ ਜਦੋਂ ਤੱਕ ਤੁਸੀਂ ਸਾਰੇ ਯਹੂਦੀਆਂ ਨੂੰ ਮਾਰ ਦੇ ਨਹੀਂ ਉਹ ਦਿਨ ਨਹੀਂ ਆਏਗਾ ਕਿਆਮਤ ਵਾਲਾ ਕੰਦਾਂ ਚ ਟਾਨਾਂ ਤੇ ਦਰਖਤਾਂ ਦੇ ਪਿੱਛੇ ਯਹੂਦੀ ਲੁਕਦੇ ਫਿਰਨਗੇ ਕੰਦਾਂ ਚ ਟਾਨਾਂ ਤੇ ਦਰਖਤਾਂ ਵਿੱਚੋਂ ਹੀ ਵਾਜਾ ਆਉਣਗੇ ਉਹ ਮੌਮਣਿਓ ਉਹ ਮੌਮਿਨੋ ਆ ਦੇਖੋ ਸਾਡੇ ਪਿੱਛੇ ਜਹੂਦੀ ਲੁਕਿਆ ਬੈਠਾ ਇਸ ਨੂੰ ਕਤਲ ਕਰੋ ਉਹ ਜਹੂਦੀਓ ਉਹ ਸੂਰ ਦੇਓ ਔਲਾਦੋ ਮਾਫੀ ਚਾਹੁੰਦਾ ਜੀ ਇਹਦੇ ਵਿੱਚ ਜੋ ਸ਼ਬਦ ਨੇ ਜੋ ਉਹਨਾਂ ਦੀ ਮਾਨਸਿਕਤਾ ਉਹ ਕੀ ਬਿਹੇਵ ਕਰਦੇ ਨੇ ਉਹਨਾਂ ਨਾਲ ਰੱਬ ਦਾ ਕਹਿਰ ਤੁਹਾਡੇ ਤੇ ਟੁੱਟੇਗਾ ਕਹਿੰਦਾ ਸਾਡੇ ਬਡੇਰਿਆਂ ਨੇ ਦੱਸਿਆ ਤੁਸੀਂ ਨਫ਼ਰਤ ਦੇ ਹੱਕਦਾਰ ਹੋ ਅਸੀਂ ਇਹ ਗੱਲ ਆਪਣੇ ਬੱਚਿਆਂ ਨੂੰ ਦੱਸ ਦਿੱਤੀ ਹੈ ਜਾਣ ਕੇ ਉਹਨਾਂ ਦੇ ਵਿੱਚ ਗੁੱਬਗੁਬਾਰ ਭਰਤਾ ਵੀ ਭਾਈ ਤੁਸੀਂ ਇਹਨਾਂ ਦੇ ਇਹ ਸਾਡੇ ਦੁਸ਼ਮਣ ਨੇ ਜਿੱਦਾਂ ਕਿ ਉਹਨ ਸਾਡੇ ਧਰਮ ਦੇ ਵਿੱਚ ਵੀ ਚੱਲਦਾ ਹੈ ਬੱਕਰੀਆਂ ਬੱਕਰੀਆਂ ਟਕਸਾਲਾਂ ਨੇ ਬੱਕਰੇ ਬੱਕਰੇ ਉਹ ਚੀਜ਼ਾਂ ਜਿਹੜੀਆਂ ਗਰੁੱਪ ਬਣੇ ਹੋਏ ਨੇ ਉਹ 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 ਉਹਨਾਂ ਨੂੰ ਨਹੀਂ ਪਸੰਦ ਕਰਦੇ ਉਹਨਾਂ ਨੂੰ ਨਹੀਂ ਪਸੰਦ ਕਰਦੇ ਕਹਿੰਦਾ ਕਿ ਕੁੱਲ ਦੁਨੀਆ ਦੇ ਵਿੱਚ ਇੱਕ ਮੁਸਲਮਾਨ ਵੀ ਬਾਕੀ ਬਚਿਆ ਨਾ ਤਾਂ ਤੁਹਾਡੇ ਖਿਲਾਫ ਲੜੇਗਾ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਪੁਰਾਤਨ ਇਸਲਾਮੀ ਸਾਹਿਤ ਦੇ ਵਿੱਚ ਯਹੂਦੀਆਂ ਵਿਰੁੱਧ ਸਮਗਰੀ ਮੌਜੂਦ ਹੈ। ਹੱਥਲੀ ਲਿਖਤ ਨਖੇੜਾ ਕਰੇਗੀ ਕਿ ਨਫ਼ਰਤ ਦਾ ਬੀਜ ਪਾਕ ਕੁਰਾਨ ਦੇ ਵਿੱਚ ਹੈ ਕਿ ਹਦੀਸ ਦੇ ਵਿੱਚ। ਨਬੀ ਦੇ ਦੇਹਾਂਤ ਤੋਂ ਉਪਰੰਤ ਕੁਰਾਨ ਜ਼ਬਾਨੀ ਯਾਦ ਕਰਦਿਆਂ ਇੱਕ ਪੀੜੀ ਤੋਂ ਦੂਜੀ ਤੱਕ ਪੁੱਜਿਆ ਤੇ ਇੱਕ ਸਦੀ ਬਾਅਦ ਲਿਖਤ ਦੇ ਵਿੱਚ ਆਇਆ। ਜਦੋਂ ਲਿਖਤ ਦੇ ਵਿੱਚ ਆਇਆ ਉਦੋਂ ਵੀ ਸ਼ੁਰੂ ਦੇ ਵਿੱਚ ਜ਼ੇਰ ਜ਼ੇਰ ਜ਼ਬਰ ਜਨਨਕੀ ਸਿਹਾਰੀ ਬਿਹਾਰੀ ਔਂਕੜ ਦੁਲੈਂਕੜ ਆਦਿਕ ਮਾਤਰਾਵਾਂ ਨਹੀਂ ਲੱਗੀਆਂ ਸਨ ਇਹਨਾਂ ਦੀ ਵਰਤੋਂ ਬਾਅਦ ਦੇ ਵਿੱਚ ਸ਼ੁਰੂ ਹੁੰਦੀ ਹੈ ਕੁਰਾਨ ਜਿਵੇਂ ਕਿ ਆਪਣੇ ਕਹਿ ਲੋ ਕਿ ਗੁਰਮੁਖੀ ਦੀ ਗੱਲ ਆਉਂਦੀ ਹੈ ਜਾਂ ਜਿੰਨੇ ਵੀ ਆਪਣੇ ਧਾਰਮਿਕ ਗ੍ਰੰਥ ਨੇ ਉਹਨਾਂ ਦੇ ਵਿੱਚ ਵੀ ਇਹ ਚੀਜ਼ ਆਪਾਂ ਮਹਿਸੂਸ ਕਰ ਸਕਦੇ ਹਾਂ ਦੇਖ ਸਕਦੇ ਹਾਂ ਕਿ ਜਿਹੜੀ ਹੈ ਡਿਵੈਲਪਮੈਂਟ ਬੋਲੀਆਂ ਦੇ ਵਿੱਚ ਸਮੇਂ-ਸਮੇਂ ਦੇ ਉੱਤੇ ਹੋਈ ਹੈ ਕੁਰਾਨ ਲਿਖੇ ਜਾਣ ਤੋਂ 100 ਸਾਲ ਬਾਅਦ ਵੀ ਪਹਿਲੀ ਹਦੀਸ ਲਿਖੀ ਗਈ ਇਹ ਨਹੀਂ ਕਿ ਹਦੀਸ ਲਿਖਣ ਦਾ ਚਾਹ ਇੱਕ ਸਦੀ ਬਾਅਦ ਚੜਿਆ ਸੀ ਪੈਗੰਬਰ ਦੇ ਦਿਹਾਂਤ ਦੇ ਉਪਰੰਤ ਕੁਝ ਮুরিਦਾਂ ਨੇ ਹਦੀਸ ਲਿਖਣੀ ਸ਼ੁਰੂ ਕਰ ਦਿੱਤੀ ਸੀ ਹਦੀਸ ਉਸ ਲਿਖਤ ਨੂੰ ਆਖਿਆ ਜਾਂਦਾ ਹੈ ਜਿਸ ਦੇ ਵਿੱਚ ਨਬੀ ਦੀਆਂ ਯਾਦਾਂ ਉਹਨਾਂ ਦੇ ਨਾਲ ਵਾਪਰੀਆਂ ਘਟਨਾਵਾਂ ਉਹਨਾਂ ਦੇ ਸੰਵਾਦ ਸ਼ਾਮਲ ਨੇ ਖਲੀਫਾ ਉਮਰ ਨੂੰ ਪਤਾ ਲੱਗਾ ਤਾਂ ਉਹਨਾਂ ਸਾਰੀਆਂ हदीस मागਵਾ ਕੇ ਸਾੜ ਦਿੱਤੀਆਂ ਤੇ ਹਦੀਸ ਲਿਖਣ ਵਾਲਿਆਂ ਨੂੰ ਸਖਤ ਮਨਾਹੀ ਕਰ ਦਿੱਤੀ ਸੀ ਕਿਹਾ ਕਿ ਨਬੀ ਫਰਮਾ ਗਏ ਨੇ ਅੱਲਾ ਦੇ ਬੋਲ ਪ੍ਰਗਟ ਹੋ ਗਏ ਨੇ ਕੁਰਾਨ ਦੀਆਂ ਆਇਤਾਂ ਕੀਮਤੀ ਨੇ ਮੈਂ ਬੰਦਾ ਹਾਂ ਮੇਰੇ ਆਪਣੇ ਖਿਆਲ ਬੋਲ ਤੁਹਾਡੇ ਵਰਗੇ ਨੇ ਮੇਰੀਆਂ ਗੱਲਾਂ ਵੱਲ ਧਿਆਨ ਦੇਣ ਦੀ ਬਜਾਏ ਕੁਰਾਨ ਦੇ ਕਲਾਮ ਉੱਪਰ ਕਹਿੰਦਾ ਹੈ ਅਮਲ ਕਰਨਾ ਹੈ ਯਹੂਦੀ ਈਸਾਈ ਤੇ ਮੁਸਲਮਾਨ ਇੱਕੋ ਸਾਂਝੀ ਵਿਰਾਸਤ ਦੇ ਮুরিਦ ਨੇ ਜਿਸ ਨੂੰ ਸਾਮੀ ਸੱਭਿਆਚਾਰ ਜਾਣੀ ਕਿ ਸੇਮੈਟਿਕ ਕਲਚਰ ਵੀ ਕਿਹਾ ਜਾਂਦਾ ਹੈ ਇਹਨਾਂ ਸਾਰਿਆਂ ਦਾ ਪਹਿਲਾ ਪੈਗੰਬਰ ਆਦਮ ਹੈ ਉਪਰੰਤ ਸਾਰੇ ਪੈਗੰਬਰ ਸਾਂਝੇ ਨੇ ਇੰਨਾ ਕੋਈ ਫਰਕ ਪਿਆ ਹੈ ਕਿ ਜਹੂਦਿਆਂ ਦਾ ਆਖਰੀ ਨਬੀ موسی ਇਸਾਈਆਂ ਦਾ ਆਖਰੀ ਮਸੀਹਾ ਈਸਾ ਤੇ ਮੁਸਲਮਾਨਾਂ ਦਾ ਆਖਰੀ ਪੈਗੰਬਰ ਮੁਹੰਮਦ ਹੈ ਜੜ ਤਾਂ ਇੱਕੋ ਹੀ ਹੈ ਨਾ ਸਿੱਟੇ ਦਾ ਰੰਗ ਰੂਪ ਮਾੜਾ ਮੋਟਾ ਬਦਲ ਗਿਆ ਪਰ ਬਹੁਤਾ ਨਹੀਂ ਬਦਲਿਆ ਸਾਂਝੀ ਵਿਰਾਸਤ ਵਾਲੀ ਕੌਮ ਵਿੱਚ ਦੁਸ਼ਮਣੀ ਦੇ ਬੀਜ ਪੈਗੰਬਰਾਂ ਨੇ ਨਹੀਂ ਬੰਦਿਆਣੇ ਬੀਜੇ ਨਬੀਆਂ ਦੇ ਬੀਜੇ ਬੀਜਾਂ ਨੇ ਮੁਕਤੀ ਦਵਾਰਾ ਖੋਲਿਆ ਦਵਾਰ ਖੋਲਿਆ ਮੁਕਤੀ ਦਾ ਬੰਦਿਆਣੇ ਬੀਜਾਂ ਨੇ ਧਰਤੀ ਉੱਪਰ ਖੂਨ ਦੀਆਂ ਨਦੀਆਂ ਵਹਾ ਕੇ ਦੋਜਕ ਨਰਕ ਦਾ ਦਰਵਾਜ਼ਾ ਖੋਲਤਾ ਅਬਰਾਹਮ ਮੂਜ਼ਾ ਦਾਊਦ ਸੁਲੇਮਾਨ ਅਰਬਾਂ ਜਹੂਦੀਆਂ ਦੇ ਸਾਂਝੇ ਨਬੀ ਨੇ ਦੋਹਾਂ ਕੌਮਾਂ ਦੇ ਬੱਚਿਆਂ ਦਾ ਆਪਸ ਦੇ ਵਿੱਚ ਨਿਕਾਹ ਆਮ ਗੱਲ ਹੈ ਜਿਸ ਦਰਗਾਹ ਦਾ ਨਾਮ ਚੰਟਾ ਜਿਸ ਦਰਗਾਹ ਦਾ ਨਾਮ ਚਿਤਾਨ ਉੱਪਰਲਾ ਗੋਬੰਦ ਡੋਮ ਔਨ ਦੀ ਰੌਕ ਹੈ ਉੱਥੇ ਦੋਵੇਂ ਕੌਮਾਂ ਬੰਦਗੀ ਕਰਨ ਵਾਸਤੇ ਇਕੱਠੀਆਂ ਹੁੰਦੀਆਂ ਸਿੱਖਾਂ ਦੇ ਵਿੱਚ ਵੀ ਪੁਜਾਰੀਵਾਦ ਸਦਕਾ ਇਹ ਨਿਗਾਰ ਜੜਾ ਆ ਚੁੱਕਿਆ ਹੈ ਭਾਈ ਮਰਦਾਨਾ ਜੀ ਦੇ ਖਾਨਦਾਨ ਵਿਚਲੇ ਰਾਗੀਆਂ ਨੂੰ ਇਤਿਹਾਸਕ ਗੁਰਦੁਆਰਿਆਂ ਦੇ ਵਿੱਚ ਕੀਰਤਨ ਕਰਨ ਦੀ ਮਨਾਹੀ ਹੈ ਪਾਕਿਸਤਾਨੋਂ ਆਏ ਭਾਈ ਗੁਲਾਮ ਮੁਹੰਮਦ ਚਾਂਦ ਨੇ ਦੱਸਿਆ ਜੀ ਸਾਡੇ ਬਟੇਰੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਕੀਰਤਨੀਆਂ ਸਨ ਜਦੋਂ ਪਹਿਲਾ ਜੱਥਾ ਪਹਿਲਾ ਜੱਥਾ ਕੀਰਤਨ ਕਰ ਰਿਹਾ ਹੁੰਦਾ ਹੈ ਸਾਡੀ ਵਾਰੀ ਦੇ ਵਿੱਚ ਦੇਰੀ ਹੁੰਦੀ ਹੈ ਨਮਾਜ਼ ਦਾ ਵਕਤ ਹੋ ਜਾਂਦਾ ਹੈ ਤੇ ਅਸੀਂ ਪਰਿਕਰਮਾਂ ਦੇ ਵਿੱਚ ਪਹਿਲੋਂ ਨਮਾਜ਼ ਅਦਾ ਕਰਦੇ ਹਾਂ ਫਿਰ ਕੀਰਤਨ ਕਰਨ ਦੀ ਵਾਰੀ ਆ ਜਾਂਦੀ ਹੈ ਕੀਰਤਨ ਕਰਦੇ ਹਾਂ ਪਾਕਿਸਤਾਨ ਦੇ ਵਿੱਚ ਕਿਸ ਨੂੰ ਕੀਰਤਨ ਸੁਣਾਈਏ ਅਸੀਂ ਉਹ ਸਵਾਲ ਕਰਦੇ ਆ ਕਿਰਤਨੀਆਂ ਹੋਣ ਕਰਕੇ ਕਵਾਲੀਆਂ ਗਾਉਣ ਨੂੰ ਸਾਡਾ ਦਿਲ ਨਹੀਂ ਕਰਦਾ ਫਲਸਰੂਪ ਭੁੱਖਮਰੀ ਦੀ ਨੌਬਤ ਆ ਗਈ ਹੋਈ ਹੈ ਮੁਸਲਮਾਨ ਤੇ ਇਹੂਦੀ ਇੱਕੋ ਪਿਸ਼ੋਕੜ ਦੇ ਨੇ ਤੇ ਇੱਕ ਰੱਬ ਦੇ ਉਪਾਸ਼ਕਾਂ ਇਹੂਦੀਆਂ ਦੇ ਲਈ ਯਰੂਸ਼ਲਮ ਜਿਹੜਾ ਸ਼ਹਿਰ ਹੈ ਅਤੇ ਇਜ਼ਰਾਈਲ ਦੇਸ਼ ਪਵਿੱਤਰ ਨੇ ਇਹ ਤਾਂ ਮਾ ਇਨਾ ਦੀ ਮੰਜ਼ਲ ਨੇ ਜਦੋਂ ਕਿ ਮੁਸਲਮਾਨਾਂ ਦੇ ਅਨੁਸਾਰ ਰੱਬ ਨਬੀ ਅਤੇ ਕੁਰਾਨ ਉਹਨਾਂ ਦੀ ਮੰਜ਼ਲ ਨੇ ਕੋਈ ਵਿਸ਼ੇਸ਼ਤਾ ਮੰਜ਼ਲ ਨਹੀਂ ਉਹ ਸਾਰੀ ਧਰਤੀ ਤੇ ਫੈਲਣਗੇ ਜਹੂਦੀ ਆਖਦੇ ਨੇ ਜਿਸ ਨੇ ਧਰਤੀ ਤੇ ਫੈਲਣਾ ਹੋਵੇ ਫੈਲੇ ਸਾਨੂੰ ਇੰਤਜ਼ਾਰ ਨਹੀਂ ਨਿੱਕੀ ਜਿਹੀ ਥਾਂ ਇਜ਼ਰਾਈਲ ਸਾਡੇ ਲਈ ਛੱਡ ਦੇ ਹਦੀਸ ਦੇ ਮੁਤਾਬਕ ਜਹੂਦੀ ਟੇਢੇ ਨੇ ਤੇ ਬੇਈਮਾਨ ਵੀ ਮੁਸਲਮਾਨਾਂ ਦੀ ਇਸ ਨਫ਼ਰਤ ਦੇ ਕਾਰਨ ਜਹੂਦੀਆਂ ਨਾਲੋਂ ਵਧੇਕ ਨੁਕਸਾਨ ਮੁਸਲਮਾਨਾਂ ਦਾ ਹੋਇਆ ਇਜ਼ਰਾਈਲ ਫਲਸਤੀਨ ਦਾ ਝਗੜਾ 1948 ਦੇ ਵਿੱਚ ਸ਼ੁਰੂ ਨਹੀਂ ਹੋਇਆ 7ਵੀਂ ਸਦੀ ਤੋਂ ਚੱਲਦਾ ਆ ਰਿਹਾ ਅਸਲਚ ਦੁਸ਼ਮਣੇ ਦੀ ਜੜ ਫਰੋਲਣ ਤੋਂ ਪਹਿਲਾਂ ਕੁਰਾਨ ਦੀਆਂ ਇਹ ਆਇਤਾਂ ਜਿਹੜੀਆਂ ਪੜੀਆਂ ਕਹਿੰਦੇ ਨੇ ਕਿ ਜਿਹੜੇ ਅੱਲਾ ਉੱਪਰ ਈਮਾਨ ਲਿਆਉਣਗੇ ਜਿਹੜੇ ਅੱਲਾ ਉੱਪਰ ਈਮਾਨ ਲਿਆਉਣਗੇ ਬੇਸ਼ੱਕ ਉਹ ਜਹੂਦੀ ਹੋਣ ਜਾਂ ਈਸਾਈ ਜਿਹੜੇ ਰੱਬ ਦੇ ਵਿੱਚ ਤੇ ਕਿਆਮਤ ਦੇ ਦਿਨ ਦੇ ਵਿੱਚ ਯਕੀਨ ਕਰਨਗੇ ਉਹ ਭਰੋਸਾ ਰੱਖਣ ਉਹਨਾਂ ਨੂੰ ਕੋਈ ਡਰ ਨਹੀਂ ਉਹਨਾਂ ਨੂੰ ਕੋਈ ਦੁੱਖ ਸੰਤਾਪ ਨਹੀਂ ਟਕਰੇਗਾ 26 ਨਵੰਬਰ 2008 ਦੀ ਸ਼ਾਮ ਦੋ ਪਾਕਿਸਤਾਨੀ ਜਹਾਦੀ ਮੁੰਬਈ یہودی ਪੁਜਾਰੀ ਦੇ ਘਰ ਅੰਦਰ ਘੁਸ ਗਏ ਪੁਜਾਰੀ ਉਸ ਦੀ ਗਰਭਵਤੀ ਔਰਤ ਦੋ ਮਹਿਮਾਨ ਗੋਲੀਆਂ ਦੇ ਨਾਲ ਫੌਂਟ ਦਿੱਤੇ ਤੇ ਦੋ یہودی ਔਰਤਾ ਬੰਦੀ ਬਣਾ ਲਈਆਂ ਗਈਆਂ ਪਾਕਿਸਤਾਨ ਵਿਚਲਾ ਉਹਨਾਂ ਦਾ ਪਵਿੱਤਰ ਕਮਾਂਡਰ ਸੈੱਲ ਫੋਨ ਦੇ ਉੱਤੇ ਹਦਾਇਤਾਂ ਦੇ ਰਿਹਾ ਕਿਸੇ ਸੂਰਤ ਦੇ ਵਿੱਚ ਜਿਉਂਦੇ ਜੀ ਆਤਮ ਸਮਰਪਣ ਨਹੀਂ ਕਰਨਾ ਤੁਹਾਡਾ ਮਿਸ਼ਨ ਤੁਹਾਡੀ ਮੌਤ ਦੇ ਨਾਲ ਪੂਰਾ ਹੋਏਗਾ ਤੁਸੀਂ ਗਏ ਸਾਰਾ ਭੇਦਬਗੀ ਗਿਆ ਨਾਲ ਹੀ ਨਾਲ ਸਾਰਾ ਕੁਝ ਫਾਈਲਾਂ ਬੰਦ ਜੀ ਜੇ ਬਚ ਗਏ ਫੜੇ ਗਏ ਤਾਂ ਫਿਰ ਰੋਲਾ ਪਏਗਾ ਤੇ ਉਹਨਾਂ ਦਾ ਬ੍ਰੇਨ ਵਾਸ਼ ਹੀ ਇਦਾਂ ਕਰ ਦਿੱਤਾ ਜਾਂਦਾ ਧਰਮ ਦੇ ਨਾਂ ਦੇ ਉੱਤੇ ਜਹਾਦੀ ਬਣਾ ਦਿੱਤੇ ਜਾਂਦੇ ਆ ਇਦਾਂ ਹੀ ਸਾਡੇ ਵਾਲੇ ਵੀ ਹੈਗੇ ਆ ਜੀ ਵਿੱਚ ਸੁਰਗ ਦੇ ਵਿੱਚ ਇੱਕ ਇੱਕ ਦਾ ਇੰਤਜ਼ਾਰ 72 72 ਕਹਿੰਦੇ ਹੂਰਾਤਾਂ ਕਰ ਰਹੀਆਂ ਤੇ ਜਿਹੜੀਆਂ ਇੱਥੇ ਹੂਰਾ ਮਾਰਦੀਆਂ ਨੇ ਉਹਨਾਂ ਦਾ ਇੰਤਜ਼ਾਰ ਕੌਣ ਕਰ ਰਿਹਾ ਉਹ ਵੀ ਤਾਂ ਦੱਸੋ ਹੈ ਕੋਈ ਉੱਥੇ ਉੱਪਰਲੇ ਪਾਸੇ ਕੋਈ ਬੰਦਾ ਬੁੰਦਾ ਜਾਂ ਭੂਤ ਪ੍ਰੇਤ ਜਿਹੜਾ ਉਹਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਕਿ ਨਹੀਂ ਕਿ ਬੰਦਿਆਂ ਨੂੰ ਹੂਰਾ ਮਿਲਦੀਆਂ ਨੇ ਤੇ ਜਿਹੜੀਆਂ ਨੇ ਔਰਤਾਂ ਨੇ ਉਹਨਾਂ ਨੂੰ ਕੀ ਮਿਲਣਾ ਉਹ ਵੀ ਦੱਸੋ ਸੁਰਗ ਦੇ ਵਿੱਚ ਕਹਿੰਦਾ ਇੱਕ ਇੱਕ ਦਾ ਇੰਤਜ਼ਾਰ 72 72 ਹੂਰਾ ਕਰ ਰਹੀਆਂ ਨੇ ਉਹ ਖੂਨੀ دہشت ਫੈਲਾ ਦਿਓ ਕਿ ਦੁਸ਼ਮਣ ਨੂੰ ਦੁਨੀਆ ਖਤਮ ਹੋਣ ਤੱਕ ਕਾਂਬਾ ਛੜਿਆ ਰਵੇ ਗਿਣਤੀ ਦੇ ਵਿੱਚ ਕੁੱਲ 10 ਜਹਾਦੀਆਂ ਦਾ ਗਰੋਹ ਸੀ ਜਿਨ੍ਹਾਂ ਨੇ ਅਮਰ ਸਿੰਘ ਸੋਲੰਕੀ ਦਾਸ ਨਿੱਕਾ ਸਮੁੰਦਰੀ ਜਹਾਜ਼ ਅਮਲੇ ਸਮੇਤ ਅਗਵਾ ਕੀਤਾ। ਅਮਲੇ ਦੇ ਵਿੱਚ ਸੰਲੋਕ ਸੋਲੰਕੀ ਸਨੇ 5 ਜਣੇ ਸੀ। 4 ਜਣੇ ਗੋਲੀਆਂ ਮਾਰ ਕੇ ਸਮੁੰਦਰ ਦੇ ਵਿੱਚ ਸੁੱਟ ਦਿੱਤੇ ਗਏ ਤੇ ਸੋਲੰਕੀ ਨੂੰ ਬੰਦੀ ਬਣਾ ਕੇ ਗਿਆ 550 ਮੀਲ ਲੰਮਾ ਪੰਧ ਤੈਅ ਕਰਵਾ ਕੇ ਮੁੰਬਈ ਪਹੁੰਚ ਸਾਨੂੰ ਪਹੁੰਚਾ। ਇਸ گروਹ ਦਾ ਨੇਤਾ ਇਸਮਾਇਲ ਪਾਕਿਸਤਾਨ ਵਿੱਚਲੇ ਆਪਣੇ ਨੇਤਾ ਦੇ ਨਾਲ ਗੱਲ ਕਰ ਰਿਹਾ ਸੀ। ਅਸੀਂ 4 ਬੱਕਰੀਆਂ ਅਸੀਂ ਚਾਰ ਬੱਕਰੀਆਂ ਤਾਂ ਕਹਿੰਦਾ ਖਾ ਲਈਆਂ ਇਸ ਪੰਜਵੀਂ ਦਾ ਕੀ ਕਰਨਾ ਹੈ ਫੋਨ ਦੇ ਉੱਤੇ ਜਵਾਬ ਆਉਂਦਾ ਕਿ ਕਿਨਾਰੇ ਪੁੱਜ ਕੇ ਇਸ ਨੂੰ ਵੀ ਹਲਾਲ ਕਰ ਦੇਣਾ ਕਿਨਾਰੇ ਲੱਗਣ ਤੋਂ ਪਹਿਲਾਂ ਇਸਮਾਇਲ ਨੇ ਸ਼ੌਇਬ ਅਤੇ ਬਾਬਰ ਇਮਰਾਨ ਨੂੰ ਕਿਹਾ ਬੱਕਰੀ ਦੀਆਂ ਅੱਖਾਂ ਬੰਨ ਕੇ ਲਟਾ ਦਿਓ ਇਹਨੂੰ ਇਸਮਾਇਲ ਅਤੇ ਬਾਬਰ ਨੇ ਉਸ ਨੂੰ ਦੱਬ ਕੇ ਰੱਖਿਆ ਇਸਮਾਇਲ ਨੇ ਬਿਲਕੁਲ ਉਮੇ ਗਰਦਨ ਦੀ ਸ਼ਾਰਾਗੋ ਦੇ ਉੱਪਰ ਛੁਰੀ ਫੇਰੀ ਜਿਵੇਂ ਪਿੰਡ ਬੱਕਰੀ ਜ਼ੇਬਾ ਕਰ ਰਹਾ ਹੁੰਦਾ ਸੀ ਤਿੰਨ ਬੱਚਿਆਂ ਦਾ ਪਿਤਾ ਜਿਹੜਾ ਸੀ ਸੋਲੰਕੀ ਖੂਨ ਦੇ ਛੱਪੜ ਦੇ ਵਿੱਚ ਦਮ ਤੋੜ ਗਿਆ ਫਰਿਸ਼ਤਿਆਂ ਦੇ ਕਦਮਾਂ ਦੇ ਵਿੱਚ ਪੰਜ ਮਰਦਾਂ ਦੀ ਬਲੀ ਦੇ ਦਿੱਤੀ ਗਈ ਤਾਂ ਕਾਮਯਾਬੀ ਕਿਵੇਂ ਨਾ ਮਿਲਦੀ ਫਿਰ ਪਹਿਲਾ ਕਾਫਰ ਹਲਾਲ ਕਰਨ ਦਾ ਪੁੰਨ ਸ਼ੌਇਬ ਨੂੰ ਮਿਲਿਆ ਬਾਬਰ ਇਮਰਾਨ ਦੇ ਨਾਲ ਕਿਹੜਾ ਪੱਖਪਾਤ ਹੋਇਆ ਆਖਰ ਸੋਲੰਕੀ ਵੀ ਤਾਂ ਹਿੰਦੂ ਕਾਫਰ ਸੀ ਨਾ ਪਰ ਬਾਬਰ ਅਤੇ ਨਾਸਿਰ ਦੇਉਤਸ਼ਾਹ ਦਾ ਕੋਈ ਟਿਕਾਣਾ ਨਹੀਂ ਸੀ ਕਿਉਂਕਿ ਉਹਨਾਂ ਨੇ ਯਹੂਦੀ ਮਾਰਨੇ ਸਨ ਸ਼ਰਾਹ ਮੁਤਾਬਕ ਜਿਹੜਾ ਇੱਕ ਯਹੂਦੀ ਮਾਰਨ ਦਾ ਅੱਲਾ ਵੱਲੋਂ ਓਨਾ ਇਨਾ ਮਿਲੇਗਾ ਜਿੰਨਾ 50 ਆਮ ਕਾਫਰ ਮਾਰਨ ਦਾ ਹੈ 2500 ਸਾਲ ਪਹਿਲਾਂ ਤੋਂ ਯਹੂਦੀ ਭਾਰਤ ਦੇ ਵਿੱਚ ਆ ਕੇ ਵਸਦੇ ਰਹੇ ਜਿੱਥੇ ਕਦੀ ਉਹਨਾਂ ਨੂੰ ਨਫ਼ਰਤ ਨਹੀਂ ਮਿਲੀ ਮੁਗਲ ਰਾਜ ਵੇਲੇ ਸਰਕਾਰ ਨੇ ਤਾਂ ਪਿੰਡੂ ਮੁਸਲਮਾਨਾਂ ਨੇ ਉਹਨਾਂ ਦੇ ਨਾਲ ਵਿਤਕਰਾ ਨਹੀਂ ਕੀਤਾ ਭਾਰਤ ਦੇ ਵਿੱਚ ਯਹੂਦੀ ਲਫ਼ਜ਼ ਸਤਿਕਾਰਯੋਗ ਰਿਆ ਇਹਨਾਂ ਦਸਾਂ ਖਾੜਕੁਆ ਨੇ ਇੱਕੋ ਰੰਗ ਦੀਆਂ ਪੈਂਟਾਂ ਕਮੀਜ਼ਾਂ ਪਹਿਨੀਆਂ ਹੋਈਆਂ ਪਿੱਠ ਪਿੱਛੇ ਇੱਕੋ ਜਿਹਾ ਸਫਰੀ ਬੈਗ ਜਿਵੇਂ ਟੂਰਿਸਟ ਕਾਲਜੀਏਟ ਹੋਣ ਜਿਸ ਪੋਸ਼ ਇਲਾਕੇ ਦੇ ਵਿੱਚ ਜਹੂਦੀ ਮੰਦਿਰ ਅਤੇ ਪੁਜਾਰੀ ਪਰਿਵਾਰ ਰਹਿੰਦਾ ਸੀ ਉਥੇ ਪ੍ਰਸਿੱਧ ਚਿੱਤਰਕਾਰ ਐਮ ਐਫ ਓਸੈਨ ਤੇ ਉਦਯੋਗਪਤੀ ਅੰਬਾਨੀ ਦੀ ਰਹਾਇਸ਼ ਹੈ ਸੜਕਾਂ ਸੁੰਨਸਾਨ ਸੰ ਕਿਉਂਕਿ ਲੋਕ ਟੀਵੀ ਨੂੰ ਚੰਬੜੇ ਪਏ ਸਨ ਭਾਰਤ ਇੰਗਲੈਂਡ ਕ੍ਰਿਕਟ ਮੈਚ ਦਾ ਆਨੰਦ ਲੈ ਰਹੇ ਨੇ ਅਨੀਤਾ اڈਿਆਰ ਨਾਂ ਦੀ ਇੱਕ ਔਰਤ ਨੂੰ ਇਹ ਟੋਲੀ ਅਜੀਬ ਲੱਗੀ ਪੁੱਛ ਲਿਆ ਕਿ ਕੌਣ ਹੋ ਤੁਸੀਂ ਕੀ ਕਰਨ ਆਏ ਹੋ ਗੁੱਸੇ ਦੇ ਨਾਲ ਇੱਕ ਨੇ ਕਿਹਾ ਤੈਂ ਕੀ ਲੈਣਾ ਆਪਣੇ ਕੰਮ ਦੇ ਨਾਲ ਮਤਲਬ ਰੱਖ ਕਾਫਰ ਔਰਤ ਦੀ ਇਹ ਮਜਾਲ ਕਿ ਐਡੇ ਯੋਧਿਆਂ ਨੂੰ ਐਡੇ ਵੱਡੇ ਯੋਧਿਆਂ ਨੂੰ ਸਵਾਲ ਕਰੇ ਦਸਾਂ ਨੇ ਦੋ ਦੀ ਦੋ ਦੀਆਂ ਟੋਲੀਆਂ ਦੇ ਵਿੱਚ ਵੰਡਿਆ ਜਾਣਾ ਸੀ ਬਾਬਰ ਤੇ ਨਾਸਿਰ ਨੇ ਜਹੂਦਿਆਂ ਨੂੰ ਮਾਰਨਾ ਸੀ ਤੇ ਬਾਕੀ ਚਾਰ ਟੋਲਿਆਂ ਨੇ ਭੀੜਾਂ ਦੇ ਵਿੱਚ ਵੜ ਕੇ ਏਕੇ 47 ਤੇ ਬੰਬ ਚਲਾ ਦੇਣੇ ਸਨ ਮਰਨ ਵਾਲੇ ਹਿੰਦੂ ਈਸਾਈ ਸਿੱਖ ਜਾਂ ਮੁਸਲਮਾਨ ਜੋ ਮਰਜੀ ਹੋਣ ਕੋਈ ਭੇਦਭਾਵ ਨਹੀਂ ਪਹਿਲਾਂ ਇਹ 8 ਜਣੇ ਚਾਰ ਥਾਮਾਂ ਦੇ ਉੱਤੇ ਧਮਾਕੇ ਕਰਨਗੇ ਪੁਲਿਸ ਉੱਪਰ ਰੁੱਝ ਜਾਵੇਗੀ ਇਧਰ ਜਹੂਦਿਆਂ ਦਾ ਸਫਾਇਆ ਬਾਅਦ ਦੇ ਵਿੱਚ ਸੋਖਾ ਹੋ ਜਾਊ 29 ਸਾਲ ਦਾ ਅਮਰੀਕਨ ਜਹੂਦੀ ਪਾਦਰੀ ਆਪਣੀ 28 ਸਾਲਾ ਪਤਨੀ ਰਿਵੇਕਾ ਨਾਲ ਇਸ ਮੰਦਰ ਦੇ ਵਿੱਚ ਰਹਿ ਰਿਹਾ ਸੀ ਜਿੱਥੇ ਆਲੇ ਦੁਆਲੇ ਮੁਸਲਮਾਨਾਂ ਦੀ ਵਸੋਂ ਦਾ ਸਲੂਕ ਦੋਸਤਾਨਾ ਸੀ ਰਾਤ ਤੇ ਰਾਤ ਦੇ 10 ਵਜੇ ਤੱਕ ਹੈਡ ਗਰਨੇਡਾ ਹੈਂਡ ਗਰਨੇਡਾ ਤੇ AK-47ਆਂ ਦੀ ਵਾਛੜਾਂ ਦੇ ਨਾਲ ਚਾਰ ਟੋਲੀਆਂ ਕਹਰਾ ਮਚਾ ਚੁੱਕੀਆਂ ਤਾਂ ਦੋ ਜਣੇ ਯਹੂਦੀਆਂ ਦੇ ਨਰੀਮਾ ਟਿਕਾਣੇ ਵੱਲ ਵਦੇ ਧੁਮਾਕਿਆਂ ਦੀ ਆਵਾਜ਼ ਸੁਣ ਕੇ ਪਾਦਰੀ ਨੇ ਪੁਲਿਸ ਨੂੰ ਫੋਨ ਕਰਤਾ ਦੋਵੇਂ ਜਹਾਦੀ ਫੁਰਤੀ ਦੇ ਨਾਲ ਯਹੂਦੀ ਦੇ ਘਰ ਅੰਦਰ ਘੁਸੇ ਤੇ ਬੰਦੂਕ ਤਾਣ ਲਈਆਂ ਬੰਦੂਕਾਂ ਤਾਣ ਲਈਆਂ ਬਚ ਗਈ ਔਰਤ ਦੱਸਦੀ ਹੈ ਰਵੇਕਾ ਡਰੀ ਨਹੀਂ ਕਿਹਾ ਮੈਨੂੰ ਮਾਰੋ ਇੱਕ ਨਹੀਂ ਕਈ ਗੋਲੀਆਂ ਲੰਗਾ ਆ ਦਿੱਤੀਆਂ ਦੋ ਹੋਰ ਯਹੂਦੀ ਮਾਰਨ ਪਿੱਛੋਂ 55 ਸਾਲਾਂ ਨੌਰਮਾ ਤੇ 62 ਸਾਲਾਂ ਔਰਪਾ ਦੋ ਔਰਤਾਂ ਬੰਦੀ ਬਣਾ ਲਈਆਂ ਗਈਆਂ ਤਾਂ ਕਿ ਸੌਦੇਬਾਜ਼ੀ ਹੋ ਸਕੇ ਮੋਬਾਈਲਾਂ ਦੇ ਵਿੱਚ ਸਿਮ ਭਾਰਤੀ ਸਨ ਪਾਕਿਸਤਾਨ ਵਿਚਲੇ ਆਪਣੇ ਮਾਲਕਾਂ ਦੇ ਨਾਲ ਸੰਪਰਕ ਕਾਇਮ ਕਰ ਲਿਆ ਇਸ ਗੱਲੋਂ ਅਣਜਾਣ ਕੀ ਭਾਰਤੀ ਖੋਫਿਆ ਪੁਲਿਸ ਨੇ ਉਹਨਾਂ ਦੀ ਆਵਾਜ਼ ਫੜ ਕੇ ਸੁਣਨੀ ਤੇ ਰਿਕਾਰਡ ਕਰਨੀ ਸ਼ੁਰੂ ਕਰ ਦਿੱਤੀ ਬਾਬਰ ਨੇ ਆਪਣੀ ਆਪਣੇ ਆਕਾ ਨੂੰ ਪੁੱਛਿਆ ਬਾਲਕੋਨੀਆਂ ਰਾਹੀਂ ਲੋਕ ਇੱਧਰ ਦੇਖ ਰਹੇ ਨੇ ਗਲੀਆਂ ਦੇ ਵਿੱਚ ਭੀੜਾਂ ਜਹੂਦੀ ਘਰ ਦੇ ਵੱਲ ਆ ਰਹੀਆਂ ਕਿ ਕਰੀਏ ਕੀ ਕਰੀਏ ਦੱਸੋ ਅੰਦਾ ਤੁੰਦ ਗੋਲੀਆਂ ਚਲਾਓ ਜਿੰਨੇ ਮਰਦੇ ਨੇ ਮਾਰਨ ਮਰਨ ਦਿਓ ਇਹੀ ਹੋਇਆ ਵਦੇਰੀ ਗਿਣਤੀ ਮੁਸਲਮਾਨਾਂ ਲਾਛਾਂ ਦੀ ਸੀ ਸਵੇਰ ਸਾਰ ਜਹਾਦੀਆਂ ਨੂੰ ਦੁਖਦਾਈ ਖਬਰ ਬਿਲੀ ਕਿ ਠਮਾਕਿਆਂ ਦੇ ਠਮਾਕਿਆਂ ਮੌਤਾਂ ਦੇ ਨਾਲ ਜਹਾਨ ਤਾਂ ਕੰਬ ਗਿਆ ਪਰ ਕਸਾਬ ਨਾਮ ਦਾ ਇੱਕ ਜਹਾਦੀ ਜਿਉਂ ਦਾ ਗ੍ਰਿਫਤਾਰ ਕਰ ਲਿਆ ਗਿਆ ਵਿਗਨ ਪੈ ਗਿਆ 10 ਦੇ 10 ਸ਼ਹੀਦ ਹੋ ਕੇ ਸੁਰੰਗ ਦੇ ਵਿੱਚ ਜਾਣਾ ਚਾਹੁੰਦੇ ਸਨ ਕਸਾਬ ਨੇ ਪੁਲਸੀਆ ਦੇ ਬੜੇ ਤਰਲੇ ਕੀਤੇ ਕਿ ਗੋਲੀ ਮਾਰੋ ਸੁਨੰਗ ਸੁਰਗ ਜਾਨੀ ਕਿ ਪੈਰਾਡਾਈਸ ਸਵਰਗ ਦੇ ਵਿੱਚ ਮੇਰੇ ਸਾਥੀ ਮੈਨੂੰ ਉਡੀਕ ਰਹੇ ਨੇ ਜਿਹੜੇ ਨੋਂ ਚਲ ਗਏ ਨੇ ਕਹਿੰਦੇ ਮੈਨੂੰ ਵੀ ਨਾਲ ਭੇਜੋਣਾ ਤੇ ਪਹਿਲਾਂ ਹੀ ਠਾਨ ਕੇ ਤੁਰੇ ਸੀ ਕਹਿੰਦਾ ਸਵਰਗ ਦੇ ਵਿੱਚ ਸਾਥੀ ਮੈਨੂੰ ਉਡੀਕ ਰਹੇ ਨੇ ਪੁਲਿਸ ਮੰਨੀ ਨਹੀਂ 72 ਹੂਰਾ ਹੋਕਾ ਲੈ ਕੇ ਬੈਠ ਗਈਆਂ ਸੀ ਕਿ ਭਾਈ ਇਹਨਾਂ ਨੋਂਾਂ ਨੂੰ ਤਾਂ 72 72 ਦੇਤੀਆਂ ਤੇ 10ਵੇਂ ਨੂੰ ਕਿੱਥੋਂ ਲਈਏ ਉਹ ਤਾਂ ਆਇਆ ਹੀ ਨਹੀਂ 72 ਹੋਰਾਂ ਹੋਕਾ ਲੈ ਕੇ بیٹھ ਗਈਆਂ ਹੋਣਗੀਆਂ ਜਿਨ੍ਹਾਂ ਨੇ ਸ਼ਹੀਦ ਨੂੰ ਮਿਲਣਾ ਸੀ ਪਰ ਉਹ ਪਹੁੰਚਿਆ ਹੀ ਨਹੀਂ ਪਾਕਿਸਤਾਨੋਂ ਨੌਰਮਾ ਦੇ ਕੋਲ ਫੋਨ ਆਇਆ ਮੈਡਮ ਇਜ਼ਰਾਈਲ ਦੇ ਰਾਜਦੂਤ ਨੂੰ ਕਹਿ ਕੇ ਕਸਾਬ ਨੂੰ ਤੇ ਇਹਨਾਂ ਦੋਵਾਂ ਨੂੰ ਸੁਰੱਖਿਅਤ ਪਾਕਿਸਤਾਨ ਪਹੁੰਚਾਓ ਨੌਰਮਾ ਨੇ ਦੱਸਿਆ ਮੈਂ ਸੰਪਰਕ ਕਰ ਰਹੀ ਹਾਂ ਨੌਰਮਾ ਦੀਆਂ ਸਿਸਕੀਆਂ ਸੁਣ ਸੁਣਦਾ ਪਾਕਿਸਤਾਨੀ ਆਕਾ ਹੱਸ ਰਿਹਾ ਸੀ ਪਾਕਿਸਤਾਨੀ ਆਵਾਜ਼ ਨੇ ਬਾਬਰ ਨੂੰ ਕਿਹਾ ਇਹ ਨਹੀਂ ਦੱਸਣਾ ਕਿ ਕੇਵਲ ਦੋ ਔਰਤਾਂ ਬੰਦੀ ਨੇ ਕਹਿਣਾ ਸਾਰੇ ਬੰਨ ਰੱਖੇ ਐ ਸੌਦੇਬਾਜ਼ੀ ਵਾਸਤੇ ਜ਼ਰੂਰੀ ਹੈ ਪਰ ਹੁਣ ਹੱਕ ਕਿੱਥੇ ਗਿਆ ਝੂਠ ਬੋਲਣ ਦੀ ਵੀ ਤੱਕ ਮਨਾਹੀ ਹੈ ਨਾ ਸ਼ਾਮ ਦੇ 10 ਵਜੇ ਵੱਜ ਗਏ ਜਾਨਕੀ 24 ਘੰਟੇ ਬੀਤ ਗਏ ਨਾ ਇਜ਼ਰਾਈਲ ਕਾਲ ਕਰ ਰਿਹਾ ਨਾ ਭਾਰਤ ਪਾਕਿਸਤਾਨੋਂ ਫਿਰ ਫੋਨ ਆਉਂਦਾ ਹੈ ਬਾਬਰ ਨੇ ਪੁੱਛਿਆ ਕੀ ਕਰੀਏ ਜਵਾਬ ਆਇਆ ਦੋਵਾਂ ਔਰਤਾਂ ਨੂੰ ਗੋਲੀ ਮਾਰ ਦਿਓ ਕੀ ਹਾਂ ਹੁਣੇ ਪਤਾ ਨਹੀਂ ਕਿਧਰੋਂ ਕਿਹੋ ਜਿਹਾ ਹਮਲਾ ਹੋ ਜਾਵੇ ਤੇ ਦੋ ਜਣੀਆਂ ਬਚ ਜਾਣ ਪਰ ਨਾਸਿਰ ਬਹੁਤ ਥੱਕ ਚੁੱਕਿਆ ਸੀ ਹੁਣੇ ਸੁੱਤਾ ਹੈ ਚੰਗਾ ਅੱਧਾ ਘੰਟਾ ਸੌਣ ਦੇ ਦਿਨੇ ਆਉਣੋਂ ਫਿਰ ਕੰਮ ਨਵੇੜ ਦਿਓ ਇੱਕ ਘੰਟੇ ਬਾਅਦ ਪਾਕਿਸਤਾਨੋਂ ਫਿਰ ਫੋਨ ਆਇਆ ਕਿ ਕੰਮ ਕੀਤਾ ਕੀ ਨਾ ਹੁਣ ਕਰ ਦਿੱਤਾ ਦਿੰਦਾ ਤੁਹਾਨੂੰ ਫਾਇਰਿੰਗ ਦੀ ਆਵਾਜ਼ ਸੁਣਾਉਣੀ ਸੀ ਨਾ ਤਾਂ ਕਰਕੇ ਥੋੜੀ ਦੇਰ ਬਾਅਦ ਗੋਲੀਆਂ ਚੱਲਣ ਦੀ ਆਵਾਜ਼ ਆਉਂਦੀ ਹੈ ਕਿਹਾ ਕੰਮ ਤਮਾਮ ਉਦੋਂ ਸਵਾਲ ਇੱਕ ਕੀ ਦੋਵੇਂ ਦੋਵੇਂ ਪਈ ਇੱਕ ਨੂੰ ਮਾਰਿਆ ਕਿ ਦੋਮਾ ਨੂੰ ਜਵਾਬ ਅੱਲਾਹ ਦੇ ਨਾਮ ਦੇ ਉੱਤੇ ਯਕ ਲਖਤ ਦੋਵੇਂ ਕਹਿੰਦਾ ਦੋਮਾ ਦਾ ਕੰਮ ਤਮਾਮ ਕਰਤਾ ਆਖਰ ਦੋ ਕਤਲਾਂ ਤੋਂ 9 ਘੰਟਿਆਂ ਬਾਅਦ ਹੈਲੀਕਾਪਟਰ ਦੇ ਵਿੱਚੋਂ ਨਰੀਮਾ ਹਾਊਸ ਉੱਪਰ ਕਮਾਂਡੋ ਉਤਰੇ ਤੇ ਫਾਇਰਿੰਗ ਸ਼ੁਰੂ ਹੋਈ ਬਾਬਰ ਦੇ ਆਖਰੀ ਬੋਲ ਉਹ ਆ ਉਤਰੇ ਨੇ ਕਹਿੰਦਾ ਹੈ ਮੇਰੀ ਬਾਹ ਤੇ ਲੱਤ ਤੇ ਗੋਲੀ ਵੱਜੀ ਦੁਆ ਕਰੋ ਕਿ ਅਸੀਂ ਜਲਦੀ ਸ਼ਹੀਦ ਹੋਈਏ ਇਸ ਵਾਕ ਤੋਂ ਬਾਅਦ ਮੋਬਾਈਲ ਡਿੱਗਣ ਦੀ ਆਵਾਜ਼ ਆਈ ਕੇਵਲ ਇੱਕ ਜਹੂਦੀ ਬੱਚਾ ਮੋਸ਼ੇ ਬਚਿਆ ਮਾਪਿਆਂ ਦੀ ਮੌਤ ਦੇ ਦਿਨ ਉਹ 2 ਸਾਲ ਦਾ ਹੋਇਆ ਸੀ ਉਦੋਂ ਪਾਕਿਸਤਾਨ ਨੇ ਇਹ ਵਾਰਦਾਤ ਭਾਰਤ ਇਜ਼ਰਾਈਲ ਸੰਬੰਧ ਵਿਗਾੜਨ ਖਾਤਰ ਕੀਤੀ ਉਲਟ ਹੋਇਆ ਦੋਵੇਂ ਇਹ ਦੇਸ਼ ਜਿਹੜੇ ਸਨ ਸੰਕਟ ਦੇ ਕਾਰਨ ਇੱਕ ਦੂਜੇ ਦੇ ਨਜ਼ਦੀਕ ਆ ਗਏ ਭਾਰਤੀ ਮੁਸਲਮਾਨ ਕਾਲਮ ਨਵੀਸ ਐਮ ਜੀ ਅਕਬਰ ਨੇ ਕਿਹਾ ਸਾਨੂੰ ਭਾਰਤੀ ਮੁਸਲਮਾਨ ਹੋਣ ਦਾ ਫਕਰ ਹੈ ਇਹ ਜਹਾਦੀ ਨਾ ਭਾਰਤੀ ਸਨ ਨਾ ਮੁਸਲਮਾਨ ਇਹਨਾਂ ਦਰਿੰਦਿਆਂ ਨੂੰ ਭਾਰਤੀ ਕਬਰਿਸਤਾਨ ਦੇ ਵਿੱਚ ਦਫਨਾਣੇ ਕਰਾਂਗੇ ਅਸਾਂ ਪਾਕਿਸਤਾਨ ਦੇ ਨਾਲ ਸੰਪਰਕ ਕੀਤਾ ਉਹਨਾਂ ਨੇ ਲਾਸ਼ਾਂ ਲੈਣ ਤੋਂ ਇਨਕਾਰ ਕਰਤਾ ਮਹਾਰਾਸ਼ਟਰ ਸਰਕਾਰ ਨੇ ਲਵਾਰਸ ਲਾਸ਼ਾਂ ਇੱਕ ਸਾਲ ਫਰੀਜ਼ਰ ਦੇ ਵਿੱਚ ਰੱਖਣ ਤੇ ਮਗਰੋਂ ਅਣਦਾਸੀ ਥਾਂ ਦੇ ਉੱਪਰ ਸਤਕਾਰ ਦੇ ਨਾਲ ਦਫਨਾ ਦੇ ਦਿੱਤੀਆਂ ਪਰ ਹੂਰਾ ਲੈਣੇ ਨਹੀਂ ਆਈਆਂ ਪਾਕਿਸਤਾਨ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਇਹ ਡਰਾਮਾ ਪਾਕਿਸਤਾਨ ਨੂੰ ਬਦਨਾਮ ਕਰਨ ਦੇ ਲਈ ਅਮਰੀਕਾ ਇਜ਼ਰਾਈਲ ਤੇ ਭਾਰਤ ਨੇ ਕੀਤਾ ਤਸਵੀਰਾਂ ਦੇ ਵਿੱਚ ਕਿਸਾਨ ਦੇ ਹੱਥ ਦੇ ਵਿੱਚ AK47 ਹੈ ਤੇ ਗੁੱਟ ਦੇ ਉੱਤੇ ਕੇਸਰੀ ਰੰਗ ਦੀ ਲੀਰ ਬੰਨੀ ਹੋਈ ਹੈ ਮੁਸਲਮਾਨ ਕੇਸਰੀ ਲੀਰ ਨਹੀਂ ਬੰਨ੍ਹਦੇ ਕਹਿੰਦਾ ਧਿਆਨ ਦੇ ਨਾਲ ਦੇਖੋ ਸਾਰਿਆਂ ਦੇ ਨੈਣ ਨਕਸ਼ ਹਿੰਦੁਸਤ ਹਿੰਦੂ ਤਵੀਆਂ ਵਾਲੇ ਨੇ ਹਿੰਦੀ ਬੋਲ ਰਹੇ ਨੇ ਮੇ 210 ਦੇ ਵਿੱਚ ਮੁੰਬਈ ਅਦਾਲਤ ਨੇ ਕਸਾਬ ਨੂੰ ਫਾਂਸੀ ਦੀ ਸਜ਼ਾ ਸੁਣਾਈ 23 ਸਮੇਂ ਤੱਕ ਦੋੜੀਆਂ ਨੂੰ ਪਤਾ ਲੱਗ ਚੁੱਕਾ ਸੀ ਕਿ ਪਾਕਿਸਤਾਨੀ ਮੁਸਲਮਾਨਾਂ ਨੇ ਕੈਨੇਡਾ ਤੇ ਇੰਗਲੈਂਡ ਵਿੱਚੋਂ ਵਾਰਤਾ ਵਾਰਦਾਤ ਨੂੰ ਸਰ ਅੰਜਾਮ ਦਿੱਤਾ ਅਕਤੂਬਰ ਦੇ ਵਿੱਚ ਦੋ ਮੁਸਲਮਾਨ ਅਮਰੀਕਾ ਦੇ ਵਿੱਚੋਂ ਗ੍ਰਫਤਾਰ ਕੀਤੇ ਜਿਹੜੇ ਇਸ ਸਾਜ਼ਿਸ਼ ਦੇ ਵਿੱਚ ਸ਼ਾਮਲ ਸਨ ਸੈਦ ਗਿਲਾਨੀ ਨੇ ਵਾਦਾ ਮਾਫ ਗਵਾਹ ਭੁਗਤ ਤਿਆਂ ਹੱਬਰ ਹੁਸੈਨ ਰਾਣਾ ਦਾ ਸਾਰਾ ਭਾਂਡਾ ਭੰਨਤਾ ਮੁੰਬਈ ਤੋਂ ਪਹਿਲਾਂ ਦੁਨੀਆ ਦੇ ਵਿੱਚ ਵਕ ਵਕ ਥਾਮਾਂ ਤੇ 9 ਜਿਹੜੇ ਬਲਾਸਟ ਹੋਏ ਯਹੂਦੀ ਮੰਦਰਾਂ ਦੇ ਵਿੱਚ ਹੋ ਚੁੱਕੇ ਸਨ ਕਾਰਾਂ ਇਹ ਜਿਹੜਾ ਕਾਰਾ ਕਰਨ ਵਾਲੇ ਮੁਸਲਮਾਨਾਂ ਦਾ ਕਿਸੇ ਯਹੂਦੀ ਹੱਥੋਂ ਕੋਈ ਨੁਕਸਾਨ ਤਾਂ ਕੀ ਹੋਣਾ ਸੀ ਕਿਸੇ ਯਹੂਦੀ ਦੇ ਨਾਲ ਕਦੀ ਗੱਲ ਵੀ ਨਹੀਂ ਸੀ ਹੋਈ ਮਦਰੱਸਿਆਂ ਦੇ ਵਿੱਚ ਮਿਲੀ ਟ੍ਰੇਨਿੰਗ ਰੰਗ ਖੜਾ ਰਹੀ ਸੀ ਜੁਮੇ ਦੀ ਨਮਾਜ਼ ਪੜਨ ਦੇ ਵਿੱਚੋਂ ਹਰੇਕ ਮਸਜਿਦ ਦੇ ਵਿੱਚ ਅਰਦਾਸ ਕੀਤੀ ਜਾਂਦੀ ਹੈ ਯਾ ਖੁਦਾ ਕਾਫਰਾਂ ਨੂੰ ਹਰਾ ਇੱਥੇ ਕਾਫਰ ਲਫ਼ਜ਼ ਦਾ ਮਾਇਨਾ ਯਹੂਦੀ ਅਤੇ ਗੈਰ ਮੁਸਲਮਾਨ ਨੇ ਜਿਹੜੇ ਉਸ ਧਰਮ ਨੂੰ ਬਲੌਂਗ ਨਹੀਂ ਕਰਦੇ ਇਹ ਵਾਕ ਮੌਲਵੀਆਂ ਨੇ ਵੈਬਸਾਈਟ ਦੇ ਉੱਤੇ ਵੀ ਪਾ ਰੱਖਿਆ ਤਾਂ ਕਿ ਜਿਹੜੇ ਮਸਜਿਦ ਨਹੀਂ ਜਾਂਦੇ ਉਹਨਾਂ ਨੂੰ ਵੀ ਅਹਿਸਾਸ ਰਹੇ ਕਿ ਕਾਫਰਾਂ ਨੂੰ ਹਰਾਉਣਾ ਹੈ ਟ੍ਰਾਂਟੋ ਦੀ ਮਸਜਿਦ ਦੇ ਵਿੱਚ ਅਕਤੂਬਰ 2009 ਦੇ ਜੁਮੇ ਦਿਨ ਇਮਾਮ ਸੈਦ ਰੰਗੀਆਂ ਨੇ ਨਮਾਜ਼ ਵਿੱਚੋਂ ਕਿਹਾ ਯਾ ਅੱਲਾ ਕਾਫਰਾਂ ਤੇ ਪਛਮੀ ਨਾਸਤਿਕਾਂ ਨੂੰ ਸ਼ਿਕਤ ਸ਼ਿਕਸਤ ਜਾਨੀ ਕਿ ਉਹਨਾਂ ਨੂੰ ਹਰਾ ਦੇ ਇਸਲਾਮ ਦਾ ਨੁਕਸਾਨ ਕਰਨ ਦੇ ਇਰਾਦੇ ਦੇ ਨਾਲ ਉਹ ਸਿਰ ਉੱਚਾ ਨਾ ਚੁੱਕ ਸਕਣ ਨੈਸ਼ਨਲ ਪੋਸਟ ਦੇ ਅਖਬਾਰ ਨਵੀਸ ਨੇ ਇਮਾਮ ਨੂੰ ਪੁੱਛਿਆ ਮਸਜਿਦ ਦੇ ਪਲੇਟਫਾਰਮ ਤੋਂ ਨਫ਼ਰਤ ਦੇ ਬੋਲ ਬੋਲਣ ਦਾ ਕੀ ਮਤਲਬ ਹੈ ਜੀ 사우ਦੀ ਅਰਬ ਦੇ ਵਿੱਚ ਪੜੇ ਇਮਾਮ ਨੇ ਕਿਹਾ ਗੈਰ ਮੁਸਲਮਾਨਾਂ ਦੀ ਬੇਇੱਜ਼ਤੀ ਕਰਨੀ ਮੇਰੀ ਮਨਚਾ ਨਹੀਂ ਜਦੋਂ ਮੈਂ ਕਿਹਾ ਸੀ ਕਿ ਗੈਰ ਮੁਸਲਮਾਨਾਂ ਨੂੰ ਤਬਾਹ ਕਰ ਅੱਲਾ ਉਦੋਂ ਮੇਰਾ ਮਤਲਬ ਇੰਨਾ ਹੀ ਸੀ ਕਿ ਕੋਈ ਮੁਸਲਮਾਨ ਦੇ ਹੱਕਾਂ ਉੱਪਰ ਛਾਪਾ ਮਾਰਨ ਦਾ ਯਤਨ ਨਾ ਕਰੇ ਸਾਰੀ ਦੁਨੀਆ ਦੇ ਮੁਸਲਮਾਨ ਵਿਦਵਾਨ ਇਮਾਮ ਦੇ ਹੱਕ ਦੇ ਵਿਚਾਰ ਡਟੇ ਸ਼ੇਖ ਮੁਹੰਮਦ ਸ਼ਿਕਤੀ ਇਸਲਾਮੀ ਦੁਨੀਆ ਦੇ ਵਿੱਚ ਸਤਕਾਰਯੋਗ ਵਿਦਵਾਨ ਹੈ ਜਿਸ ਨੂੰ ਫਤਵੇ ਯਾਨੀ ਕਿ ਫੈਸਲੇ ਜਾਰੀ ਕਰਨ ਦਾ ਅਧਿਕਾਰ ਹੈ ਸਾਲ 2005 ਦੇ ਵਿੱਚ ਉਸ ਨੂੰ ਪੁੱਛਿਆ ਗਿਆ ਸੀ काफर कौन ने काफर कौन हन उसने उत्तर ਦਿੱਤਾ ਕਿ یہودی ਅਤੇ ईसाई काफर ਹਨ ਕਿਉਂਕਿ ਉਹਨਾਂ ਨੇ حضرت ਮੁਹੰਮਦ ਸਾਹਿਬ ਦੇ ਉੱਤੇ ایمان ਨਹੀਂ ਲਿਆਂਦਾ ਅੱਜ ਕੱਲ ਕਾਫਰ ਲਫ਼ਜ਼ ਸੁਣ ਕੇ ਲੋਕ ਬੁਰਾ ਮਨਾਉਂਦੇ ਐ ਇਸ ਕਰਕੇ ਮੈਂ ਕਾਫਰ ਦੀ ਥਾਂ ਗੈਰ ਮੁਸਲਿਮ ਲਫ਼ਜ਼ ਵਰਤਦਾ ਮਤਲਬ ਇਸ ਦਾ ਵੀ ਕਾਫਰ ਹੈ ਸੇਮ ਹੀ ਹੈ 9 ਮਾਰਚ 2009 ਨੂੰ ਇੱਕ ਮੋਸ਼ਫਟ ਮੁਸਲਮਾਨ ਨੇ ਮਿਸਰ ਦੇ ਅਲ ਰਹਿਮਾਨ ਟੀਵੀ ਤੋਂ ਆਪਣੇ ਮੁਰਸ਼ਿਦ ਸਾਹਮਣੇ ਅਰਦਾਸ ਕੀਤੀ ਸੀ ਕਹਿੰਦਾ ਹੈ ਯਾ ਅੱਲਾ ਯਹੂਦੀਆਂ ਨੂੰ ਮੁਕੰਮਲ ਤੌਰ ਤੇ ਤੋੜ ਦੇ ਉਹਨਾਂ ਨੂੰ ਅਜਿਹਾ ਰੋਗ ਲਾ ਦੇ ਲਾ ਜਿਹੜਾ ਲਾ ਇਲਾਜ ਹੋਵੇ ਅਸਮਾਨ ਦੇ ਵਿੱਚੋਂ ਉਹਨਾਂ ਦੇ ਉੱਪਰ ਬਿਜਲੀਆਂ ਸੁੱਟ ਉਹਨਾਂ ਨੂੰ ਹਰ ਕਿਸਮ ਦੇ ਤਸੀਹੇ ਦੇ ਅਬਾ ਬਿਲਾ ਦੇ ਝੁੰਡ ਉੜਦੇ ਆਉਣ ਤੇ ਯਹੂਦੀਆਂ ਉੱਪਰ ਪੱਥਰ ਬਰਸਾਉਣ ਉਹਨਾਂ ਨੂੰ ਕਾਫੂਸ ਬਣਾ ਦੇ ਤਾਂ ਕਿ ਪਸ਼ੂ ਚਾਰ ਚਾਰ ਲਾਨ ਜਾਂ ਅੱਲਾ ਉਹਨਾਂ ਦੀਆਂ ਬੀਵੀਆਂ ਜਿਹੜੀਆਂ ਨੇ ਉਹਨਾਂ ਦੀਆਂ ਔਰਤਾਂ ਨੇ ਘਰ ਵਾਲੀਆਂ ਨੇ ਉਹਨਾਂ ਨੂੰ ਵਿਧਵਾ ਅਤੇ ਬੱਚੇ ਯਤਿਮ ਹੋ ਜਾਣ ਕਿਆ ਬਾਤ ਹੈ ਜੀ ਜਾਂ ਅੱਲਾ ਮੁਜਾਹਿਦਿਨ ਦੇ ਉੱਪਰ ਰਹਿਮ ਕਰ ਤਾਂ ਕਿ ਉਹ ਫਤਿਹਯਾਬ ਹੋਣ ਆਮੀਨ ਇਹ ਅਰਦਾਸ ਕਰਦਾ ਹੈ ਦੂਸਰੇ ਦਾ ਬੁਰਾ ਮੰਗਦਾ ਹੈ ਗੈਰ ਮੁਸਲਮਾਨ ਇਹ ਅਰਦਾਸ ਸੁਣ ਕੇ ਸਦਮਾ ਗ੍ਰਸਤ ਹੋ ਜਾਏਗਾ ਪਰ ਮੁਸਲਮਾਨਾਂ ਦੇ ਲਈ ਇਹੋ ਜਿਹੇ ਅਰਦਾਸਾਂ ਦੇ ਵਿੱਚ ਕੋਈ ਨੁਕਸ ਨਹੀਂ ਹੈ ਇਹ ਆਮ ਗੱਲ ਹੈ ਉਹਨਾਂ ਲਈ ਇਸ ਸਥਾਈ ਨਫਰਤ ਨਫਰਤ ਦੀ ਜੜ ਲੱਭਣੀ ਪਵੇਗੀ 17 ਸਾਲ ਵਿਦੇਸ਼ਾਂ ਦੇ ਵਿੱਚ ਰਹਿਣ ਬਾਅਦ ਤਾਰੀਖ ਫਤਿਹ ਪਾਕਿਸਤਾਨ ਪਰਤਿਆ ਤਾਂ ਕਰਾਚੀ ਦੀ ਇੱਕ ਗਲੀ ਦੇ ਵਿੱਚ ਬੈਨਰ ਟੰਗਿਆ ਹੋਇਆ ਦੇਖਿਆ ਲਿਖਿਆ ਸੀ ਵਰਡ ਫਲੋ ਜਹੂਦੀਆਂ ਦੀ ਸਾਜ਼ਿਸ਼ ਹੈ ਉਸ ਨੂੰ ਪਤਾ ਨਾ ਲੱਗਿਆ ਕਿ ਕੀ ਮਤਲਬ ਹੈ ਅੱਗੇ ਗਿਆ ਇੱਕ ਦੁਕਾਨ ਦੇ ਫਟੇ ਹੀਟ ਇਹੋ ਹੀ ਬੈਨਰ ਲਟਕ ਰਿਹਾ ਸੀ ਉਹ ਦੁਕਾਨ ਅੰਦਰ ਗਿਆ ਤੇ ਪੁੱਛਿਆ ਇਹ ਸਭ ਕੀ ਹੈ ਦੁਕਾਨਦਾਰ ਨੇ ਉਸ ਦੇ ਹੱਥ ਦੇ ਵਿੱਚ ਇੱਕ ਕਿਤਾਬ ਫੜਾ ਕੇ ਕਿਹਾ ਜਾ ਕੇ ਇਸ ਨੂੰ ਪੜ੍ਹ ਲੈਣਾ ਨਾਲੇ ਦੱਸਿਆ ਕਿ ਇੰਡੋਨੇਸ਼ੀਆ ਇਸਲਾਮੀ ਦੇਸ਼ ਹੈ ਉੱਥੋਂ ਦੀ ਪੋਲਟਰੀ ਇੰਡਸਟਰੀ ਜਹੂਦੀਆਂ ਨੇ ਤਬਾਹ ਕਰ ਦਿੱਤੀ ਹੈ ਦੁਕਾਨਦਾਰ ਨੇ ਇਹ ਵੀ ਕਿਹਾ ਕਿ ਕੇਵਲ ਬਰਡ ਫਲੂ ਨਹੀਂ ਅਮਰੀਕਾ ਦੇ ਨਾਲ ਰਲ ਕੇ ਜਹੂਦੀਆਂ ਨੇ ਮੁਸਲਮਾਨਾਂ ਦੀ ਤਬਾਹੀ ਸੁਨਾਮੀ ਦੇ ਨਾਲ ਵੀ ਮਚਾਈ ਹੈ ਤਾਰਿਕ ਨੇ ਆਪਣੇ ਸਾਥੀ ਨੂੰ ਕਿਹਾ ਮੈਂ ਦੇਖ ਰਿਹਾ ਕਿ ਕਰਾਚੀ ਬਹੁਤ ਅਮੀਰ ਹੋ ਗਿਆ ਪਹਿਲਾਂ ਨਾਲੋਂ ਵੀ ਪਰ ਅਕਲ ਦਾ ਦਿਵਾਲਾ ਨਿਕਲ ਗਿਆ ਅਮੀਰ ਹਵੇਲੀਆਂ ਦੇ ਵਿੱਚ ਕਰਾਚੀ ਦੇ ਵਸਿੰਦੇ ਬਿਸਕੀ ਦੇ ਜਾਮ ਛਲਕਾਉਂਦੇ ਹੋਏ ਅਮਰੀਕਾ ਤੇ ਇਜ਼ਰਾਈਲ ਨੂੰ ਕੋਸਦੇ ਨਹੀਂ ਥੱਕਦੇ ਇਹੋ ਜਿਹੀਆਂ ਗੱਲਾਂ ਕਰਦੇ ਨੇ ਤੁਹਾਨੂੰ ਪਤਾ ਹੈ ਕਿ 911 ਨੂੰ ਜਦੋਂ ਅਮਰੀਕਨ ਟ੍ਰੇਡ ਟਾਵਰਾਂ ਦੇ ਨਾਲ ਜਹਾਜ਼ ਟਕਰਾਏ ਉਸ ਦਿਨ 5000 ਯਹੂਦੀ ਕੰਮ ਉੱਪਰ ਹੀ ਨਹੀਂ ਗਏ ਕਿਉਂਕਿ ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਸੁਰਖੀ ਪਾਊਡਰ ਦੇ ਨਾਲ ਲਿਪੀਆਂ ਉਹਨਾਂ ਦੀਆਂ ਬੀਵੀਆਂ ਟਾਵਰਾਂ ਦੇ ਮਲਬੇ ਦੇ ਕੋਲ ਕੋਲੋਂ ਦੀ ਲੰਗਦੀਆਂ ਠਹਾਕਾ ਮਾਰ-ਮਾਰ ਕੇ ਹੱਸਦੀਆਂ ਹਨ ਇੱਕ ਕਾਰਾ ਹੈ ਹੀ ਯਹੂਦੀਆਂ ਦਾ ਕਹਿੰਦੀ ਅਮਰੀਕਾ ਨੂੰ ਬੁਰਾ ਭਲਾ ਵੀ ਕਹਿੰਦੇ ਨੇ ਤੇ ਅਮਰੀਕਨ ਵੀਜ਼ਾ ਮਿਲ ਜਾਵੇ ਤਾਂ ਫਿਰ ਗ੍ਰੀਨ ਕਾਰਡ ਮਿਲੇ ਇਸਦੇ ਇਹ ਜੁਗਵੀ ਨੇ ਕਾਰਾ ਕੇ ਤਾਰੀਕ ਨੇ ਪੈਂਫਲੈਟ ਪੜਨਾ ਸ਼ੁਰੂ ਕੀਤਾ ਜਿਸ ਦਾ ਟਾਈਟਲ ਸੀ ਦੀ ਪ੍ਰੋਟੋਕੋਲਸ ਆਫ ਦੀ ਐਲਡਰ ਆਫ ਜਿਓਨ ਜਿਵੇਂ ਕਿ ਆਪਾਂ ਪਹਿਲਾਂ ਵੀ ਇਹਦਾ ਜ਼ਿਕਰ ਕੀਤਾ ਹੈ ਜਦੋਂ ਜ਼ਾਰ ਦੀ ਸਰਕਾਰ ਨੇ ਦੇਖਿਆ ਕਿ ਕਮਿਊਨਿਸਟ ਰਸ਼ੀਆ ਦੇ ਵਿੱਚ ਜ਼ੋਰ ਫੜਦੇ ਜਾ ਰਹੇ ਨੇ ਉਦੋਂ 1900 ਦੇ ਆਰੰਭ ਦੇ ਵਿੱਚ ਪੈਂਫਲੈਟ ਰੂਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਛਪਵਾ ਕੇ ਵੰਡੇ ਆ ਗਿਆ 1905 ਦੀ ਰੂਸੀ ਬਗਾਵਤ ਭਾਵੇਂ ਫੇਲ ਹੋ ਗਈ ਪਰ ਐਡੀ ਵੱਡੀ ਲੋਕਾਈ ਸਰਕਾਰ ਦੇ ਖਿਲਾਫ ਹੈ ਇਸ ਤੋਂ ਸਰਕਾਰ ਖੋਫਜ਼ਦਾ ਹੋ ਗਈ ਸੀ ਮੂੜ ਛਾਪਿਆ ਵੱਡੇ ਮੂੜ ਛਾਪਿਆ ਵੰਡਿਆ ਗਿਆ ਉਹ ਪੈਂਫਲੇਟ ਦੇ ਵਿੱਚ ਮੰਨ ਘੜਤ ਤੱਥਾਂ ਦੇ ਆਧਾਰ ਦੇ ਉੱਤੇ ਇਸ ਸਾਜ਼ਿਸ਼ ਦੇ ਦੋਸ਼ੀ ਯਹੂਦਿਆਂ ਨੂੰ ਠਹਿਰਾਇਆ ਗਿਆ ਸਾਲ 1904 ਦੇ ਵਿੱਚ ਜਾਪਾਨ ਨੇ ਰੂਸ ਨੂੰ ਹਰਾਤਾ ਇਸ ਵਾਸਤੇ ਵੀ ਯਹੂਦੀ ਕਸੂਰਵਾਰ ਮੰਨੇ ਗਏ ਜ਼ਾਰ ਸਰਕਾਰ ਯਹੂਦਿਆਂ ਨੂੰ ਕਮਿਊਨਿਸਟ ਕਹਿੰਦੇ ਸੀ ਤੇ 1917 ਦੇ ਵਿੱਚ ਰੂਸ ਦੇ ਵਿੱਚ ਇਨਕਲਾਬ ਆ ਗਿਆ ਤੇ ਕਮਿਊਨਿਸਟ ਕਮਿਊਨਿਸਟਾਂ ਨੇ ਜਿਹੜਾ ਕਿਹਾ ਕਿ ਜਹੂਦੀ ਸ਼ਰਮਾ سرمایہਦਾਰ ਹਨ ਪੂੰਜੀਵਾਦ ਦੇ ਹਮਾਇਤੀ ਨੇ ਜ਼ਾਰ ਹੱਥੋਂ ਪਿੱਟ ਚੁੱਕੇ ਨੇ ਕਾਮਰੇਡ ਹੱਥੋਂ ਮਰਨ ਦੀ ਸ਼ੁਰੂਆਤ ਹੋ ਗਈ ਇਹ ਤਾਂ ਭਲਾ ਹੋਵੇ ਲੰਡਨ ਆਧਾਰਿਤ ਅਖਬਾਰ ਟਾਈਮਜ਼ ਦਾ ਜਿਸ ਨੇ ਤੱਥ ਖੋਜ ਤੇ ਆਧਾਰ ਦੇ ਉੱਤੇ ਸਾਬਤ ਕੀਤਾ ਕਿ ਪ੍ਰੋਟੋਕੋਲ ਪੈਂਫਲੇਟ ਮੰਨ ਘੜਤ ਹੈ ਇਸ ਵਿੱਚਲਾ ਇੱਕ ਵੀ ਤੱਥ ਸਹੀ ਸਾਬਤ ਨਹੀਂ ਹੋਇਆ ਪਰ ਇਸ ਦੇ ਨਾਲ ਕਿਹੜੀ ਗੱਲ ਮੁੱਕੀ ਗਈ ਮੁੱਕ ਗਈ ਅੱਜੇ ਪੰਫਲੇਟ ਮੁਸਲਮਾਨਾਂ ਦੇ ਹੱਥ ਆ ਗਿਆ ਅਰਬ ਦੇਸ਼ਾਂ ਦੇ ਵਿੱਚ ਛਪਦਾ ਕੋਈ ਅਖਬਾਰ ਚੁੱਕੋ ਇਜ਼ਰਾਈਲ ਦੇ ਝੰਡੇ ਉੱਪਰ ਹਿਟਲਰ ਦਾ ਨਿਸ਼ਾਨ ਸਵਾਸਤਿਕ ਛਾਪਿਆ ਮਿਲੇਗਾ ਕਾਰਟੂਨਾਂ ਦੇ ਵਿੱਚ ਜਹੂਦੀਆਂ ਦੇ ਮੂੰਹਾਂ ਦੇ ਵਿੱਚ ਲੰਬੀਆਂ ਨੇਸਾਂ ਹਨ ਸੱਪ ਦਾ ਡੰਗ ਹੈ ਸਰਕਾਰੀ ਸਕੂਲ ਦੀਆਂ ਪਾਠ ਪੋਥੀਆਂ ਦੇ ਵਿੱਚ ਉਹਨਾਂ ਬਾਰੇ ਲਿਖਿਆ ਹੈ ਉਹ ਦਗੇਬਾਜ਼ ਨੇ ਅਜਨਾ ਵੀ ਮੈਡੀਕਲ ਵਿਭਾਗ ਆਪਾਂ ਗੱਲ ਕੀਤੀ ਹੈ ਜੁਨੀਆ ਐਂਬੂਲੈਂਸ ਨੇ ਜਾਂ ਉਹਨਾਂ ਦੇ ਮਾਰਕ ਦੇਖੋ ਛੋਟੀ ਦੇ ਦਿਵਾਲੇ ਕਸਾਪ ਲਪੇਟਿਆ ਕਦੇ ਉਹਦੀ ਕੋਖ ਕਰਿਓ ਕਿਨਾਂ ਦਾ ਹੈ ਉਹ ਦਗੇਬਾਜ ਨੇ ਕਾਮਵਾਸ਼ਨਾ ਦੇ ਵਿੱਚ ਗਰਕੇ ਹੋਏ ਨੇ ਉਹਨਾਂ ਦੀਆਂ ਔਰਤਾਂ ਇੱਥੇ ਤੱਕ ਕਹਿ ਜਾਂਦਾ ਕਿ ਵੇਸ਼ਵਾ ਗੰਮਨੀ ਦੀਆਂ ਸ਼ੌਕੀਨ ਹੈ 9ਵੀਂ 10ਵੀਂ ਦੀ ਪਾਠ ਪੁਸਤਕੀ ਦੇ ਵਿੱਚ ਪਾਕਿਸਤਾਨੀ ਸਰਕਾਰ ਨੇ ਛਾਪ ਰੱਖਿਆ ਸੀ ਜੋ ਅੱਲਾ ਨੂੰ ਨਹੀਂ ਮੰਨਦੇ ਉਹਨਾਂ ਵਿਰੁੱਧ ਜਿਹਾਦ ਕਰੋ ਜਹੂਦੀਆਂ ਤੇ ਇਸਾਈਆਂ ਦੇ ਉੱਪਰ ਅੱਲਾ ਕਹਿਰ ਟਾਏਗਾ ਜਦੋਂ ਵਿਸ਼ਵ ਬੈਂਕ ਨੇ ਵਰਲਡ ਬੈਂਕ ਨੇ ਧਮਕੀ ਦਿੱਤੀ ਕਿ ਇਹ ਪੈਰਾ ਇਹ ਪੈਰੇ ਨਾ ਇਹ ਜਿਹੜੇ ਪੈਰੇ ਨੇ ਨਾ ਹਟਾਏ ਤਾਂ ਪੈਸੇ ਦੇਣੇ ਬੰਦ ਕਰ ਦੇਾਂਗੇ ਤੁਹਾਨੂੰ ਨੌਵੀਂ ਦਸਵੀਂ ਦੀ ਕਿਤਾਬ ਵਿੱਚੋਂ ਹਟਾ ਕੇ ਇਹੋ ਪੈਰੇ ਇਹ ਜਿਹੜੀਆਂ ਲਾਈਨਾਂ ਸਨ 11ਵੀਂ 12ਵੀਂ ਕਲਾਸ ਦੀਆਂ ਪੋਥੀਆਂ ਦੇ ਵਿੱਚ ਛਾਪ ਦਿੱਤੀਆਂ ਗਈਆਂ ਜਹੂਦੀਆਂ ਤੇ ਨਾਲ ਜ਼ਾਲਮਾਨਾ ਵਿਹਾਰ ਦੀ ਸ਼ੁਰੂਆਤ ਮੁਸਲਮਾਨਾਂ ਨੇ ਨਹੀਂ ਬਹੁ ਸਮਾਂ ਪਹਿਲਾਂ ਇਸਾਈਆਂ ਨੇ ਕੀਤੀ ਪਾਪ ਜਾਨਪਾਲ ਦੂਜਾ 2001 ਦੇ ਵਿੱਚ ਜਦੋਂ ਦਮਸਕਸ ਗਿਆ ਸੀ ਨਾ ਤਾਂ ਇਸ ਪੁਰਾਣੇ ਪਿਸ਼ੋਕੜ ਦਾ ਲਾਭ ਉਠਾਉਂਦਿਆਂ ਸਵਾਗਤੀ ਭਾਜਨ ਦੇ ਵਿੱਚ ਰਾਸ਼ਟਰਪਤੀ ਬਸ਼ਰ ਅਲ ਅਸਦ ਨੇ ਕਿਹਾ ਯਿਸੂ ਮਸੀਹ ਨੂੰ ਸ਼ਹੀਦ ਕਰਨ ਦਾ ਬਦਨਾਮ ਕਾਰਾ ਜਹੂਦਿਆਂ ਨੇ ਕੀਤਾ ਸੀ ਦੇਖਿਆ ਕਿ ਇਹ ਲਫ਼ਜ਼ ਸੁਣ ਕੇ ਪਾਪ ਦੇ ਉੱਤੇ ਅਸਰ ਨਹੀਂ ਹੋਇਆ ਤਾਂ ਉਸਦੇ ਧਾਰਮਿਕ ਮਾਮਲਿਆਂ ਬਾਰੇ ਵਜ਼ੀਰ ਨੇ ਭਾਸ਼ਣ ਦੇ ਦੌਰਾਨ ਦਰਹਾਇਆ ਸਾਨੂੰ ਸਭ ਨੂੰ ਇਸ ਗੱਲੋਂ ਚੌਕਸ ਰਹਿਣਾ ਪਵੇਗਾ ਕਿ ਈਸਾਈ ਧਰਮ ਅਤੇ ਇਸਲਾਮ ਵਿਰੁੱਧ ਸਾਜ਼ਿਸ਼ਾਂ ਰਚਣ ਵਾਲੇ ਕੇਵਲ ਜਹੂਦੀ ਨੇ ਇਹਨਾਂ ਵਾਕਾਂ ਦਾ ਪੋਪ ਉੱਪਰ ਅਸਰ ਹੋਇਆ ਜਾਣਾ ਪਰ ਇਹ ਸੱਚ ਹੈ ਕਿ ਜਹੂਦੀਆਂ ਵਿਰੁੱਧ ਨਫ਼ਰਤ ਦੇ ਬੀਜ ਪਹਿਲੋਂ ਹੀ ਈਸਾਈਆਂ ਨੇ ਬੀਜੇ ਬਰਨارڈ ਲੇਵਿਸ ਇਸਲਾਮੀ ਇਤਿਹਾਸ ਦਾ ਮੰਨਿਆ ਹੋਇਆ ਖੋਜੀ ਹੈ ਉਸ ਦਾ ਆਪਣਾ ਇੱਕ ਆਖਣਾ ਹੈ ਕੀ ਇਸਾਈਆਂ ਨੇ ਯਹੂਦੀਆਂ ਨੂੰ ਨਫ਼ਰਤ ਕੀਤੀ ਹੈ ਮੁਸਲਮਾਨਾਂ ਦੇ ਵਿੱਚ ਪਹਿਲਾਂ ਅਜਿਹੀ ਭਾਵਨਾ ਨਹੀਂ ਸੀ ਮੁਸਲਮਾਨਾਂ ਨੇ ਜਦੋਂ ਯੂਰਪ ਜਿੱਤਣਾ ਸ਼ੁਰੂ ਕੀਤਾ ਨਾ ਤਾਂ ਨਾਲ ਦੀ ਨਾਲ ਇਸਾਈਆਂ ਨੂੰ ਜ਼ਬਰਨ ਇਸਲਾਮ ਦੇ ਵਿੱਚ ਲਿਆਂਦਾ ਗਿਆ ਇਸਲਾਮ ਦੇ ਵਿੱਚ ਆਏ ਇਹ ਇਸਾਈ ਯਹੂਦੀਆਂ ਵਿਰੁੱਧ ਨਫ਼ਰਤ ਵੀ ਲੈ ਕੇ ਆਏ ਜਿੱਦਾਂ ਕਿ ਇੱਧਰ ਆਪਣੇ ਬਲਕਾਨ ਦੇ ਲੋਕ ਨੇ ਨਾ ਕੋਸੋਵੋ ਹੋ ਗਿਆ ਅਲਬਾਨੀਆ ਹੋ ਗਿਆ ਇਹ ਸਾਰੇ ਬੋਸਨੀਆਂ ਹੋ ਗਿਆ ਇਹ ਬਹੁਤ ਕਹਿ ਸਕਦੇ ਆ ਕਿ ਲੋਕ ਇਹ ਵੀ ਕਟੜ ਸੁਭਾਅ ਦੇ ਨੇ ਥੋੜੇ ਇਹਨਾਂ ਦੇ ਵਿੱਚ ਅੱਧੇਕ ਮੁਸਲਮਾਨ ਭਾਈਚਾਰੇ ਚੋਂ ਨੇ ਤੇ ਅੱਧੇਕ ਜਿਹੜੇ ਈਸਾਈ ਭਾਈਚਾਰੇ ਨੂੰ ਮੰਨਦੇ ਨੇ 1984 ਦੇ ਵਿੱਚ ਸਾਊਦੀ ਅਰਬ ਦਾ ਬਫਦ ਮਨੁੱਖੀ ਅਧਿਕਾਰ ਕਮਿਸ਼ਨ ਯੂਨ ਦੀਆਂ ਜਿਹੜੀਆਂ ਮੀਟਿੰਗਾਂ ਦੇ ਵਿੱਚ ਗਿਆ ਧਾਰਮਿਕ ਸਹਿਣਸ਼ੀਲਤਾ ਬਾਰੇ ਬੋਲਦਿਆਂ ਇਸ ਦੇ ਨੁਮਾਇੰਦੇ ਨੇ ਕਿਹਾ ਸੱਚ ਹੈ ਸਦੀਆਂ ਤੋਂ ਜਹੂਦੀਆਂ ਉੱਪਰ ਜ਼ੁਲਮ ਤੇ ਵਿਤਕਰਾ ਹੁੰਦਾ ਆਇਆ ਇਸ ਦਾ ਕਾਰਨ ਕੀ ਹੈ ਉਹ ਖੁਦ ਦੱਸਣ ਉਹਨਾਂ ਦੇ ਧਰਮ ਗ੍ਰੰਥ ਤਾਲ ਮੂਦ ਦੇ ਵਿੱਚ ਲਿਖਿਆ ਹੈ ਕਿ ਜਿਹੜਾ ਯਹੂਦੀ ਹਰ ਸਾਲ ਗੈਰ ਯਹੂਦੀ ਦਾ ਖੂਨ ਨਹੀਂ ਪ인다 ਨਾ ਉਹ ਦੋਜਖ ਯਾਨਕੀ ਨਰਕ ਦੇ ਵਿੱਚ ਜਾਏਗਾ 19ਵੀਂ ਸਦੀ ਦੇ ਅੱਧ ਦੇ ਵਿੱਚ ਆਟੋਮਨ ਅੰਪਾਇਰ ਆ ਜਿਹੜੀ ਆ ਤੁਰਕੀ ਦਾ ਅੰਪਾਇਰ ਸੁਲਤਾਨ ਦਾ ਪਤਨ ਸ਼ੁਰੂ ਹੋ ਜਾਂਦਾ ਹੈ ਯੂਰਪ ਦੇ ਵਿੱਚ ਈਸਾਈਆਂ ਨੇ ਤਾਕਤ ਫੜ ਲਈ ਇਹ ਹੈ ਉਹ ਮੰਦ ਭਾਗਾ ਵਕਤ ਜਦ ਅਰਬ ਅਤੇ ਯੂਰਪ ਦੇ ਈਸਾਈ ਇਕੱਠੇ ਹੋ ਕੇ ਯਹੂਦੀਆਂ ਉੱਪਰ ਕਹਿਰ ਟਾਉਣ ਲੱਗ ਗਏ। ਇਸ ਟੱਕਰ ਦਾ ਮੂਲ ਕਾਰਨ ਬੇਸ਼ੱਕ ਵਪਾਰਕ ਸੀ। ਪਿੱਛੇ ਖੜਾ ਯਹੂਦੀਆਂ ਦੀ ਵਪਾਰ ਦੇ ਵਿੱਚ ਚੜ੍ਹਦੀ ਚੜਤ ਸੀ ਪਰ ਧਾਰਮਿਕ ਰੰਗਤ ਦੇ ਕੇ ਸ਼ਾਸਕਾਂ ਤੇ ਪੁਜਾਰੀਆਂ ਨੇ ਉਹਨਾਂ ਦਾ ਸ਼ਿਕਾਰ ਕਰਨਾ ਸ਼ੁਰੂ ਕਰ ਦਿੱਤਾ। 20ਵੀਂ ਸਦੀ ਦੇ ਸ਼ੁਰੂ ਦੇ ਵਿੱਚ ਓਟੋਮਨ ਹਕੂਮਤ ਜਿਹੜੀ ਸੀ ਉਹਨੇ ਸਭ ਨਾਗਰਿਕਾਂ ਨੂੰ ਬਰਾਬਰੀ ਦੇ ਹੱਕ ਦੇ ਦਿੱਤੇ ਜਿਸ ਦੇ ਨਾਲ ਮੌਲਵੀਆਂ ਨੇ ਦੁਖੀ ਹੋ ਕੇ ਇਹ ਬਿਆਨ ਜਾਰੀ ਕਰ ਦਿੱਤਾ ਸੀ ਜਿਹੜਾ ਪੁਜਾਰੀਪਦ ਢਾਂਚਾ ਸੀ ਨਾ ਉਹਨਾਂ ਨੇ ਇਹ ਬਿਆਨ ਕੀਤਾ ਜਾਰੀ ਕਿ ਪੁਰਖਿਆਂ ਨੇ ਆਪਣਾ ਖੂਨ ਸਿੰਜ ਕੇ ਜਿਹੜੇ ਹੱਕ ਹਾਸਲ ਕੀਤੇ ਸਨ ਖੁੱਸ ਗਏ ਇਸਲਾਮ ਨੇ ਰਾਜ ਕਰਨ ਦਾ ਪਵਿੱਤਰ ਹੱਕ ਗਵਾ ਲਿਆ ਮੂਮਿਨਾਵਾਂ ਵਾਸਤੇ ਉਦਾਸ ਸਮਾਂ ਹੈ ਤੇ ਗੈਰ ਮੁਸਲਮ ਜਿਨ੍ਹਾਂ ਨੂੰ ਇਸਲਾਮ ਦੇ ਬਰਾਬਰ ਹੱਕ ਮਿਲ ਗਏ ਨੇ ਜਸ਼ਨ ਮਨਾ ਰਹੇ ਨੇ 1908 ਦੇ ਵਿੱਚ ਅੰਤਾਂ ਨੂੰ ਜਿਹੜਾ ਤੁਰਕ ਨੇ ਸੁਲਤਾਨ ਅਬਦੁਲ ਹਮੀਦ ਦੀ ਹਕੂਮਤ ਸੁੱਟ ਲਈ ਤੇ ਇਸਲਾਮ ਦਾ ਆਧੁਨਿਕ ਆਧੁਨਿਕੀਕਰਨ ਜਿਹੜਾ ਸ਼ੁਰੂ ਹੋ ਜਾਂਦਾ ਹੈ ਕਰ ਦਿੱਤਾ ਗਿਆ ਮੌਲਵੀਆਂ ਨੇ ਇਹਨਾਂ ਸੰਗਰਾਮੀਆਂ ਨੂੰ ਯਹੂਦੀਆਂ ਦੇ ਹੱਥ ਠੋਕੇ ਕਿਆ ਹੋਰ ਵੀ ਅੱਗੇ ਅਤਾ ਤੁਰਕ ਜਿਹੜਾ ਸੀ ਅਤਾ ਤੁਰਕ ਦੇ ਬਾਰੇ ਕਿਹਾ ਗਿਆ ਜਿਹਦੀ ਹਕੂਮਤ ਸਿੱਟੀ ਸੀ ਕਿ ਇਹ ਮੁਸਲਮਾਨ ਦੇ ਲਿਬਾਸ ਦੇ ਵਿੱਚ ਯਹੂਦੀ ਹੈ ਸਾਲ 1924 ਦੇ ਵਿੱਚ ਓਟੋਮਨ ਰਾਜ ਦਾ ਪੂਰੀ ਦੁਨੀਆ ਦੇ ਵਿੱਚ ਭੋਗ ਪੈ ਗਿਆ ਫਾਇਦਾ ਇਹ ਹੋਇਆ ਕਿ ਅਰਬ ਦੇਸ਼ ਯੂਰਪ ਦੀ ਤਰਜ਼ ਉੱਪਰ ਵਿਕਾਸ ਕਰਨ ਲੱਗ ਗਏ। ਨੁਕਸਾਨ ਇਹ ਹੋਇਆ ਕਿ ਜਹੂਦੀਆਂ ਵਿਰੁੱਧ ਖੂਨ ਗਰਮਾਉਣ ਲੱਗ ਗਿਆ। ਅਰਬੀ ਜ਼ਬਾਨ ਦੇ ਵਿੱਚ ਪਹਿਲੀ ਵਾਰ 1869 ਚ ਮੁਲਾਦਾ ਵਿਅਨ ਰਬਾਈ ਦੇ ਇਕਬਾਲੀਆ ਬਿਆਨ ਛਪ ਗਏ। ਇਹ ਬੰਦਾ ਜਹੂਦੀਆਂ ਦੇ ਵਿੱਚੋਂ 크੍ਰਿਸਚੀਅਨ ਬਣਿਆ ਸੀ। ਬਾਅਦ ਦੇ ਵਿੱਚ 1890 ਚ ਈਸਾਈ ਲੇਖਕ ਹਬੀਬ ਫਾਰਿਸ ਦੀ ਕਿਤਾਬ ਹੈ ਤਾਲਮੂਦੀ ਨਰ ਬਲੀ ਛਪੀ ਨਰਦੀ ਬਲੀ ਜਾਨੀ ਕਿ ਤਾਲ ਮੋਦੀ ਨਰ ਬਲੀ ਛਪੀ ਇਹਨਾਂ ਦੋ ਕਿਤਾਬਾਂ ਦੇ ਵਿੱਚ ਸਿੱਧ ਕੀਤਾ ਗਿਆ ਕਿ ਯਹੂਦੀਆਂ ਦੇ ਵਿੱਚ ਨਰ ਬਲੀ ਜਿਹੜੀ ਹੈ ਜਾਨੀ ਕਿ ਹਿਊਮਨ ਦੀ ਬਲੀ ਜਾਂ ਫਿਰ ਕਿਸੇ ਵੀ ਬੱਕਰੇ ਦੀ ਬਲੀ ਜਾਂ ਨਰ ਬਲੀ ਜਿਹੜੀ ਦਿੱਤੀ ਜਾਂਦੀ ਹੈ ਦੇਣੀ ਧਰਮੀ ਰਸਮ ਹੈ ਆਦਮੀ ਨੂੰ ਮਾਰ ਕੇ ਆਦਮੀ ਨੂੰ ਮਾਰ ਕੇ ਉਸ ਦਾ ਖੂਨ ਪੀਂਦੇ ਨੇ ਤੇ ਖੂਨ ਦੇ ਨਾਲ ਹੋਰ ਕਈ ਰਸਮਾਂ ਵੀ ਨਿਭਾਉਂਦੇ ਨੇ ਇਨ੍ਹਾਂ ਦੋ ਲਿਖਤਾਂ ਸਦਕਾ 14 ਸਦੀਆਂ ਭਰਾਵਾਂ ਵਾਂਗ ਹੀ ਇਕੱਠੇ ਰਹਿੰਦੇ ਯਹੂਦੀਆਂ ਤੇ ਮੁਸਲਮਾਨਾਂ ਦੇ ਵਿਚਕਾਰ ਦੁਸ਼ਮਣੀ ਦੀ ਕੰਧ ਉੱਤਰ ਗਈ ਖਲੀਫਾ ਇਨ੍ਹਾਂ ਦੇ ਲਿਖਤਾਂ ਦੇ ਸਖਤ ਖਿਲਾਫ ਸੀ ਉਸਨੇ ਇਨ੍ਹਾਂ ਦੇ ਉੱਪਰ ਪਾਬੰਦੀ ਲਾ ਦਿੱਤੀ ਤੇ ਪ੍ਰਕਾਸ਼ਨ ਬੰਦ ਕਰ ਦਿੱਤਾ ਤੇ ਅਖਬਾਰਾਂ ਨੂੰ ਹੁਕਮ ਦਿੱਤਾ ਇਨ੍ਹਾਂ ਲਿਖਤਾਂ ਦੇ ਹਿੱਸੇ ਨਾ ਛਾਪੇ ਜਾਣ ਪਰ ਗੁਪਤ ਤਰੀਕੇ ਦੇ ਨਾਲ ਇਨ੍ਹਾਂ ਲਿਖਤਾਂ ਨੂੰ ਵੰਡਣ ਪੜਨ ਤੋਂ ਕਿਵੇਂ ਰੋਕਿਆ ਜਾਵੇ ਜਾਂ ਜਾ ਚਾ ਜਾ ਸਕਦਾ ਹੈ ਇਹ ਸਵਾਲ ਖੜਾ ਹੋ ਗਿਆ ਫਿਰ ਕਿਹਾ ਗਿਆ ਕਿ ਜਹੂਦਿਆਂ ਦੇ ਕੋਲ ਗੁਪਤ ਸ਼ਕਤੀਆਂ ਨੇ ਕਾਲੇ ਜਾਦੂ ਦੇ ਨਾਲ ਕੁਝ ਵੀ ਪਾਣਾ ਵਰਤਾ ਸਕਦੇ ਆ ਜਦੋਂ ਫਿਰ ਸ਼ੈਤਾਨ ਨੂੰ ਲਿਆਣਾ ਸੀ ਨਾ ਤੇ ਰੱਬ ਦੀ ਰੱਬ ਦੀ ਹਕੂਮਤ ਸੀ ਤੇ ਫਿਰ ਸ਼ੈਤਾਨ ਦੀ ਵੀ ਤਾਂ ਹਕੂਮਤ ਕੁਝ ਨਾ ਕੁਝ ਓਪੋਜ਼ਿਟ ਤਾਂ ਖੜਾ ਕਰਨਾ ਪੈਣਾ ਨਾ ਫਿਰ ਉਹ ਕਹਿੰਦੇ ਕਿ ਇਹਨਾਂ ਕੋਲ ਰਿਧੀਆਂ ਜ਼ਿਦੀਆਂ ਨੇ ਗੁਪਤ ਸ਼ਕਤੀਆਂ ਨੇ ਕਾਲੇ ਜਾਦੂ ਦੇ ਨਾਲ ਕੁਝ ਵੀ ਪਾਣਾ ਵਰਤਾ ਸਕਦੇ ਆ ਜਦੋਂ ਇਹ ਜਿੱਦਾਂ ਹੁਣ ਕੋਈ ਇੱਕ ਪਾਸਾ ਹੈ ਕਿ ਲੋਕ ਰੱਬ ਦੀ ਪੂਜਾ ਕਰਦੇ ਨੇ ਤੇ ਦੂਸਰੇ ਪਾਸੇ ਇਸੇ ਤਰ੍ਹਾਂ ਦੇ ਵੀ ਲੋਕ ਨੇ ਜਿਹੜੇ ਸ਼ੈਤਾਨ ਦੀ ਪੂਜਾ ਕਰਦੇ ਆ ਤੇ ਜੇ ਹੁਣ ਸ਼ੈਤਾਨ ਆਵੇਗਾ ਤਾਂ ਤਾਂ ਹੀ ਰੱਬ ਦੇ ਕੋਲ ਜਾਣਗੇ ਤੇ ਡਰਨਗੇ ਤੇ ਗੁੰਮਸਮ ਹੋਣਗੇ ਤੇ ਫਿਰ ਪੁਜਾਰੀ ਕੋਲ ਜਾਣਗੇ ਤੇ ਉਹਦਾ ਹੱਲ ਲੱਭਣਗੇ ਪੁੱਛਣਗੇ ਕਿ ਕੀ ਕਰੀਏ ਫਿਰ ਪੁਜਾਰੀ ਜਿਹੜਾ ਹੈ ਉਹ ਕਿਸੇ ਵੀ ਧਰਮ ਦਾ ਹੈ ਉਹ ਫਿਰ ਜਿਹੜਾ ਹੈ ਉਹਦਾ ਹੱਲ ਲੱਭੂਗਾ ਤੇ ਆਪਣੀ ਦਕਸ਼ਨਾ ਲਵੂਗਾ ਤੇ ਪੈਸਾ ਲਊਗਾ ਜਾਂ ਉਹ ਚਾਹੇ ਕੋਈ ਵਸਤੂ ਦੇ ਰੂਪ ਦੇ ਵਿੱਚ ਹੈ ਤੇ ਚਾਹੇ ਉਹ ਦੌਲਤ ਦੇ ਰੂਪ ਦੇ ਵਿੱਚ ਹੈ ਜਾਂ ਫਿਰ ਇੱਥੇ ਤੱਕ ਕਿ ਇਨਸਾਨੀ ਸਰੀਰ ਦੇ ਤੌਰ ਦੇ ਉੱਤੇ ਵੀ ਹੈ ਜਿਵੇਂ ਕਿ ਬਹੁਤ ਸਾਰੇ ਜਿਹੜੇ ਪਾਦਰੀ ਨੇ ਜਾਂ ਹੋਰ ਸਾਰੇ ਨੇ ਜਾਂ ਆਪਣੇ ਮੌਲੇ ਨੇ ਮੌਲਵੀ ਨੇ ਉਹਨਾਂ ਦੇ ਉੱਤੇ ਬਕਰੇ ਬਕਰੇ ਤੌਰ ਦੇ ਉੱਤੇ ਇਲਜ਼ਾਮ ਲੱਗਦੇ ਆਉਂਦੇ ਨੇ ਤੇ ਬਹੁਤ ਸਾਰੇ ਐਸੇ ਆਪਣੇ ਧਰਮਾਂ ਦੇ ਵਿੱਚ ਵੀ ਨੇ ਜਿਨ੍ਹਾਂ ਦੇ ਉੱਤੇ ਇਲਜ਼ਾਮਬਾਜ਼ੀਆਂ ਲੱਗਦੀਆਂ ਆ ਰਹੀਆਂ ਨੇ ਜੋ ਕੁਝ ਕਰ ਰਹੇ ਨੇ ਤੇਰੋ ਰੱਬ ਨੂੰ ਤੇ ਸ਼ੈਤਾਨ ਨੂੰ ਸਥਾਪਿਤ ਕਰਨ ਦੇ ਲਈ ਉਹਨਾਂ ਦਾ ਦੋਵੇਂ ਪਾਸਾ ਤਾਂ ਦੇਖਣਾ ਹੀ ਪੈਣਾ ਨਾ ਜੇ ਸ਼ੈਤਾਨ ਨੂੰ ਮਾਰਨਾ ਤਾਂ ਫਿਰ ਰੱਬ ਨੂੰ ਜਾਣਾ ਰੱਬ ਕੋਲ ਜਾਣਾ ਪੈਣਾ ਜੇ ਰੱਬ ਦੇ ਸਾਹਮਣੇ ਖੜੇ ਹੋਣਾ ਕੁਝ ਗਲਤ ਤਾਕਤਾਂ ਵਾਂ ਤਾਂ ਫਿਰ ਰੱਬ ਕੋ ਜਾ ਕੇ ਸਹਾਇਤਾ ਮੰਗਣੀ ਪੈਣੀ ਹੈ ਸ਼ੈਤਾਨ ਨੂੰ ਖਤਮ ਕਰਨ ਦੇ ਲਈ ਇੱਕ ਦੂਸਰੇ ਦੇ ਪੂਰਵਕ ਨੇ ਜਦੋਂ 1948 ਦੇ ਵਿੱਚ ਨਵ ਜੰਮੇ ਇਜ਼ਰਾਈਲੀ ਉੱਪਰ ਪੰਜ ਦੇਸ਼ਾਂ ਮਿਸਰ, ਇਰਾਕ, ਜਾਰਡਨ, ਲਿਬਨਾਨ ਤੇ ਸੀਰੀਆ ਨੇ ਹਮਲਾ ਕੀਤਾ ਇਜ਼ਰਾਲ ਨੇ ਬੁਰੀ ਤਰ੍ਹਾਂ ਹਰਾ ਦਿੱਤੇ ਉਦੋਂ ਤੱਕ ਕਾਲੇ ਜਾਦੂ ਦੀ ਸ਼ਕਤੀ ਜਗ ਜ਼ਾਹਰ ਹੋ ਗਈ ਜਦੋਂ ਮੁਸਲਮਾਨਾਂ ਨੂੰ ਪੁੱਛਿਆ ਗਿਆ ਕਿ ਅੱਲਾ ਉਹਨਾਂ ਦੇ ਲਈ ਕਿਉਂ ਨਹੀਂ ਬੋੜਿਆ ਮੌਲਵੀਆਂ ਦਾ ਉੱਤਰ ਹੁੰਦਾ ਸੀ ਕਹਿੰਦਾ ਆਧੁਨਿਕਤਾ ਨੇ ਸਾਨੂੰ ਗਰਕ ਕਰ ਦਿੱਤਾ ਜੇ ਅਸੀਂ 7ਵੀਂ ਸਦੀ ਵਰਗੇ खरे ਮੁਸਲਮਾਨ ਹੁੰਦੇ ਨਾ ਹੁਣ ਵੀ ਕਹਿੰਦਾ ਇਹ ਯਹੂਦੀਆਂ ਨੂੰ ਉਵੇਂ ਹਰਾ ਦਿੰਦੇ ਚਾਲ ਦੇਖੋ ਕਿੰਨੀ ਡੂੰਗੀ ਆਪਣੇ ਆਪ ਨੂੰ ਮਤਲਬ ਕਿ ਗਲਤ ਜ਼ਾਬਤ ਕਰ ਲਿਆ ਕਿ ਅਸੀਂ ਉਹ ਨਹੀਂ ਰਹੇ ਜਿਹੜੇ ਪਹਿਲਾਂ ਸੀ ਪਰ ਕਹਿੰਦਾ ਕਿ ਰੱਬ ਨੂੰ ਨਹੀਂ ਮਰਨ ਦੇਣਾ ਆਪਾਂ ਆਧੁਨਿਕਤਾ ਨੇ ਸਾਨੂੰ ਗਰਕ ਕਰ ਦਿੱਤਾ ਜੇ ਅਸੀਂ 7ਵੀਂ ਸਦੀ ਵਰਗੇ खरे ਮੁਸਲਮਾਨ ਹੁੰਦੇ ਤਾਂ ਹੁਣ ਵੀ ਜਹੂਦੀਆਂ ਨੂੰ ਉਵੇਂ ਹਰਾ ਦਿੰਦੇ ਜਿਵੇਂ ਉਦੋਂ ਖੈਬਰ ਦੇ ਵਿੱਚ ਹਰਾਏ ਸਨ ਮੁਸਲਿਮ ਜਗਤ ਨੇ ਭੂਤਕਾਲ ਦੇ ਵੱਲ ਤੁਰਨਾ ਸ਼ੁਰੂ ਕਰਤਾ ਤੁਰੰਤ ਉਹਨਾਂ ਸਾਹਮਣੇ ਉਸਤਾਮਾ ਬੇਲ ਲਾ ਦੇਣ ਤੇ ਉਸਦਾ ਡਿਪਟੀ ਇਮਾਨ ਅਲ ਜਵਾਰੀ ਦੇ ਨਾਲ ਨਾਮ ਦੇ ਹੀਰੋ ਪ੍ਰਗਟ ਹੋ ਗਏ 1906 ਦੇ ਵਿੱਚ ਜੰਮੇ ਕੱਟੜ ਪੰਥੀ ਸੈਇਦ ਕੁੱਤਬ ਨੇ 30 ਜिल्ਦਾਂ ਦੇ ਵਿੱਚ ਕੁਰਾਨ ਦਾ ਟੀਕਾ ਕੀਤਾ ਉਸ ਦੀ ਲਿਖਤ ਅਤੇ ਬੋਲ ਅੱਗ ਦੀਆਂ ਲਪਟਾਂ ਨੇ ਪੂਰਬ ਪੱਛਮ ਦੇ ਮੁਸਲਮਾਨ ਉਸ ਉੱਪਰ ਫਿਦਾ ਹੋ ਗਏ ਉਸ ਸਦਕਾ ਪੈਦਾ ਹੋਈ ਗੜਬੜ ਰੋਕਣ ਦੇ ਲਈ ਮਿਸਰ ਦੇ ਹਾਕਮ ਗਮਾਲ ਅਬਦਲ ਨਾਸੀਰ ਨੇ ਗ੍ਰਿਫਤਾਰ ਕਰਕੇ 1962 ਦੇ ਵਿੱਚ ਫਾਹਿਲਾਤ ਪਰ ਉਹ ਸ਼ਹੀਦ ਮੰਨ ਲਿਆ ਗਿਆ ਤੇ ਆਧੁਨਿਕ ਜਿਹਾਦ ਤੇ ਮੁਜਾਹਿਦਿਨ ਦਾ ਪਿਤਾਮਾ ਉਹ ਹੋਈ ਹੈ ਅਮਰੀਕਾ ਦੇ ਵਿੱਚ تعلیم ਹਾਸਲ ਕਰਨ ਗਏ ਨੇ ਦੇਖਿਆ ਉੱਥੋਂ ਦੀਆਂ ਕੁੜੀਆਂ ਬੜੀਆਂ ਅੰਗ ਪ੍ਰਦਰਸ਼ਨ ਕਰਦੀਆਂ ਉਸ ਨੂੰ ਔਰਤਾਂ ਦੇ ਵਿਰੁੱਧ ਨਫ਼ਰਤ ਹੋ ਗਈ ਕਿਸੇ ਧਰਮੀ ਮੁਸਲਮਾਨ ਕੁੜੀ ਦੇ ਨਾਲ ਨਿਕਾਹ ਕਰਨ ਦੇ ਲਈ ਤਿਆਰ ਸੀ ਜਿਸ ਦੇ ਵਿੱਚ ਕਾਮਵਾਸ਼ਨਾ ਮਰਤੀ ਪਰ ਵੀ ਨਾ ਹੋਵੇ ਅਜਹੀ ਕੁੜੀ ਗਲੋਬ ਉੱਪਰ ਨਾ ਮਿਲਣ ਕਾਰਨ ਛੜਾ ਰਹਿ ਗਿਆ ਉਹ ਉਸਦੀ ਲਿਖਤ ਦਾ ਨਮੂਨਾ ਯਹੂਦੀ ਉਦੋਂ ਤੱਕ ਸੰਤੁਸ਼ਟ ਨਹੀਂ ਹੋਣਗੇ ਜਦੋਂ ਤੱਕ ਇਸਲਾਮ ਦੀ ਪੂਰਨ ਤਬਾਹੀ ਨਹੀਂ ਹੁੰਦੀ ਕਹਿੰਦਾ ਮਦੀਨੇ ਦੀ ਜੰਗ ਦੇ ਵਿੱਚ 1400 ਸਾਲ ਪਹਿਲਾ ਹਾਰਨ ਸਦਕਾ ਜਿਵੇਂ ਉਹਨਾਂ ਦੀ ਹੱਤਗ ਹੋਈ ਸੀ ਇਜ਼ਰਾਈਲ ਦੇਸ਼ ਦੀ ਸਥਾਪਨਾ ਉਸ ਬੇਇੱਜ਼ਤੀ ਦਾ ਬਦਲਾ ਲੈਣ ਵਾਸਤੇ ਹੈ ਪਰ ਪਹਿਲੋਂ ਪੁਰਾਣੇ ਸਮਿਆਂ ਦੇ ਵਿੱਚ ਦੋ ਵਾਰ ਯਰੂਸ਼ਲਮ ਦੇ ਵਿੱਚ ਉਹਨਾਂ ਦੇ ਮੰਦਰ ਟਾਏ ਗਏ ਹੁਣ ਅੱਲਾ ਨੇ ਉਹਨਾਂ ਦਾ ਬੀਜ ਨਾਸ਼ ਕਰਨ ਵਾਸਤੇ ਹਿਟਲਰ ਭੇਜਿਆ ਮੁਸਲਮਾਨ ਕੁਰਾਨ ਦੀ ਤਾਬਿਆਦਾਰੀ ਦੇ ਵਿੱਚ ਚੱਲਣਗੇ ਤਾਂ ਜਹੂਦੀਆਂ ਦਾ ਸਫਾਇਆ ਕਰ ਦੇਣਗੇ ਇੱਥੇ ਤਾਰੀਖ ਦਾ ਦਿਲਚਸਪ ਸਵਾਲ ਹੈ ਕਿ ਪਹਿਲੀ ਵਾਰ ਬੇਬਿਲੋਨੀਆਂ ਬੇਬਿਲੋਨ ਜਿਹੜਾ ਗੱਲਬਾਤ ਹੈ ਬੇਬਿਲੋਨੀਆਂ ਨੇ 516 16 ਪੂਰਬ ਇਸਾ ਦੇ ਵਿੱਚ ਬਾਦਸ਼ਾਹ ਤੇ ਪੈਗੰਬਰ ਸੁਲੇਮਾਨ ਦਾ ਉਸਾਰਿਆ ਜਹੂਦੀ ਮੰਦਰ ਟਾਇਆ ਜਿਹੜੀ ਲਿਖਤ ਮਿਲਦੀ ਹੈ ਜਾਂ ਜੋ ਡੇਟਾ ਨੇ ਬੇਬਿਲੋਨੀਆਂ ਤਾ ਨਾ ਕੁਰਾਨ ਦੇ ਮੁਰੀਦ ਸਨ ਨਾ ਇੱਕ ਅੱਲਾ ਦੇ ਵਿੱਚ ਵਿਸ਼ਵਾਸ ਉਹ ਬੁੱਤ ਪੂਜ ਸਨ ਅੱਲਾ ਨੇ ਬੁੱਤ ਪੂਜਾਂ ਤੋਂ ਯੇਰੂਸ਼ਲਮ ਦਾ ਮੰਦਰ ਢਵਾ ਦਿੱਤਾ ਤੇ ਜਹੂਦੀ ਹਰਾ ਦਿੱਤੇ ਹੁਣ ਹੁਣ ਜਿਹੜਾ ਸੀ ਕੁਰਾਨ ਦੇ ਮੁਰੀਦਾਂ ਨੂੰ ਅੱਲਾ ਤਾਕਤ ਅੱਲਾ ਤਾਕਤ ਦੇਣ ਤੋਂ ਇਨਕਾਰੀ ਕਿਉਂ ਹੈ ਅੱਜ ਤੇ ਜਹੂਦੀ ਉਹਨਾਂ ਪ੍ਰਾਚੀਨ ਬੇਬਿਲੋਨੀਆਂ ਦੀ ਔਲਾਦ ਨੇ ਫਿਰ 1948 1952 1967 ਤੇ 1973 ਦੇ ਵਿੱਚ ਇਨ੍ਹਾਂ ਕਾਫਰਾਂ ਤੋਂ ਮੁਸਲਮਾਨ ਚਾਰ ਵਾਰ ਕਿਉਂ ਹਾਰ ਗਏ ਹਰੇਕ ਯੁੱਧ ਦੇ ਵਿੱਚ ਇਜ਼ਰਾਈਲ ਅਰਬਾਂ ਦੀ ਜ਼ਮੀਨ ਉੱਪਰ ਵਧੇਕ ਦੂਰ ਤੱਕ ਕਾਬਜ਼ ਹੋ ਜਾਂਦਾ ਹੈ ਅੱਲਾ ਸਾਡੇ ਖਿਲਾਫ ਹੈ ਕਿਤੇ ਇਸ ਸੁਨੇਹੇ ਨੂੰ ਅਸੀਂ ਮੁਸਲਮਾਨ ਨਜ਼ਰ ਅੰਦਾਜ਼ ਤਾਂ ਨਹੀਂ ਕਰ ਰਹੇ ਸੈਇਦ ਕਤਬ ਦਾ ਐਲਾਨ ਹੈ ਸ਼ਰਾਅ ਉੱਪਰ ਅਮਲ ਤਾਂ ਕਰੋ ਫਿਰ ਦੇਖੋ ਕਿ ਇਜ਼ਰਾਈਲ ਪੰਗਰ ਕੇ ਪਾਣੀ ਵਾਂਗ ਰੇਤ ਦੇ ਵਿੱਚ ਸਮਾਜ ਆਏਗਾ ਜਿਵੇਂ ਪਹਿਲਾਂ ਬੇਬੀਲੋਨੀਆਂ ਨੇ ਜਿਹੜਾ ਫਿਰ 500 ਸਾਲ ਬਾਅਦ ਰੋਮਨਾ ਨੇ ਜਹੂਦੀਆਂ ਨੂੰ ਖਦੇੜਿਆ ਸੀ ਹੁਣ ਮੁਸਲਮਾਨ ਇਹੋ ਕਰਨਗੇ ਤਾਰੀਖ ਆਖਦਾ ਹੈ ਜੇ ਅਵਲ ਅਵਲ ਤੇ ਆਖਰ ਅੱਲਾ ਦਾ ਹੁਕਮ ਚੱਲਦਾ ਹੈ ਤਾਂ ਫਿਰ ਅੱਜ ਕੱਲ ਅੱਲਾ ਜਹੂਦੀਆਂ ਦੀ ਹਮਾਇਤ ਦੇ ਵਿੱਚ ਹੈ ਕਹਿੰਦਾ ਸਾਡੇ ਚ ਨਹੀਂ ਹੈ ਕੁਤਬ ਦੇ ਚਾਰ ਸਿੱਟੇ ਨੇ ਉਹ ਲਿਖਦਾ ਹੈ ਕਿ 1400 ਸਾਲ ਪਹਿਲਾਂ ਜਦੋਂ ਇਸਲਾਮ ਦਾ ਪ੍ਰਕਾਸ਼ ਹੋਇਆ ਤਾਂ ਮਦੀਨੇ ਦੇ ਵਿੱਚ ਮੁਸਲਮਾਨਾਂ ਦੀ ਪਹਿਲੀ ਹਕੂਮਤ ਕਾਇਮ ਹੋਈ ਜਹੂਦੀ ਉਦੋਂ ਤੋਂ ਇਸਲਾਮ ਦੇ ਵੈਰੀ ਨੇ ਦੂਸਰੀ ਗੱਲ ਉਹ ਲਿਖਦਾ ਹੈ ਕਿ ਜਹੂਦੀਆਂ ਨੇ ਸਾਜ਼ਿਸ਼ ਰਚ ਕੇ ਸੁੰਨੀ ਸ਼ੀਆ ਦਾ ਪੁਆੜਾ ਖੜਾ ਕੀਤਾ ਫੁੱਟ ਪਾ ਦਿੱਤੀ ਤੀਸਰੀ ਗੱਲ ਉਹ ਲਿਖਦਾ ਹੈ ਕਿ ਜਹੂਦੀ ਉਦੋਂ RAM ਦੀ ਨੀਂਦ ਸੌਣਗੇ ਜਦੋਂ ਇਸਲਾਮ ਪੂਰੀ ਤਰ੍ਹਾਂ ਮਰ ਬਿਟ ਜਾਏਗਾ ਚੌਥੀ ਗੱਲ ਲਿਖਦਾ ਹੈ ਕਿ 1500 ਸਾਲ ਤੋਂ ਜਹੂਦੀਆਂ ਤੇ ਮੁਸਲਮਾਨਾਂ ਦੇ ਵਿਚਕਾਰ ਚੱਲ ਰਿਹਾ ਯੁੱਧ ਉਦੋਂ ਖਤਮ ਹੋਏਗਾ ਜਦੋਂ ਸਾਰੇ ਜਹੂਦੀ ਖਤਮ ਹੋ ਜਾਣਗੇ। ਕੁੱਤਬ ਦੇ ਅਨੁਸਾਰ ਨਬੀ ਮੁਹੰਮਦ ਦੇ ਦੇਹਾਂਤ ਪਿੱਛੋਂ ਵਿਰਾਸਤ ਦਾ ਝਗੜਾ ਵੀ ਜਹੂਦੀਆਂ ਨੇ ਖੜਾ ਕੀਤਾ ਸੀ। ਤੀਜੇ ਖਲੀਫੇ ਉਸਮਾਨ ਨੂੰ ਮਾਰਨ ਵਾਸਤੇ ਜਿਸ ਬੰਦੇ ਨੇ ਭੀੜ ਨੂੰ ਪੜਕਾਇਆ ਉਹ ਜਹੂਦੀ ਸੀ। ਤਾਰੀਖ ਦੀ ਟਿੱਪਣੀ ਹੈ ਕਿ ਜੇ ਪੱਤਾ ਤੱਕ ਜੇ ਪੱਤਾ ਤੱਕ ਜਹੂਦੀਆਂ ਦੇ ਹੁਕਮ ਬਗੈਰ ਨਹੀਂ ਹਿਲਦਾ ਜਿਹੜਾ ਪੱਤਾ ਹੈ ਦਰਖਤ ਦਾ ਜ ਜਹੂਦੀਆਂ ਦੇ ਹੁਕਮ ਦੇ ਬਗੈਰ ਨਹੀਂ ਹਿਲਦਾ ਤਾਂ ਪਾਕਿਸਤਾਨ ਦੇ ਵਿੱਚ ਮੁਸਲਮਾਨ ਹੱਥੋਂ ਮੁਸਲਮਾਨ ਦੇ ਕਤਲਾਂ ਦੇ ਲਈ ਵੀ ਜਹੂਦੀ ਜ਼ਿੰਮੇਬਾਰ ਨੇ ਇਹ ਵੱਖਰੀ ਗੱਲ ਹੈ ਕਿ ਪਾਕਿਸਤਾਨ ਦੇ ਵਿੱਚ ਕਦੀ ਵੀ ਜਹੂਦੀ ਵਸਦੇ ਸਨ ਉਹਨਾਂ ਦੇ ਧਰਮ ਦੇ ਅੰਦਰ ਹੋਇਆ ਕਰਦੇ ਸਨ ਅੱਜ ਇੱਕ ਵੀ ਜਹੂਦੀ ਪਾਕਿਸਤਾਨ ਦੇ ਵਿੱਚ ਨਹੀਂ ਰਹਿੰਦਾ ਜਿਸ ਪੈਂਫਲੈਟ ਪ੍ਰੋਟੋਕੋਲ ਦਾ ਪਿੱਛੇ ਆਪਾਂ ਜ਼ਿਕਰ ਕੀਤਾ ਹੈ ਉਸ ਦੇ ਵਿੱਚ ਇਹੋ ਹੀ ਗਪੋੜ ਦਰਜ ਨੇ ਉਹ ਲਿਖਦਾ ਕਿ ਪਹਿਲਾਂ ਪੈਗੰਬਰ ਦੇ ਦੋਤੇ ਹੁਸੈਨ ਦੀ ਸ਼ਹਾਦਤ ਦੇ ਮਨਾਉਣ ਵੇਲੇ ਸ਼ੀਆ ਲੋਕ ਸੁੰਨੀ ਬੱਚਾ ਫੜ ਕੇ ਕਤਲ ਕਰਦੇ ਨੇ ਉਸ ਦਾ ਖੂਨ ਪੀ ਕੇ ਮਾਸ ਖਾ ਕੇ ਅਸ਼ੂਰਾ ਤਿਵਾਰ ਮਨਾਉਂਦੇ ਆ ਦੂਸਰੀ ਉਹ ਗੱਲ ਲਿਖਦਾ ਕਿ ਜਿਹੜਾ ਖਾਣਾ ਸ਼ੀਆ ਮੇਜ਼ਬਾਨ ਸੁੰਡੀਆਂ ਨੂੰ ਪਰੋਸਦੇ ਨੇ ਹਨ ਉਸ ਦੇ ਵਿੱਚ ਪਹਿਲਾਂ ਆਪਣਾ ਜਿਹੜਾ ਹੈ ਵੀਰੇਜ ਮਲਾਉਂਦੇ ਆ ਤੀਸਰੀ ਗੱਲ ਲਿਖਦਾ ਹੈ ਕਿ ਮ੍ਰਿਤਕ ਦੇ ਸਰੀਰ ਦੇ ਵਿੱਚੋਂ ਤਰਲ ਕੱਢ ਕੇ ਖਾਣੇ ਦੇ ਵਿੱਚ ਮਿਲਾ ਕੇ ਮੁਹਰਰਮ ਦੇ ਪਵਿੱਤਰ ਮਹੀਨੇ ਉਹ ਮੁਸਲਮਾਨਾਂ ਨੂੰ ਖਾਣਾ ਖਵਾਉਂਦੇ ਨੇ ਚੌਥੀ ਗੱਲ ਲਿਖਦਾ ਹੈ ਕਿ ਨਰੋਜ਼ ਤਿਹਾੜ ਸਮੇ ਸ਼ੀਆ ਸਮਾਜ ਵਰਜਿਤ ਰਿਸ਼ਤਿਆਂ ਵਿਚਕਾਰ ਸਰੀਰਕ ਸੰਬੰਧ ਬਣਾ ਕੇ ਰੰਗ ਰਾਲੀਆਂ ਮਨਾਉਂਦੇ ਆ ਜਿਹੜੇ ਮੁਸਲਮਾਨ ਯਹੂਦੀਆਂ ਦੇ ਆਖੇ ਲੱਗ ਕੇ ਧਰਮ নিরপেক্ষতা ਦੇ حمایت ਹਨ ਧਰਮ ਅਤੇ ਸਿਆਸਤ ਅਲੈਦਾ ਚਾਉਂਦੇ ਨੇ ਮਰਦ ਔਰਤ ਬਰਾਬਰ ਨੇ ਆਧਿਕ ਭਰਮਾਂ ਦਾ ਸ਼ਿਕਾਰ ਹੋ ਗਏ ਨੇ ਕੁੱਤਬ ਦੇ ਅਨੁਸਾਰ ਉਹ ਨਾਮ ਦੇ ਮੁਸਲਮਾਨ ਹਨ ਕੇਵਲ ਅੱਤਾ ਤੁਰਕ ਨੇ ਤੁਰਕੀ ਨੂੰ ਆਧੁਨਿਕ ਸਟੇਟ ਬਣਾ ਕੇ ਕਾਇਮ ਕਲਪ ਕਾਇਆ ਕਲਪ ਕਰ ਦਿੱਤੀ ਕੁੱਤਬ ਅਨੁਸਾਰ ਉਹ ਯਹੂਦੀ ਸੀ ਕੁੱਤਬ ਦੇ ਅਨੁਸਾਰ ਹਰ ਬਦੀ ਪਿੱਛੇ ਯਹੂਦੀ ਦਿਸ ਜਾਏਗਾ ਨਾਸਤਿਕ ਪਦਾਰਥਵਾਦ ਦਾ ਪਿਤਾਮਾ Karl Marx ਪਸ਼ੂਆਂ ਵਰਗੀ ਕਾਮਵਾਸ਼ਨਾ ਦੇ ਫਲਸਫੇ ਦਾ મોਡੀ ਫਰਾਇਡ ਪਰਿਵਾਰ ਅਤੇ ਸਮਾਜ ਨੂੰ ਤੋੜਨ ਵਾਲਾ ਐਮੇਲੀ ਦੁਰਖੇਮ ਸਾਰੇ ਸ਼ੈਤਾਨ ਜਹੂਦੀ ਨੇ ਕਾਹਿਰਾ ਟੀਵੀ ਤੋਂ ਕਾਹਿਰਾ ਟੀਵੀ ਤੋਂ 29 ਦਸੰਬਰ 2009 ਨੂੰ ਮਿਸਰ ਦੇ ਮੌਲਵੀ ਯਾਕੂਬ ਨੇ ਤਕਰੀਰ ਕੀਤੀ ਕਿ ਜਹੂਦੀ ਸਾਡੇ ਵੈਰੀ ਨੇ ਸਾਡੇ ਹੱਥੋਂ ਅੱਲਾ ਉਹਨਾਂ ਦਾ ਕਤਲ ਕਰਾਏਗਾ ਇਹ ਯਕੀਨੀ ਹੈ ਮੈਂ ਨਹੀਂ ਕਹਿੰਦਾ ਇਹ ਅੱਲਾ ਆਖਦਾ ਹੈ ਕਹਿੰਦਾ ਕਿ ਜਹੂਦੀ ਅਤੇ ਬੁੱਤ ਪੂਜ ਮੌਮਨਾ ਦੇ ਸਭ ਤੋਂ ਵੱਡੇ ਦੁਸ਼ਮਣ ਨੇ ਆਖਰ ਦੁਨੀਆ ਨੇ ਦੇਖ ਹੀ ਲਿਆ ਕਿ ਹਿਟਲਰ ਦੀਆਂ ਫੌਜਾਂ ਹਾਰਨ ਲੱਗ ਪਈਆਂ ਤਾਂ ਵੀ ਨਾਜ਼ੀ ਮੁਸ਼ੱਕਤ ਕੈਂਪਾਂ ਦੇ ਵਿੱਚ ਅਜੇ ਜਹੂਦੀਆਂ ਦਾ ਨਰ ਸੰਘਾਰ ਕਰ ਰਹੇ ਸਨ ਚਾਰ ਫ੍ਰਾਂਸੀਸੀ ਔਰਤਾਂ ਦੇ ਵਿੱਚ ਇੱਕ ਨੋਰਾ বেকার ਵੀ ਸੀ ਤੇ ਚਾਰਾਂ ਨੂੰ ਗੋਡਿਆਂ ਭਾਰ ਝੁਕਨ ਦੇ ਲਈ ਕਿਹਾ ਗਿਆ ਤਿੰਨ ਨੂੰ ਗੋਲੀਆਂ ਮਾਰ ਦਿੱਤੀਆਂ ਪਰ ਭੂਰੇ ਰੰਗ ਦੀ ਨੋਰਾ ਦੇ ਸਿਰ ਦੇ ਵਿੱਚ ਸਿਰ ਤੇ ਬੰਦੂਕ ਦਾ ਬੱਟ ਮਾਰਿਆ ਡਿੱਗ ਪਈ ਬੱਟਾ ਅਤੇ ਠੁੱਡਿਆਂ ਦੇ ਨਾਲ ਲਹੂ ਲੋਹਾਨ ਕਰ ਦਿੱਤੀ ਲਹੂ ਦੇ ਵਿੱਚ ਨੁਚੜੀ ਨੋਰਾ ਦੀ ਆਖਰੀ ਚੀਕ ਸੀ ਲਿਬਰਟੀ ਸਿਪਾਹੀ ਨੇ ਸਿਰ ਦੇ ਵਿੱਚ ਗੋਲੀ ਦਾਗ ਕੇ ਖੇਡ ਖਤਮ ਇਨੋਰਾ 30 ਸਾਲ ਦੀ ਕੁੜੀ ਫ੍ਰਾਂਸੀਸੀ ਨਹੀਂ ਹਿੰਦੂस्तानी ਸੀ ਉਸ ਟਿੱਪੂ ਸੁਲਤਾਨ ਦੀ ਪੜਪੋਤੀ ਸੀ ਜਿਹੜਾ 1799 ਦੇ ਵਿੱਚ ਅੰਗਰੇਜ਼ਾਂ ਵਿਰੁੱਧ ਲੜਦਾ ਹੋਇਆ ਦੱਖਣੀ ਭਾਰਤ ਦੇ ਵਿੱਚ ਮਾਰਿਆ ਗਿਆ ਸੀ ਉਸ ਖਾਨਦਾਨ ਦੀ ਸ਼ਹਿਜ਼ਾਦੀ ਨੇ ਨਾਜ਼ੀਆਂ ਵਿਰੁੱਧ ਲੜਦਿਆਂ ਜਾਨ ਦਿੱਤੀ ਸੀ ਉਸ ਦਾ ਅਸਲੀ ਨਾਮ ਨੂਰ ਇਨਾਇਤੀ ਖਾਨ ਸੀ ਜਿਸ ਨੂੰ ਨਿੱਕ ਨੇਮ ਦੇ ਨਾਲ ਨੋਰਾ ਕਿਹਾ ਜਾਂਦਾ ਹੈ ਤਾਰਿਕ ਨੇ ਆਪਣੀ ਕਿਤਾਬ ਉਸ ਨੂੰ ਜੜੀ ਸੀ ਸਮਰਪਿਤ ਕੀਤੀ ਜਦੋਂ ਨਾਜ਼ੀਆਂ ਨੇ ਯਹੂਦੀਆਂ ਦੇ ਵਿਰੁੱਧ ਜ਼ੁਲਮ ਦੀ ਹਨੇਰੀ ਝੁਲਾ ਰੱਖੀ ਸੀ ਹਜਰਤ ਮੁਹੰਮਦ ਸਾਹਿਬ ਦੇ ਖਾਨਦਾਨ ਦੇ ਵਿੱਚੋਂ ਮੋਰਾਕੋ ਦੇ ਬਾਦਸ਼ਾਹ ਨੇ ਐਲਾਨ ਕੀਤਾ ਕਿ ਮੈਂ ਆਪਣੇ ਦੇਸ਼ ਦੇ ਵਿੱਚ ਯਹੂਦੀਆਂ ਦਾ ਵਾਰ ਵਿੰਗਾ ਨਹੀਂ ਹੋਣ ਦਿਆਂਗਾ ਫਰਾਂਸ ਉੱਪਰ ਜਰਮਨਾ ਦਾ ਕਬਜ਼ਾ ਹੋ ਗਿਆ ਉੱਥੋਂ ਵਿਚੀ ਸਰਕਾਰ ਜਿਹੜੀ ਸੀ ਵਿਚੀ ਵਿਚੀ ਸਰਕਾਰ ਸੀ ਉੱਥੇ ਤੇ ਦਾ ਬਿਆਨ ਛਪਿਆ ਕਿ ਮਰਾਕੋ ਦੇ ਵਿੱਚ ਰਹਿੰਦੇ 2 ਲੱਖ ਜਹੂਦੀਆਂ ਦੀ شناخت ਵਾਸਤੇ ਅਸੀਂ ਦਾਊਦ ਦੇ 2 ਲੱਖ ਪੀਲੇ ਸਟਾਰ ਛਪਵਾ ਲਏ ਨੇ ਹਰੇਕ ਜਹੂਦੀ ਦੇ ਗਲ ਦੇ ਵਿੱਚ ਪਾ ਕੇ ਮਾਰਾਂਗੇ ਮਰਾਕੋ ਦੇ ਬਾਦਸ਼ਾਹ ਮੁਹੰਮਦ 5ਵੇਂ ਨੇ ਜਵਾਬ ਦਿੱਤਾ ਸੀ 2 ਲੱਖ ਦੇ ਨਾਲ 50 ਸਟਾਰ ਹੋਰ ਤਿਆਰ ਕਰੋ ਕਿਉਂਕਿ ਮੇਰੇ ਖਾਨਦਾਨ ਦੇ ਵਿੱਚ 50 ਮੈਂਬਰ ਐ ਇਹ ਵਾਕ ਉਸ ਦਾ ਸੁਨੇਹਾ ਸੀ ਕਿ ਜਹੂਦੀਆਂ ਦੀ ਹੋਣੀ ਤੇ ਮੇਰੀ ਹੋਣੀ ਇੱਕ ਹੈ ਜਦੋਂ ਅਨੇਕ ਮੁਸਲਮਾਨ ਨਾਜ਼ੀਆਂ ਵਿਰੁੱਧ ਲੜ ਰਹੇ ਸਨ ਫਲਸਤੀਨ ਦਾ ਇਮਾਮ ਮੁਫਤੀ ਹਜ ਅਲ ਹੁਸੈਨੀ ਹਿਟਲਰ ਦਾ ਜਰਮਨੀ ਦੇ ਵਿੱਚ ਮਹਿਮਾਨ ਯਹੂਦੀਆਂ ਦੇ ਬੀਜਨਾਸ਼ ਵਾਸਤੇ ਸਲਾਹ مشورہ ਕਰ ਰਿਹਾ ਹਿਟਲਰ ਦੇ ਨਾਲ ਖਾਣਾ ਖਾਂਦਿਆਂ ਮੁਫਤੀ ਦੀਆਂ ਫੋਟੋਆਂ ਮਿਲਦੀਆਂ ਨਾਜ਼ੀ ਸੈਨਾ ਦੇ ਵਿੱਚ ਮੁਸਲਮਾਨ ਭਰਤੀ ਕਰਾਉਣ ਦੇ ਲਈ ਉਸਨੇ ਹਿਟਲਰ ਤੋਂ ਪੈਸੇ ਬਟੋਰੇ ਜਦੋਂ ਹਿਟਲਰ ਹਾਰ ਗਿਆ ਮੁਫਤੀ ਫਰਾਂਸ ਦੇ ਵਿੱਚ ਜਾ ਲੁਕਿਆ ਉਦੋਂ ਉਸ ਦੇ ਕੋਲ 50 ਹਜ਼ਾਰ ਮਾਰਕਰ ਰਕਮ ਮਿਲੀ ਰਕਮ ਸੀ ਇੱਕ ਸਕੱਤਰ ਤੇ ਦੋ ਗਾਰਡ ਸੰਨ ਉਸ ਦੇ ਨਾਲ ਇੱਥੇ ਵੀ ਖਤਰਾ ਦਿਸਿਆ ਤਾਂ ਮਿਸਰ ਦੇ ਵਿੱਚ ਚਲਿਆ ਗਿਆ ਜਿੱਥੇ ਸਿਆਸੀ ਸ਼ਰਨ ਮਿਲ ਗਈ ਫਲਸਤੀਨ ਦੇ ਵਿੱਚ ਅਜੇ ਬਰਤਾਨਵੀ ਹਕੂਮਤ ਸੀ ਇੱਥੇ ਜਾ ਨਹੀਂ ਸੀ ਸਕਦਾ ਕਿਉਂਕਿ ਅੰਗਰੇਜ਼ ਫੜ ਕੇ ਮੁਕੱਦਮਾ ਠੋਕਦੇ ਜੰਗੀ ਅਪਰਾਧਾਂ ਦੇ ਵਿੱਚ ਹਿੱਸੇਦਾਰੀ ਹੋਣ ਕਾਰਨ ਮੁਫਤੀ ਨੂੰ ਮੌਤ ਦੀ ਸਜ਼ਾ ਹੋ ਸਕਦੀ ਸੀ ਪਰ ਮੁਸਲਮਾਨ ਬ੍ਰਦਰਹੂਡ ਨੇ ਤਾਂ ਤਾਂ ਉਸਦੇ ਹੱਕ ਦੇ ਵਿੱਚ ਬਿਆਨ ਦਾ ਆ ਕੇ ਉਸ ਨੂੰ ਮੁਕਦਮੇ ਤੋਂ ਬਚਾ ਲਿਆ ਕਿਉਂਕਿ ਉਸ ਦੇ ਵਿੱਚ ਇਹ ਗੁਣ ਸੀ ਕਿ ਉਹ ਜਹੂਦੀਆਂ ਦੀ ਨਸਲਕੁਸ਼ੀ ਦੇ ਹੱਕ ਦੇ ਵਿੱਚ ਸੀ ਜਹੂਦੀਆਂ ਦਾ ਦੁਸ਼ਮਣ ਜਾਣ ਕੇ ਮੁਸਲਮਾਨਾਂ ਦਾ ਮਹਿਬੂਬ ਲੀਡਰ ਗਰਮ ਇਸਲਾਮਿਕ ਸੰਗਠਨਾ ਨੇ ਐਲਾਨ ਕੀਤਾ ਕਿ ਜਹੂਦੀਆਂ ਦੇ ਵਿਰੁੱਧ ਜਿਹਾਦ ਦੇ ਵਿੱਚ ਮੁਫਤੀ ਸਾਡਾ ਹੀਰੋ ਹੈ ਸਿਆਸੀ ਦਬਾਅ ਹੇਠ ਅੰਗਰੇਜ਼ਾਂ ਨੇ ਉਸ ਨੂੰ ਮਾਫ਼ ਕਰਤਾ ਉਹ ਫਲਸਤੀਨ ਦੇ ਵਿੱਚ ਆ ਗਿਆ ਤੇ ਅੰਗਰੇਜ਼ਾਂ ਦੀ ਤਾਬਿਆਦਾਰੀ ਦੇ ਵਿੱਚ ਮੁਸਲਮਾਨਾਂ ਦਾ ਲੀਡਰ ਹੋ ਨਿਭੜਿਆ ਹੁਣ ਸਾਡੇ ਵਿੱਚ ਕਿੰਨੇ ਬੈਠੇ ਨੇ ਇਦਾਂ ਦੇ ਪਛਾਨੋ ਉਹਨਾਂ ਨੂੰ ਜਰਾ ਦੁਨੀਆ ਦੇ ਵਿੱਚੋਂ ਆ ਆ ਕੇ ਜਹੂਦੀ ਫਲਸਤੀਨ ਦੇ ਵਿੱਚ ਵਸ ਰਹੇ ਸਨ ਤੇ ਜਨਸੰਖਿਆ ਵਧਨ ਦੇ ਵਿਰੁੱਧ ਮੁਸਲਮਾਨ ਮੁਜ਼ਾਹਰੇ ਕਰ ਰਹੇ ਨੇ ਮੁਫਤੀ ਖਾਮੋਸ ਸੀ ਕਦੀ ਕਦਾਂ ਪੱਛਮੀ ਫੈਸ਼ਨ ਵਿਰੁੱਧ ਆਧੁਨਿਕ ਨਿੱਜੀ ਆਜ਼ਾਦੀ ਵਿਰੁੱਧ ਮੁਫਤੀ ਬਿਆਨ ਦਾਗ ਜਿੰਦਾ ਕਿਉਂਕਿ ਉਹਦਾ ਰੋਲ ਸੀਗਾ ਕਰਨਾ ਬਣਦਾ ਸੀ ਪਰ ਅੰਗਰੇਜ਼ਾਂ ਦਾ ਵਫਾਦਾਰ ਸੀ ਭਾਰਤ ਦੇ ਵਿੱਚ ਜਦੋਂ ਗਾਂਧੀ ਆਜ਼ਾਦੀ ਅੰਦੋਲਨ ਦੀ ਅਗਵਾਈ ਕਰ ਰਿਹਾ ਸੀ ਮੁਫਤੀ ਹਰ ਅੰਦੋਲਨ ਦੇ ਖਿਲਾਫ ਸੀ ਮਾਰਚ 1922 ਦੇ ਵਿੱਚ ਦੇਸ਼ਦ్రోਹੀ ਦੇ ਕੇਸ ਦੇ ਵਿੱਚ ਮਹਾਤਮਾ ਗਾਂਧੀ ਨੂੰ 6 ਸਾਲ ਦੀ ਕੈਦ ਹੋਈ ਅੰਗਰੇਜ਼ਾਂ ਨੇ ਫਲਸਤੀਨੀਆ ਨੂੰ ਕਿਹਾ ਕਿ ਆਪਣੀ ਅਸੈਂਬਲੀ ਚੁਣ ਕੇ ਹੋਮ ਰੂਲ ਕਰੋ ਮੁਫਤੀ ਨੇ ਮੁਸਲਮਾਨਾਂ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਤੇ ਨਾ ਕਰਤੀ ਪਿੱਛੋਂ ਹੋਮ ਰੂਲ ਦੀ ਇਹੋ ਹੀ ਪੇਸ਼ਕਸ਼ ਭਾਰਤ ਨੂੰ ਹੋ ਗਈ ਭਾਰਤੀਆਂ ਨੇ ਇਸ ਦਾ ਸਵਾਗਤ ਕਰ ਦਿੱਤਾ ਭਾਰਤੀਆਂ ਨੇ ਇਸ ਦਾ ਸਵਾਗਤ ਕੀਤਾ ਤੇ ਫਲਸਰੂਪ ਅੱਜ ਹਿੰਦੁਸਤਾਨ ਵੱਡਾ ਗਣਤੰਤਰ ਬਣ ਗਿਆ ਜਦੋਂ ਅੰਗਰੇਜ਼ਾਂ ਨੇ ਫਲਸਤੀਨ ਤੇ ਹਮਲਾ ਕਰਕੇ ਯਰੂਸ਼ਲਮ ਜਿੱਤ ਲਿਆ ਮੁਸਲਮਾਨਾਂ ਨੇ ਓਟੋਮਨ ਜਾਨੀ ਕਿ ਜਿਹੜਾ ਤੁਰਕੀ ਐਂਪਾਇਰ ਸੀ ਬਾਦਸ਼ਾਹਤ ਸੀ ਓਟੋਮਨ ਹਕੂਮਤ ਇੱਕ ਖਲੀਫੇ ਦੇ ਵਿਰੁੱਧ ਅੰਗਰੇਜ਼ਾਂ ਦੀ ਮਦਦ ਕੀਤੀ ਜੇ ਮੁਸਲਮਾਨ ਦਾਅਵਾ ਕਰਦੇ ਨੇ ਕਿ ਪਵਿੱਤਰ ਯਰੂਸ਼ਲਮ ਉਹਨਾਂ ਦੀ ਧਰਤੀ ਹੈ ਤਾਂ ਫਿਰ ਅੰਗਰੇਜ਼ਾਂ ਦਾ ਕਬਜ਼ਾ ਕਰਨ ਦੇ ਵਿੱਚ ਉਹਨਾਂ ਦੀ ਸਹਾਇਤਾ ਕਿਉਂ ਕੀਤੀ سوال ਖੜਾ ਹੁੰਦਾ ਹੈ ਨਾ ਕਿ ਇਸੇ ਗੁਨਾਹ ਕਾਰਨ ਹੁਣ ਤੱਕ ਮੁਸਲਮਾਨ ਅੱਲਾ ਦਾ ਕਰੋਧ ਚੱਲ ਰਹੇ ਨੇ ਜਦੋਂ 2 ਨਵੰਬਰ 1917 ਨੂੰ ਅੰਗਰੇਜ਼ਾਂ ਨੇ ਬਲਫੋਰ ਐਲਾਨ ਕੀਤਾ ਉਦੀ ਫਲਸਤੀਨੀਆ ਨੇ ਉਦੋਂ ਹੀ ਉਸੇ ਸਮੇਂ ਫਲਸਤੀਨੀਆ ਤੇ بجلی ਡਿੱਗੀ ਸੀ ਉਸ ਦੇ ਵਿੱਚ ਲਿਖਿਆ ਸੀ ਹਿਸ ਮੈਜੈਸਟੀ ਸਰਕਾਰ ਇਹ ਐਲਾਨ ਕਰਦਿਆਂ ਪਰਸਾਨ ਹੈ ਕਿ ਫਲਸਤੀਨ ਯਹੂਦੀਆਂ ਦਾ ਕੌਮੀ ਘਰ ਹੈ ਤੇ ਉਹ ਇੱਥੇ ਸ਼ਾਂਤ ਸੁਰੱਖਤ ਨੇ हां ਇਹ ਦੱਸਣਾ ਵੀ ਜ਼ਰੂਰੀ ਹੈ ਕਿ ਇੱਥੇ ਵਸਦੇ ਗੈਰ ਜਹੂਦੀਆਂ ਦੇ ਹੱਕਾਂ ਦੀ ਰਾਖੀ ਵੀ ਕੀਤੀ ਜਾਵੇਗੀ ਛੱਡਣਾ ਸੀ ਤੁਹਾਨੂੰ ਫੇਰ ਵੀ ਨਹੀਂ ਕਹਿੰਦਾ ਪਿੱਛੇ ਰਵਾਂਗੇ ਜਿਵੇਂ ਹੋਰ ਦੇਸ਼ਾਂ ਦੇ ਵਿੱਚ ਘੱਟ ਗਿਣਤੀਆਂ ਵਿੱਚੋਂ ਵਜੋਂ ਵਸਦੇ ਜਹੂਦੀਆਂ ਦੇ ਹਿੱਤ ਸੁਰੱਖਿਅਤ ਰੱਖੇ ਜਾਣਗੇ ਫਲਸਤੀਨ ਦੇ ਮਾਲਕ ਮੁਸਲਮਾਨ ਹੁਣ ਗੈਰ ਜਹੂਦੀ ਵਸੋਂ ਵਜੋਂ ਜਾਣੇ ਜਾਣਗੇ ਅਸਲੀ ਵਸਨੀਕ ਜਹੂਦੀ ਹਨ ਇੱਕ ਮੁਹਾਵਰਾ ਪ੍ਰਚਲਿਤ ਹੋਇਆ ਸੀ ਉਸ ਸਮੇਂ ਕਿ ਫਲਸਤੀਨ ਉਹ ਦੇਸ਼ ਹੈ ਜਿੱਥੇ ਲੋਕ ਨਹੀਂ ਵਸਦੇ ਉੱਥੇ ਜਿਹੜੇ ਲੋਕ ਵਸਦੇ ਨੇ ਉਹਨਾਂ ਦਾ ਕੋਈ ਦੇਸ਼ ਨਹੀਂ ਹੈ 7 ਜੁਲਾਈ 1937 ਨੂੰ ਪੀਲ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਲਿਖਿਆ ਕਿ 70% ਦੀ ਫਲਸਤੀਨ ਇਲਾਕਾ ਮੁਸਲਮਾਨਾਂ ਨੂੰ 30% ਯਹੂਦੀਆਂ ਨੂੰ ਦੇ ਦਿਓ ਯਹੂਦੀਆਂ ਨੇ ਪੇਸ਼ਕਸ਼ ਮਨਜ਼ੂਰ ਕਰਕੇ ਜੜ੍ਹ ਲਾ ਲਈ ਮੁਸਲਿਮ ਲੀਡਰਸ਼ਿਪ ਨੇ ਨਾ ਕਰਕੇ ਆਪਣੀ ਜੜ੍ਹ ਉਖਾੜ ਲਈ ਨਾਜ਼ੀਆਂ ਤੋਂ ਬਚੇ ਯਹੂਦੀ ਥਾਂ ਤਾਂ ਯੂਰਪ ਦੇ ਕੈਂਪਾਂ ਦੇ ਵਿੱਚ ਸ਼ਰਨਾਰਥੀ ਸਨ ਅਮਰੀਕਾ ਉਹਨਾਂ ਦੇ ਵਸੇਬੇ ਦੇ ਲਈ ਫਿਕਰਮੰਦ ਸੀ ਯੂਐਨ ਨੇ ਫੈਸਲਾ ਕਰ ਦਿੱਤਾ ਕਿ ਫਲਸਤੀਨ ਤੋਂ ਬਿਨਾਂ ਇਹਨਾਂ ਨੂੰ ਕੌਣ ਚੱਲੇਗਾ ਮਾਰੂਥਲ ਦੇ ਵਿੱਚ ਚਲੇ ਜਾਣ ਅਰਬਾਂ ਨੇ ਹਾਹਾਕਾਰ ਮਚਾਉਂਦਿਆਂ ਕਿਹਾ ਦੂਜੀ ਸੰਸਾਰ ਜੰਗ ਅਜੇ ਹੋਣੀ ਹੋਣੀ ਹੀ ਮੁੱਕੀ ਸੀ ਤੀਜੀ ਸ਼ੁਰੂ ਹੋ ਗਈ ਐਤਕਾਂ ਇਹ ਜੰਗ ਇਸਲਾਮ ਅਤੇ ਈਸਾਈਅਤ ਵਿਚਕਾਰ ਹੋਏਗੀ ਦੁਨੀਆ ਦੇਖ ਚੁੱਕੀ ਸੀ ਕਿ ਅਰਬਾਂ ਨੇ ਹਿਟਲਰ ਦੀ ਮਦਦ ਕੀਤੀ ਸੀ ਤੇ ਮੁਫਤੀ ਨੇ ਭਾਰੀ ਰਕਮਾਂ ਲੈ ਕੇ ਨਾਜ਼ੀਆਂ ਦੀ ਫੌਜ ਦੇ ਵਿੱਚ ਮੁਸਲਮਾਨ ਭਰਤੀ ਕਰਵਾਏ ਜੋ ਅੰਗਰੇਜ਼ਾਂ ਵਿਰੁੱਧ ਲੜੇ ਦੂਜੇ ਪਾਸੇ ਜੋ ਜ਼ੁਲਮ ਜਹੂਦਿਆਂ ਉੱਪਰ ਟਾਇਏ ਗਏ ਦੁਨੀਆ ਦੀ ਉਹਨਾਂ ਦੇ ਨਾਲ ਹਮਦਰਦੀ ਸੀ ਤੇ ਐਨੇ ਸਾਊ ਕਿ ਦੇਸ਼ ਦਾ 30 ਫੀਸਦੀ ਹਿੱਸਾ 30% 30 ਫੀਸਦੀ ਹਿੱਸਾ ਲੈ ਕੇ ਸਬਰ ਕਰਨ ਵਾਲੇ ਯੂਨ ਨੇ ਅਪ੍ਰੈਲ 1947 ਦੇ ਵਿੱਚ ਫਲਸਤੀਨ ਸਮੱਸਿਆ ਦਾ ਨਿਰੀਖਣ ਕਰਨ ਦੇ ਲਈ 11 ਮੈਂਬਰੀ ਕਮੇਟੀ ਥਾਪ ਦਿੱਤੀ ਜਿਸ ਦੇ ਵਿੱਚ ਭਾਰਤ ਹਾਲੈਂਡ ਸਵੀਡਨ ਈਰਾਨ ਚੈੱਕ ਯੂਗੋਸਲਾਵੀਆ ਕੈਨੇਡਾ ਆਸਟ੍ਰੇਲੀਆ ਪੀਰੂ ਗੋਟੇਮਾਲਾ ਤੇ ਉਰਗੋਏ ਦੇਸ਼ਾਂ ਦੇ ਨੁਮਾਇੰਦੇ ਭੇਜੇ ਗਏ ਇਸ ਕਮੇਟੀ ਦੇ ਵਿੱਚ ਮਹਾਸ਼ਕਤੀ ਦੇਸ਼ਾਂ ਦਾ ਕੋਈ ਨੁਮਾਇੰਦਾ ਨਹੀਂ ਲਿਆਂਦਾ ਗਿਆ ਭਾਰਤ ਤੇ ਈਰਾਨ ਦੇ ਨੁਮਾਇੰਦੇ ਮੁਸਲਮਾਨ ਸਨ ਤੇ ਯਹੂਦੀਆਂ ਨੇ ਸਵਾਗਤ ਕੀਤਾ ਤੇ ਮੁਸਲਮਾਨਾਂ ਨੇ ਬਾਈਕਾਟ ਕਰਦਿਆਂ ਕਿਹਾ ਜਿਹੜਾ ਮੁਸਲਮਾਨ ਇਹਨਾਂ ਦੀ ਮੀਟਿੰਗ ਦੇ ਵਿੱਚ ਜਾਏਗਾ ਉਸ ਨੂੰ ਇਸਲਾਮ ਦੇ ਵਿੱਚੋਂ ਸ਼ੇਖ ਦੇਾਂਗੇ ਲੋਕਸ਼ਪਕ ਕੇ ਫਲਸਤੀਨ ਦੀ ਸਾਰੀ ਮੁਸਲਿਮ ਲੀਡਰਸ਼ਿਪ ਕਮੇਟੀ ਨੂੰ ਮਿਲਦੀ ਰਹੀ ਪਰ ਆਫੀਸ਼ੀਅਲੀ ਗੈਰ ਹਾਜ਼ਰ ਰਹੀ ਕਿਤੇ ਕੋਈ ਵੀ ਇਹ ਆ ਇਹ ਨਾ ਸਮਝ ਲਵੇ ਕਿ ਅਸੀਂ ਕਮਜ਼ੋਰੀ ਦਿਖਾ ਰਹੇ ਹਾਂ ਮੁਸਲਮਾਨ ਲੀਡਰ ਬਾਹਰੋਂ ਅਖਬਾਰਾਂ ਦੇ ਵਿੱਚ ਗੱਜਦੇ ਰਹੇ ਮੀਟਿੰਗ ਦੇ ਵਿੱਚ ਸ਼ਾਮਲ ਯਹੂਦੀ ਲੀਡਰਸ਼ਿਪ ਆਪਣਾ ਕੇਸ ਪੂਰੀ ਨਿਪੁੰਨਤਾ ਦੇ ਨਾਲ ਪੇਸ਼ ਕਰਦੀ ਗਈ ਇਸ ਕਮੇਟੀ ਨੇ ਪੂਰੇ ਫਲਸਤੀਨ ਦੇਸ਼ ਦਾ ਦੌਰਾ ਕੀਤਾ ਤੇ ਹਰੇਕ ਥਾਂ ਯਹੂਦੀ ਵਸੋਂ ਨੇ ਸਵਾਗਤ ਕਰ ਦਿੱਤਾ ਬੱਚਿਆਂ ਨੇ ਫੁੱਲ ਵਰਸਾਏ ਸਾਰੇ ਮੈਂਬਰਾਂ ਦੀਆਂ ਜ਼ੁਬਾਨਾਂ ਦੇ ਵਿੱਚ ਪੈਂਫਲੈਟ ਵੰਡੇ ਜਾਂਦੇ ਹਰੇਕ ਮੁਸਲਮ ਵਸੋਂ ਦੇ ਵਿੱਚ ਮੁਰਦਾਬਾਦ ਗੋ ਬੈਕ ਸ਼ੇਮ ਸ਼ੇਮ ਦੇ ਨਾਰੇ ਸੁਣਨ ਨੂੰ ਮਿਲਦੇ ਮੁਸਲਮਾਨਾ ਦੇ ਇੱਕ ਸਕੂਲ ਦੇ ਵਿੱਚ ਕਮੇਟੀ ਗਈ ਤਾਂ ਸਿੱਖਤ ਸਿੱਖਤ ਅਨੁਸਾਰ ਸਾਰੇ ਬੱਚੇ ਉਹਨਾਂ ਵੱਲ ਪਿੱਠ ਕਰਕੇ ਖਲੋ ਗਏ ਜਿਸ ਪਿੰਡ ਦਾ ਦौरा ਕਰਨਾ ਸੀ ਸਾਰੀ ਵਸੋਂ ਕਿਸੇ ਹੋਰ ਪਿੰਡ ਚਲੀ ਗਈ ਕੇਵਲ ਬੱਚਿਆਂ ਨੂੰ ਛੱਡ ਗਏ ਜਿਨ੍ਹਾਂ ਨੇ ਕਮੇਟੀ ਨੂੰ ਖੂਬ ਗਾਲਾਂ ਦਿੱਤੀਆਂ ਇਸ ਵਿਹਾਰ ਸਦਕਾ ইরਾਨੀ ਅਤੇ ਭਾਰਤੀ ਮੁਸਲਮਾਨ ਨੁਮਾਇੰਦੇ ਵੀ ਖਿੱਚ ਗਏ ইরਾਨੀ ਮੈਂਬਰ ਨੇ ਕਿਹਾ ਕਿ ਕਿੱਡੇ ਗਧੇ ਨੇ ਇਹ ਲੋਕ ਐਨੀ ਬੰਜਰ ਧਰਤੀ ਤੇ ਧਰਤੀ ਦੇ ਸਾਰੀ ਯਹੂਦੀਆਂ ਨੂੰ ਦੇ ਦਈਏ ਇਸ ਨੂੰ ਉਹ ਯੂਰਪੀਅਨ ਦੇਸ਼ਾਂ ਨਾਲੋਂ ਸੋਹਣੀ ਅਤੇ ਉન્નਤ ਬਣਾ ਦੇਣ ਮੱਲਕੀ ਜਿਵੇਂ ਕਿ ਬਾਕੀਆਂ ਦਾ ਯੂਜ਼ ਕਰਦੇ ਨੇ ਤੇ ਉਹਨਾਂ ਤੋਂ ਖਾਂਦੇ ਨੇ ਕਿਦਾਂ ਆਬਾਦ ਕੀਤੇ ਨੇ ਮੁਲਕਾਂ ਦੇ ਮੁਲਕ ਜ਼ਮੀਨਾਂ ਤੇ ਉਹਨਾਂ ਦੇ ਸਿਰ ਦੇ ਉੱਤੇ ਲੜ ਰਹੇ ਨੇ ਤੇ ਪੈਸਾ ਕੋਮਨ ਕੌਣ ਕਮਾ ਰਿਹਾ ਹੈ ਤਣਾੜ ਲੋਕੋ ਤੇ ਉਹ ਜਹੂਦੀ ਦਾ ਤੇ ਗੈਰ ਜਹੂਦੀ ਦਾ ਰੋਲਾ ਉਹਦੇ ਵਿੱਚ ਪਵਾ ਕੇ ਬੈਠੇ ਨੇ ਆਪ ਸਾਰਾ ਕੁਝ ਖੱਟੀ ਜਾਂਦੇ ਨੇ ਦੁਨੀਆ 'ਚੋਂ ਭਾਰਤੀ ਮੈਂਬਰ ਮੁਸਲਮਾਨਾਂ ਦਾ ਹਮਦਰਦ ਸੀ ਪਰ ਉਦਾਸ ਹੋ ਕੇ ਕਿਹਾ ਕਿ ਇਹਨਾਂ ਫਲਸਤੀਨੀਆਂ ਦੇ ਸਲੀਕੇ ਨੇ ਸਾਰੀ ਟੀਮ ਨੂੰ ਨਿਰਾਸ਼ਤ ਕੀਤਾ ਹੈ ਸਵੀਡਨ ਦੇ ਮੈਂਬਰਾਂ ਨੇ ਕਿਹਾ ਕਿ ਮੈਂ ਜਦੋਂ ਵੀ ਮੁਸਲਮਾਨਾਂ ਦੇ ਨਾਲ ਕਿਸੇ ਮੀਟਿੰਗ 'ਚ ਸ਼ਾਮਲ ਹੋਇਆ ਤਾਂ ਦੇਖਿਆ ਕਿ ਹਰੇਕ ਮੈਂਬਰ ਸਾਬਤ ਕਰਨ ਦਾ ਯਤਨ ਕਰਦਾ ਹੈ ਕਿ ਮੇਰੇ ਤੋਂ ਵਧੇਕ ਗਰਮ ਅਤਵਾਦੀ ਹੋਰ ਕੋਈ ਹੈ ਹੀ ਨਹੀਂ ਕਮੇਟੀ ਨੇ ਯੂਐਨ ਨੂੰ ਸਿਫਾਰਿਸ਼ ਕਰ ਦਿੱਤੀ ਕਿ ਫਲਸਤੀਨ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਜਾਵੇ ਇੱਕ ਮੁਸਲਮ ਸਟੇਟ ਦੂਜੀ ਜ਼ਹੂਦੀ 1947 'ਚ ਭਾਰਤ ਦੀ ਵੰਡ ਹੋਈ ਦੇਸ਼ ਵੰਡਿਆ ਗਿਆ ਵੰਡੇ ਜਾਣ ਦੀ ਸਹਿਮਤੀ ਦੋਹਾਂ ਧਿਰਾਂ ਨੇ ਦਿੱਤੀ ਪਰ ਇੱਥੇ ਫਲਸਤੀਨ ਦੇ ਮੁਸਲਮਾਨ ਸਹਿਮਤ ਨਹੀਂ ਫਲਸਤੀਨੀ ਲੀਡਰ ਜਮਾਲ ਹੁਸੈਨੀ ਨੇ ਬਿਆਨ ਦਿੱਤਾ ਕਿ ਮਿਡਲ ਈਸਟ ਦੇ ਵਿੱਚ ਹੁਣ ਖੂਨ ਦੀਆਂ ਨਦੀਆਂ ਵਗੜੀਆਂ 29 ਨਵੰਬਰ 1947 ਯੂਨ ਦੇ ਜਨਰਲ ਇਜਲਾਸ ਦੇ ਵਿੱਚ ਦੁਨੀਆ ਦੇ 2 ਤੋਂ 3 ਦੇਸ਼ਾਂ ਨੇ ਫੈਸਲਾ ਕੀਤਾ ਕਿ 55% ਫਲਸਤੀਨ ਰਕਬੇ ਉੱਪਰ ਜਹੂਤੀ ਦੇਸ਼ ਇਜ਼ਰਾਈਲ ਹੋਏਗਾ ਤੇ ਯਰੂਸ਼ਲਮ ਸ਼ਹਿਰ ਯੂਨ ਦੀ ਕਸਵੱਟੀ ਵਿਚ ਰਹੇਗਾ ਕਸਟਡੀ ਦੇ ਵਿੱਚ ਰਹੇਗਾ ਜਿੱਥੇ ਦੋਵੇਂ ਕੌਮਾਂ ਜ਼ਿਆਰਤ ਕਰ ਸਕਣਗੀਆਂ ਤੇ ਜਹੂਦੀਆਂ ਨੇ ਜਸ਼ਨ ਮਨਾਏ ਮੁਸਲਮਾਨਾਂ ਨੇ ਦੁਨੀਆ ਭਰ ਦੇ ਵਿੱਚ ਜਿਹਾਦ ਦਾ ਐਲਾਨ ਕਰ ਦਿੱਤਾ ਅੰਗਰੇਜ਼ਾਂ ਨੇ ਦੇਸ਼ ਵਾਪਸੀ ਦਾ ਐਲਾਨ ਕਰਕੇ ਇਜ਼ਰਾਈਲ ਜਹੂਦੀਆਂ ਨੂੰ ਸੌਂਪ ਦਿੱਤਾ ਤੇ ਪੰਜ ਗੁਆਂਢੀ ਅਰਬ ਦੇਸ਼ਾਂ ਨੇ ਚੁਫੇਰੀਓਂ ਇਜ਼ਰਾਈਲ ਘੇਰ ਲਿਆ ਇਜ਼ਰਾਈਲ ਨੇ ਪੰਜੇ ਦੇਸ਼ ਖਦੇੜ ਦਿੱਤੇ ਤੇ ਯਰੂਸ਼ਲਮ ਸ਼ਹਿਰ ਉੱਪਰ ਵੀ ਬਾਅਦ ਦੇ ਵਿੱਚ ਇਜ਼ਰਾਈਲ ਕਾਬਜ਼ ਹੋ ਗਿਆ ਇਸ ਸਾਰੇ ਭਾਣੇ ਵਾਸਤੇ ਦੋਸ਼ੀ ਕੌਣ ਹੈ ਏਰੂਸ਼ਲਮ ਨੂੰ ਯੂਨ ਨੇ ਆਪਣੇ ਕਬਜ਼ੇ ਦੇ ਵਿੱਚ ਰੱਖਣਾ ਚਾਇਆ ਸੀ ਮੁਸਲਮਾਨਾਂ ਨੇ ਫੈਸਲਾ ਠੁਕਰਾ ਦਿੱਤਾ ਲੱਖਾਂ ਦੀ ਗਿਣਤੀ ਦੇ ਵਿੱਚ ਇਜ਼ਰਾਈਲ ਦੇ ਵਿੱਚੋਂ ਉੱਜੜ ਕੇ ਮੁਸਲਮਾਨ ਰਫਿਊਜੀ ਕੈਂਪਾਂ ਦੇ ਵਿੱਚ ਚਲੇ ਗਏ ਜਿੱਥੇ ਅਜੇ ਤੱਕ ਰੋਲ ਰਹੇ ਨੇ ਆਪਣੇ ਅੰਦਰ ਝਾਤ ਮਾਰਨ ਦੀ ਥਾਂ ਫਲਸਤੀਨੀ ਮੁਸਲਮਾਨ ਅਜੇ ਤੱਕ ਜਹੂਦੀਆਂ ਨੂੰ ਦੋਸ਼ੀ ਠਹਿਰਾ ਰਹੇ ਨੇ ਤਾਰੀਕ ਫਤਹ ਵਰਗੇ ਨਿਰਪੱਖ ਮੁਸਲਮਾਨ ਜਿਹੜੇ ਆਖਦੇ ਨੇ ਕਿ ਜਹੂਦੀਆਂ ਨੂੰ ਵੀ ਮੁਸਲਮਾਨਾ ਵਾਂਗ ਜਿਉਣ ਦਾ ਤੇ ਸਟੇਟ ਕਾਇਮ ਕਰਨ ਦਾ ਹੱਕ ਹੈ ਉਹਨਾਂ ਦੀ ਖੈਰ ਨਹੀਂ ਹੈ ਫਤਵੇ ਜਾਰੀ ਹੋ ਰਹੇ ਨੇ ਜਿਹੜੇ ਮੁਸਲਮਾਨ ਦੀਨ ਛੱਡ ਗਏ ਨੇ ਅੱਲਾਹ ਤੋਂ ਮੂੰਹ ਮੋੜ ਗਏ ਨੇ ਉਹਨਾਂ ਉੱਪਰ ਕਹਿਰ ਟੁੱਟੇਗਾ ਤਾਰੀਖ ਦਾ ਆਖਣਾ ਹੈ ਕਿ ਜਿਵੇਂ ਜਹੂਦੀਆਂ ਨੂੰ ਆਜ਼ਾਦ ਤੇ ਸੁਖੀ ਇਜ਼ਰਾਈਲ ਦੇ ਵਿੱਚ ਵਸਣਾ ਚੰਗਾ ਲੱਗਦਾ ਹੈ ਇਸੇ ਤਰ੍ਹਾਂ ਹੀ ਉਹਨਾਂ ਨੂੰ ਵੀ ਫਲਸਤੀਨ ਦੀ ਸਲਾਮਤੀ ਵਾਸਤੇ ਸਲਾਮਤੀ ਦੇ ਵਾਸਤੇ ਜ਼ਿੰਮੇਵਾਰੀ ਚੁੱਕਣੀ ਪਵੇਗੀ ਤੇ ਜਿਹੜੇ ਇਲਾਕਿਆਂ ਤੇ ਨਮਾਇਜ ਨਜਾਇਜ਼ ਕਬਜ਼ਾ ਹੋਇਆ ਹੈ ਉਹ ਛੱਡਣਾ ਚਾਹੀਦਾ ਹੈ ਪਰ ਇਹ ਤਾਂ ਹੀ ਹੋ ਸਕੇਗਾ ਜੇ ਫਲਸਤੀਨ ਆਜ਼ਾਦ ਇਜ਼ਰਾਈਲ ਨੂੰ ਮਾਨਤਾ ਦੇ ਦੇ ਹਮਾਸ ਹੁਣ ਤੱਕ ਨਾਰਾ ਮਾਰ ਰਿਹਾ ਹੈ ਕਿ ਸਾਰਾ ਫਲਸਤੀਨ ਸਾਡਾ ਹੈ ਨਹੀਂ ਤਾਂ ਬਿਲਕੁਲ ਵੀ ਨਹੀਂ ਹਿੰਸਾ ਦੇ ਲਈ ਕੇਵਲ ਮੁਸਲਮਾਨ ਜ਼ਿੰਮੇਵਾਰ ਹੋਣ ਅਜਹੀ ਗੱਲ ਨਹੀਂ ਪਾਗਲਪਨ ਕਿਤੇ ਵੀ ਜਨਮ ਲੈ ਸਕਦਾ ਹੈ ਦੋ ਜਹੂਦੀ ਪੁਜਾਰੀਆਂ ਰਬਈ ਸ਼ਪੀਰਾ ਤੇ ਰਬਈ ਇਲੀਜ਼ਰ ਨੇ ਮਿਲ ਕੇ ਕਿਤਾਬ ਲਿਖੀ ਹੈ ਦੀ ਕਿੰਗਸ ਤੋਰ ਇਸ ਦੇ ਵਿੱਚ ਇੰਜਿਲ ਤਲਮੋਦ ਅਤੇ ਸਹਾਇਕ ਸਾਹਿਤ ਇਸ ਦੇ ਵਿੱਚ ਇੰਜਿਲ ਤਲਮੋਦ ਅਤੇ ਸਹਾਇਕ ਸਾਹਿਤ ਦੇ ਵਿੱਚੋਂ ਹਵਾਲੇ ਦੇ ਕੇ ਲਿਖਿਆ ਜੇ ਗੈਰ ਯਹੂਦੀ ਬੱਚੇ ਕਿਸੇ ਕਾਰਨ ਯਹੂਦੀਆਂ ਵਾਸਤੇ ਨੁਕਸਾਨਦਾਇਕ ਹੋਣ ਉਹਨਾਂ ਨੂੰ ਮਾਰਨਾ ਚਾਹੀਦਾ ਜਦੋਂ ਪਤਾ ਹੋਵੇ ਕਿ ਦੁਸ਼ਮਣ ਦੇ ਬੱਚੇ ਵੱਡੇ ਹੋ ਕੇ ਦੁਸ਼ਮਣੀ ਕਰਨਗੇ ਉਹਨਾਂ ਨੂੰ ਕਹਿੰਦਾ ਮਾਰਨਾ ਵਾਜਿਬ ਹੈ ਜਿਹੜਾ ਆਮ ਨਾਗਰਿਕ ਹਥਿਆਰਬੰਦ ਦੁਸ਼ਮਣ ਨੂੰ ਪਨਾਹ ਦਿੰਦਾ ਹੈ ਉਸ ਨੂੰ ਕਿਉਂ ਨਾ ਮਾਰਿਆ ਜਾਵੇ ਕਿਸੇ ਹਕੂਮਤ ਤੋਂ ਕਿਸੇ ਜਥੇਬੰਦੀ ਤੋਂ ਆਗਿਆ ਨਾ ਉਡੀਕੋ ਦੁਸ਼ਮਣ ਦਾ ਥਾਂੇ ਕੰਮ ਤਮਾਮ ਕਰ ਦਿਓ ਇਹੋ ਜਿਹੀਆਂ ਕਿਤਾਬਾਂ ਪੜ੍ਹ-ਪੜ ਕੇ ਫਲਸਤੀਨੀ ਆਖਣਗੇ ਹੀ ਕਿ ਜਹੂਦੀ ਇਸਲਾਮ ਦੇ ਦੁਸ਼ਮਣ ਨੇ ਅਮਰੀਕਨ ਪ੍ਰਧਾਨ ਜਿਮੀ ਕਾਰਟਰ ਨੇ ਮਿਸਰ ਦੇ ਪ੍ਰੈਜ਼ੀਡੈਂਟ ਸਾਦਤ ਅਤੇ ਇਜ਼raਇਲੀ ਪ੍ਰਧਾਨ ਮੰਤਰੀ ਬੇਗਿਨ ਨੂੰ ਬੁਲਾ ਕੇ ਕਿਹਾ ਇਜ਼raਇਲ ਨਜਾਇਜ਼ ਕਬਜ਼ਿਆਂ ਉੱਪਰੋਂ ਹਟੇ ਤੇ ਸਾਦਤ ਇਜ਼raਇਲ ਨੂੰ ਮਾਨਤਾ ਦੇ ਦੋਵੇਂ ਨੇਤਾ ਮੰਨ ਗਏ। ਇਹੀ ਸੰਧੀ ਅਮਲ ਦੇ ਵਿੱਚ ਆਉਣ ਹੀ ਲੱਗੀ ਸੀ ਕਿ ਅਰਬ ਸੰਸਾਰ ਨੇ ਸਾਦਤ ਨੂੰ ਗ਼ਦਾਰ ਕਿਹਾ। ਕਿਸੇ ਖਾੜਕੂਣੇ ਗੋਲੀ ਦਾਗ ਦਿੱਤੀ ਤੇ ਭਵਿੱਖ ਦੇ ਵਿੱਚ ਸੰਧੀ ਤੇ ਦਸਕਾ ਤੱਕ ਕਰਕੇ ਕੌਣ ਗद्दार ਹੋਣ ਦਾ ਪਤਬਾ ਲਏਗਾ ਜਿਹੜਾ ਨੇਤਾ ਅਮਨ ਆਮਾਨ ਦੀ ਗੱਲ ਕਰਦਾ ਹੈ ਉਸ ਨੂੰ ਨਾ ਮਰਦ ਹੋਣ ਦਾ ਖਿਤਾਬ ਮਿਲਦਾ ਹੈ 2008 ਦੇ ਸਾਲ ਆਖਰੀ ਪੰਨੇ ਵੱਲ ਚੱਲਦੇ ਹਾਂ 2008 ਦੇ ਸਾਲ ਤਾਰੀਖ ਇਜ਼ਰਾਈਲ ਦੇ ਵਿੱਚ ਘੁੰਮਦਾ ਫਿਰਿਆ ਇਸ ਦੇਸ਼ ਦੇ ਵਿੱਚ ਮੁਸਲਮਾਨਾਂ ਦੀ ਵਸੋਂ 20 ਫੀਸਦੀ ਹੈ ਉਹ ਪਿੰਡਾਂ ਸ਼ਹਿਰਾਂ ਸਭ ਥਾਮਾਂ ਤੇ ਗਿਆ ਲੋਕਾਂ ਦੇ ਨਾਲ ਮੁਲਾਕਾਤਾਂ ਕੀਤੀਆਂ ਮੁਸਲਮਾਨਾਂ ਮੁਸਲਮਾਨਾਂ ਨੂੰ ਸਿੱਧਾ ਸਵਾਲ ਪੁੱਛਦਾ ਹੈ ਕਿ ਤੁਹਾਡੇ ਨਾਲ ਵਿਤਕਰੇ ਹੋ ਰਹੇ ਹਨ ਠੋਸ ਜਵਾਬ ਮਿਲਦਾ ਹੈ ਹਰਗਿਜ਼ ਨਹੀਂ 20 ਸਾਲ ਦਾ ਇੱਕ ਜਵਾਨ ਨੇ ਸਵਾਲ ਦਾ ਉੱਤਰ ਦਿੱਤਾ ਸੋਹ ਅੱਲਾ ਦੀ ਮੈਂ ਇਜ਼ਰਾਈਲ ਛੱਡ ਕੇ ਅਰਬ ਦੇਸ਼ ਦੇ ਵਿੱਚ ਵਸਣ ਦਾ ਸੁਪਨਾ ਵੀ ਨਾ ਲਵਾਂ ਉਹ ਜਹਲ ਤਾਂ ਜਾਣਦੇ ਹੀ ਨਹੀਂ ਆਪਣੇ ਦੇਸ਼ ਵਾਸੀਆਂ ਦੀਆਂ ਦੇਸ਼ ਵਾਸੀਆਂ ਦੀ ਇੱਜ਼ਤ ਕਿਵੇਂ ਕਰੀ ਦੀ ਹੈ ਹਾਈਫਾ ਮਸਜਿਦ ਦੇ ਇਮਾਮ ਨੂੰ ਇਹੋ ਹੀ ਸਵਾਲ ਜਿਹੜਾ ਕੀਤਾ ਕੀਤਾ ਗਿਆ ਤਾਂ ਉਸਨੇ ਕਿਹਾ ਦੇਖੋ ਸਾਨੂੰ ਮੁਸਲਮਾਨਾਂ ਨੂੰ ਕਦੀ ਕਦਾਈਂ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਵੈਸਟ ਬੈਂਕ ਇਲਾਕੇ ਤੇ ਕੀਤਾ ਕਬਜ਼ਾ ਇਜ਼ਰਾਈਲ ਛੱਡੇ ਪਰ ਜੇ ਕੋਈ ਕਹੇ ਕਿ ਸਾਡੇ ਨਾਲ ਵਿਤਕਰਾ ਹੁੰਦਾ ਹੈ ਇਹ ਕੋਰਾ ਝੂਠ ਹੈ ਇਮਾਨ ਇਮਾਮ ਜਿਹੜਾ ਸੀ ਤਾਰਿਕ ਨੂੰ ਖਾਣਾ ਖਵਾਉਣ ਆਪਣੇ ਘਰ ਲੈ ਗਿਆ। देर तक ਗੱਲਾਂ ਹੁੰਦੀਆਂ ਰਹੀਆਂ। ਇਮਾਮ ਦਾ ਦਿਲ ਉਸਦੇ ਚਿਹਰੇ ਦੇ ਉੱਪਰ ਉਤਰ ਆਇਆ। ਦੁਖੀ ਹੋ ਕੇ ਉਹ ਅਰਬ ਲੀਡਰਾਂ ਦੀਆਂ ਬੇਈਮਾਨੀਆਂ, ਦੋਗਲਾਪਨ, ਭ੍ਰਿਸ਼ਟਾਚਾਰ, ਮਕਾਰੀ, ਮੂਰਖਤਾ ਦਾ ਨਿਰੰਤਰ ਜ਼ਿਕਰ ਕਰਦਾ ਗਿਆ। ਤਾਰਿਕ ਨੇ ਪੁੱਛਿਆ ਤਾਂ ਕਿ ਤੁਸੀਂ ਇਜ਼ਰਾਇਲੀ ਹੋ? ਤੇ ਆਖਰ ਚ ਉਹ ਜਵਾਬ ਦਿੰਦਾ ਹੈ। ਕਿ ਇਮਾਮ ਨੇ ਕਿਹਾ 100% ਦੀ ਇਜ਼ਰਾਇਲੀ ਸੌਫਿਸ ਦੇ ਇਜ਼ਰਾਈਲੀ ਜੀ ਦੋਸਤੋ ਇਹ ਹੈ ਜੀ ਗੱਲਬਾਤ ਤੁਹਾਡੇ ਨਾਲ ਜਿਹੜੀ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਆਪਾਂ ਜ਼ਿਕਰ ਕੀਤਾ ਹੈ ਈਰਾਨ ਤੇ ইরਾਨੀ ਦੇ ਵਿੱਚੋਂ ਹਰਪਾਲ ਸਿੰਘ ਪੰਨੂ ਹੁਣਾ ਜੀ ਦੀ ਕਲਮ ਫਲਸਤੀਨ ਬਨਾਮ ਇਜ਼ਰਾਈਲ ਕਾਫਰ ਕੌਣ ਹੈ ਸਾਰਿਆਂ ਨੂੰ ਭੁਪਿੰਦਰ ਪਾਰੇ ਜਲੋਂ ਪਿਆਰ ਭਰੇ ਤੇ ਨਿੱਗੀ ਸਾਥ ਚਿਰਕਾਲ